ਜਿਹੜਾ ਆਪਣਾ ਟੌਪਿਕ ਹੈਗਾ ਉਹ ਪਹਿਲਾ ਪਾਰਟ ਉਹਦੇ 'ਚ ਆਪਾਂ ਨੇ ਇਹ ਦੇਖਣਾ ਕਿ ਜਦੋਂ ਆਪਾਂ ਕੋਈ ਚੀਜ਼ ਸਿੱਖ ਲੈਂਦੇ ਹਾਂ ਅਤੇ ਉਹ ਆਪਾਂ ਨੂੰ ਕਿਸ ਤਰੀਕੇ ਨਾਲ ਸਾਰੀ ਉਮਰ ਦੁਖੀ ਕਰਦੀ ਆ, ਕਿਉਂਕਿ ਆਪਾਂ ਨੂੰ ਕੁਛ ਵਿਰਸੇ ਦੇ ਵਿੱਚ ਮਿਲਦਾ, ਕੁਛ ਆਪਾਂ ਇੱਧਰੋਂ ਉੱਧਰੋਂ ਸਿੱਖ ਲੈਂਦੇ ਹਾਂ, ਉਹਦੇ ਨਾਲ ਆਪਣੀ ਇੱਕ ਸੋਚ ਬਣ ਜਾਂਦੀ ਆ। ਅਗਰ ਆਪਾਂ ਉਹ ਸੋਚ ਨੂੰ ਥੋੜ੍ਹਾ ਜਿਹਾ ਉਹਦਾ ਸੈਲਫ ਅਨੈਲਿਸਿਸ ਨਾ ਕਰੀਏ, ਉਹਦਾ ਕ੍ਰਿਟੀਕਲ ਅਨੈਲਿਸਿਸ ਨਾ ਕਰੀਏ ਉਸ ਸੋਚ ਦਾ, ਇਹ ਹੋ ਸਕਦਾ ਕਿ ਸਾਰੀ ਉਮਰ ਆਪਾਂ ਨੂੰ ਉਹ ਸੋਚ ਦੁਖੀ ਕਰਦੀ ਰਹੇ। ਸੋ ਉਹਦੇ 'ਚ ਜਿਹੜਾ ਕੁਛ ਜਿਹੜੀ ਚੀਜ਼ ਥੋੜ੍ਹੀ ਜਿਹੀ ਸੌਖੀ ਮੇਰੇ ਹਿਸਾਬ ਨਾਲ ਸਮਝ ਆ ਸਕਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ, ਅਤੇ ਉਹ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਉਸ ਸੋਚ ਦੀਆਂ ਪ੍ਰੋਫਾਈਲਸ ਦੇ ਦਿੰਦਾ ਵੀ ਜੇ ਉਹ ਤੁਹਾਡੀ ਸੋਚ ਆ ਤਾਂ ਤੁਸੀਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਬੰਦੇ ਹੋ, ਉਹਦੇ ਨਾਲ ਤੁਸੀਂ ਉਹਨੂੰ ਡੀ ਕੰਸਟਰਕਟ ਕਰ ਸਕਦੇ ਹੋ ਆਪਣੀ ਸੋਚ ਨੂੰ, ਅਤੇ ਨਵੇਂ ਤਰੀਕੇ ਨਾਲ ਤੁਸੀਂ ਸੋਚ ਸਕਦੇ ਹੋ ਵੀ ਕਿਸ ਤਰ੍ਹਾਂ ਹੈਗਾ। ਉਹਦੇ 'ਚ ਚਾਰ ਮੇਜਰ ਇਸ਼ੂਜ਼ ਹੁੰਦੇ ਆ। ਇੱਕ ਹੈਗਾ ਆਈ ਨੋ, ਯੂ ਡੋਂਟ ਨੋ, ਇੱਕ ਆਹ ਸੋਚ ਆ ਵੀ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ, ਇੱਕ ਇਹ ਸੋਚ ਆ ਔਰ ਬੰਦਾ ਇਸ ਸੋਚ ਨਾਲ ਵੱਡਾ ਹੁੰਦਾ। ਸੈਕੰਡ ਸੋਚ ਹੈਗੀ ਆ ਆਈ ਡੋਂਟ ਨੋ ਯੂ ਨੋ, ਇੱਕ ਇਹ ਸੋਚ ਦੇ ਮਾਲਕ ਆ ਵੀ ਮੈਨੂੰ ਕੁਛ ਨਹੀਂ ਪਤਾ ਤੁਹਾਨੂੰ ਹੀ ਸਾਰਾ ਕੁਛ ਪਤਾ। ਇੱਕ ਸੋਚ ਆ ਆਈ ਨੋ ਯੂ ਨੋ, ਇੱਕ ਸੋਚ ਆ ਆਈ ਡੋਂਟ ਨੋ ਯੂ ਡੋਂਟ ਨੋ, ਚਾਰ ਸੋਚਾਂ। ਜਦੋਂ ਆਪਾਂ ਇਹਨਾਂ 'ਚ ਕੋਈ ਵੀ ਸੋਚ ਅਪਣਾ ਲੈਂਦੇ ਹਾਂ ਜਿਹੜੀ ਆਪਣੀ ਡੋਮੀਨੈਂਟ ਸੋਚ ਆ, ਹੁਣ ਆਪਾਂ ਸਾਰੀ ਉਮਰ ਇਹਨਾਂ ਇਸ ਦੇ ਵਿੱਚ ਰਹਿਣਾ ਜਦ ਤੱਕ ਕਿ ਆਪਾਂ ਡੀਕੰਸਟਰਕਟ ਨਹੀਂ ਕਰਦੇ ਉਸ ਸੋਚ ਨੂੰ। ਸੋ ਆਪਾਂ ਪਹਿਲੀ ਸੋਚ ਨਾਲ ਜੁੜ ਲੈਂਦੇ ਹਾਂ ਜਿਹੜੀ ਕਿ ਇਹ ਕੋਮਨ ਆ, ਨੌਰਥ ਅਮੈਰੀਕਾ ਦੇ ਵਿੱਚ ਕੋਮਨ ਆ, ਆਪਣੇ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ 'ਤੇ ਇਹ ਕੋਮਨ ਆ ਇਹ ਸੋਚ। ਉਹਦਾ ਮਤਲਬ ਹੈ ਕਿ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ। ਜਿਹੜੇ ਆਹ ਸੋਚ ਦੇ ਮਾਲਕ ਹੁੰਦੇ ਆ, ਜਿਹੜੇ ਕਹਿੰਦੇ ਆ ਵੀ ਮੈਨੂੰ ਪਤਾ, ਉਹਨਾਂ ਦੀ ਪਰਸਨੈਲਿਟੀ ਕੀ ਹੁੰਦੀ ਆ, ਫਿਰ ਤੁਹਾਨੂੰ ਸਮਝ ਆ ਜੂਗਾ ਵੀ ਉਹਨਾਂ ਦੀ ਪਰਸਨੈਲਿਟੀ ਕੀ ਹੁੰਦੀ ਆ ਜਿਹੜੇ ਕਹਿੰਦੇ ਆ ਵੀ ਮੈਨੂੰ ਪਤਾ। ਇੱਕ ਤਾਂ ਆਹ ਸੋਚ ਦੇ ਜਿਹੜੇ ਬੰਦੇ ਹੁੰਦੇ ਆ ਆਹ ਵਾਲੇ, ਉਹ ਰਿਜਿਡ ਹੁੰਦੇ ਆ, ਕਿਉਂਕਿ ਉਹ ਕਹਿੰਦੇ ਮੈਨੂੰ ਪਤਾ, ਉਹਨਾਂ ਨੇ ਫਲੈਕਸੀਬਲ ਨਹੀਂ ਹੋਣਾ। ਹੁਣ ਉਹਨਾਂ ਨੇ ਹਰ ਇੱਕ ਚੀਜ਼ ਬਲੈਕ ਐਂਡ ਵਾਈਟ 'ਚ ਹੀ ਦੇਖਣੀ ਆ, ਜਦੋਂ ਕਿ ਜ਼ਿੰਦਗੀ ਬਹੁਤ ਸਾਰੀ ਗ੍ਰੇ ਆ, ਹਰ ਇੱਕ ਚੀਜ਼ ਬਲੈਕ ਐਂਡ ਵਾਈਟ ਨਹੀਂ ਗੀ ਦੁਨੀਆ 'ਚ, ਬਹੁਤ ਸਾਰੀ ਜ਼ਿੰਦਗੀ ਦੇ ਤੱਥ ਗ੍ਰੇ ਆ। ਆਪਾਂ ਨੂੰ ਲੱਗਦਾ ਐਂ ਲੇਕਿਨ ਹੈ ਨਹੀਂ। ਆਈਨਸਟਾਈਨ ਤੱਕ ਦੇ ਵੇਲੇ ਤੱਕ, ਅਤੇ ਹੁਣ ਆਈਨਸਟਾਈਨ ਤੋਂ ਥੋੜ੍ਹੀ ਜਿਹੀ ਦੇਰ ਬਾਅਦ, ਜਿਹੜੀ ਦੁਨੀਆ ਉਹ ਮੰਨੀ ਜਾਂਦੀ ਆ ਕਿ 3D ਆ, 3D ਆ, ਰਾਈਟ, 3D ਦੁਨੀਆ। ਹੁਣ ਜਿਹੜੇ ਵਿਦਵਾਨ ਆਈਨਸਟਾਈਨ ਤੋਂ ਬਾਅਦ ਆਏ ਆ ਉਹ ਕਹਿੰਦੇ ਆ ਵੀ ਜੇ ਦੁਨੀਆ ਆਪਣੀ ਆਹ ਇੱਕ ਦਾਇਰਾ ਆਪਣੀ ਦੁਨੀਆ ਦਾ, ਤਾਂ ਜੇ ਕੋਈ ਦੁਨੀਆ ਇੱਧਰਲੇ ਪਾਸਿਓਂ ਦੇਖੇ ਉਹ ਤਾਂ ਫਿਰ 4th ਚ ਦੇਖੂਗੀ। ਆਪਾਂ ਅੰਦਰੋਂ ਬੈਠੇ 3D ਦੇਖਦੇ ਹਾਂ ਹਰ ਇੱਕ ਚੀਜ਼ ਨੂੰ, ਰਾਈਟ, ਪਰ ਜਿਹੜੇ ਇਸ ਦੁਨੀਆ 'ਚੋਂ ਬਾਹਰ ਦੇਖਣਗੇ ਉਹ ਤਾਂ 4D ਦੇਖਣਗੇ, ਹੋ ਸਕਦਾ ਉਹ 6D ਦੇਖਣ, ਆਪਾਂ ਨੂੰ ਕੀ ਪਤਾ। ਇਹਦਾ ਮਤਲਬ ਜੋ ਸੱਚ 3D ਦਾ ਸੀ ਉਹ ਅੱਜ ਟੁੱਟ ਗਿਆ, ਇਹਦਾ ਮਤਲਬ ਕੋਈ ਚੀਜ਼ ਰਿਜਿਡ ਨਹੀਂ ਗੀ। ਆਪਾਂ ਨੂੰ ਲੱਗਦਾ ਕਈ ਵਾਰੀ, ਆਪਾਂ ਨੂੰ ਇਹ ਲੱਗਦਾ ਵੀ ਵਾਕਿਆ ਹੀ ਸਾਰਾ ਕੁਛ ਬੜਾ ਕਲੀਅਰ ਆ, ਪਰ ਕਈ ਚੀਜ਼ਾਂ ਜਦੋਂ ਸਾਇੰਸ ਨਵੇਂ ਐਕਸਪੈਰੀਮੈਂਟ ਕਰਦੀਆਂ, ਨਵੀਆਂ ਨਵੀਆਂ ਚੀਜ਼ਾਂ ਲਿਆਉਂਦੀਆਂ, ਉਦੋਂ ਜਿਹੜੀ ਰਿਜਿਡਿਟੀ ਆ ਆਈ ਨੋ ਦੀ ਉਹ ਖਤਮ ਜਿਹਾ ਹੋ ਜਾਂਦੀ ਆ, ਉਹ ਟੁੱਟ ਜਾਂਦੀ ਆ, ਰਹਿ ਨਹੀਂ ਜਾਂਦੀ। ਸੋ ਇਸ ਕਰਕੇ ਇੱਕ ਤਾਂ ਪਹਿਲੀ ਚੀਜ਼ ਇਹ ਆ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਲੈਕਸੀਬਲ ਹੋਣਾ ਚਾਹੀਦਾ, ਬਹੁਤ ਜ਼ਿਆਦਾ। ਜਿੰਨਾ ਜ਼ਿਆਦਾ ਤੁਸੀਂ ਰਿਜਿਡ ਰਹੋਗੇ ਉਨਾ ਜ਼ਿਆਦਾ ਤੁਹਾਡੇ ਟੁੱਟਣ ਦੇ ਚਾਂਸ ਆ,
ਤੁਸੀਂ ਟੁੱਟੋਗੇ ਕਿਉਂਕਿ ਜਿਹੜਾ ਬੰਦਾ ਰਿਜਿਡ ਹੁੰਦਾ ਉਹ ਬੰਦਾ ਜ਼ਿਆਦਾ ਈਗੋ ਵਾਲਾ ਹੁੰਦਾ ਉਹਨੂੰ ਜ਼ਿਆਦਾ ਗੁੱਸਾ ਜ਼ਿਆਦਾ ਆਉਂਦਾ ਉਹ ਜ਼ਿਆਦਾ ਜ਼ਿੰਦਗੀ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਹਿੰਦੇ ਆ ਮਾਈ ਵੇ ਔਰ ਹਾਈਵੇ ਉਹਨੂੰ ਕੁਛ ਪਸੰਦ ਵੀ ਨਹੀਂ ਆਉਂਦਾ ਡਜ਼ਨਟ ਲਾਈਕ ਐਨੀਥਿੰਗ ਉਹਨੂੰ ਬਾਹਲੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਹਰ ਇੱਕ ਬੰਦਾ ਜਿਹੜਾ ਬੰਦਾ ਥੋੜ੍ਹਾ ਜਿਹਾ ਫਲੈਕਸੀਬਲ ਆ ਉਹਨੇ ਢਲ ਜਾਣਾ ਜਿਹੜਾ ਬੰਦਾ ਰਿਜਿਡ ਹੁੰਦਾ ਫਲੈਕਸੀਬਲ ਨਹੀਂ ਹੁੰਦਾ ਢਲਦਾ ਨਹੀਂ ਕਿਉਂਕਿ ਉਹ ਢਲਦਾ ਨਹੀਂ ਇਸ ਕਰਕੇ ਉਹ ਸੋਰ ਥੰਮ ਦੀ ਜਗ੍ਹਾ ਉਹਦੇ ਵਾਂਗੂ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਜਾਂਦਾ ਕਿਉਂਕਿ ਉਹ ਢਲਦਾ ਹੀ ਨਹੀਂ ਕਿਉਂਕਿ ਉਹ ਢਲਦਾ ਨਹੀਂ ਕਿਉਂਕਿ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਫਿਰ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਰਿਜਿਡ ਕਰ ਲੈਂਦਾ ਕਿਉਂਕਿ ਨਹੀਂ ਮੰਨਦਾ ਮੈਂ ਤੁਸੀਂ ਮਰੋ ਪਰੇ ਜਾ ਕੇ ਕਿਉਂਕਿ ਆਪੋਜ਼ਿਟ ਆ ਨਾ ਇੱਕ ਤਾਂ ਮੈਂ ਪਸੰਦ ਨਹੀਂ ਕਰਦਾ ਅਤੇ ਅਗਲਾ ਬੰਦਾ ਕਹਿੰਦਾ ਨਹੀਂ ਪਸੰਦ ਕਰਦਾ ਤਾਂ ਤੂੰ ਜਾ ਅਸੀਂ ਕੀ ਲੈਣਾ ਤੇਰੇ ਤੋਂ ਜਦੋਂ ਉਹਨੂੰ ਆਏ ਮਿਲਦਾ ਇਹੋ ਜਿਹਾ ਐਟੀਚਿਊਡ ਮਿਲਦਾ ਉਹ ਕਹਿੰਦਾ ਵੀ ਚੰਗਾ ਫਿਰ ਮੈਂ ਤਾਂ ਵਾਕਿਆ ਹੀ ਹੁਣ ਤਾਂ ਮੈਂ ਜਮਾਂ ਹੀ ਨਹੀਂ ਨਾ ਢਲਣਾ ਹੋਰ ਜ਼ਿਆਦਾ ਰਿਜਿਡ ਹੋ ਗਿਆ ਉਹ ਰਿਜਿਡਨੈਸ ਕਰਕੇ ਉਹ ਬੰਦਾ ਇੰਨਾ ਜ਼ਿਆਦਾ ਪੱਕ ਜਾਂਦਾ ਕਿ ਉਹਦੇ ਆਪਣੀ ਜ਼ਿੰਦਗੀ ਬੜੀ ਦੁੱਖਦਾਇਕ ਬਣਨੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਉਹਦੀ ਫਲੈਕਸੀਬਿਲਿਟੀ ਨਹੀਂ ਗੀ ਸੋਚ 'ਚ ਇਹ ਪਰਸਨੈਲਿਟੀ ਆਈ ਨੋ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਬੰਦਾ ਉਹਦੇ ਸਾਹਮਣੇ ਦੂਸਰੀ ਪਰਸਨੈਲਿਟੀ ਦਾ ਮਾਲਕ ਆ ਜਿਹੜਾ ਕਹਿੰਦਾ ਬਈ ਤੈਨੂੰ ਨਹੀਂ ਪਤਾ ਯੂ ਡੋਂਟ ਨੋ ਵੀ ਤੁਹਾਨੂੰ ਕੁਛ ਨਹੀਂ ਪਤਾ ਉਹਦੇ 'ਚ ਐਂਗਰ ਵੀ ਹੁੰਦਾ ਉਹਦੇ 'ਚ ਰਿਜੈਂਟਮੈਂਟ ਵੀ ਹੁੰਦੀ ਆ ਗੁੱਸਾ ਵੀ ਹੁੰਦਾ ਉਹਦੇ 'ਚ ਥੋੜ੍ਹਾ ਜਿਹੀ ਆਕੜ ਵੀ ਹੁੰਦੀ ਆ ਉਹਦੇ 'ਚ ਥੋੜ੍ਹੀ ਜਿਹੀ ਪੁੱਟ ਡਾਊਨ ਵੀ ਹੁੰਦੀ ਆ ਵੀ ਤੈਨੂੰ ਐਵੇਂ ਪਤਾ ਨਹੀਂ ਐਵੇਂ ਮਾਰੀ ਜਾਂਦਾ ਤੂੰ ਜੇ ਆਪਾਂ ਦੂਸਰੀ ਪਰਸਨੈਲਿਟੀ ਨੂੰ ਦੇਖੀਏ ਆਈ ਡੋਂਟ ਨੋ ਮੈਨੂੰ ਨਹੀਂ ਕੁਛ ਪਤਾ ਇਹ ਪਰਸਨੈਲਿਟੀ ਜਿਹੜੇ ਬੰਦੇ 'ਚ ਇਹ ਪਰਸਨੈਲਿਟੀ ਹੁੰਦੀ ਆਹ ਵਾਲੀ ਉਹ ਬੰਦਾ ਲੋ ਸੈਲਫ ਅਸਟੀਮ ਹੁੰਦੀ ਆ ਉਹਦੇ ਉਹ ਜ਼ਿੰਦਗੀ 'ਚ ਡਿਸੀਜਨ ਨਹੀਂ ਕਰ ਪਾਉਂਦਾ ਉਹ ਲਾਈ ਲੱਗ ਹੁੰਦਾ ਕਿਉਂਕਿ ਉਹ ਕਹਿੰਦਾ ਮੈਨੂੰ ਪਤਾ ਨਹੀਂ ਮਗਰ ਲੱਗ ਜਾਂਦਾ ਕਿਉਂਕਿ ਉਹ ਕਹਿੰਦਾ ਮੈਨੂੰ ਪਤਾ ਨਹੀਂ ਜੇ ਉਹਦੀ ਪਰਸਨੈਲਿਟੀ ਆ ਵੀ ਮੈਨੂੰ ਨਹੀਂ ਪਤਾ ਤੈਨੂੰ ਪਤਾ ਤਾਂ ਫਿਰ ਉਹਦੇ ਮਗਰ ਹੀ ਲੱਗਿਆ ਰਹੂ ਬੱਚੇ ਦੀ ਅਗਰ ਪਰਸਨੈਲਿਟੀ ਆਈ ਡੋਂਟ ਨੋ ਦੀ ਬਣ ਜਾਵੇ ਉਹ ਫਿਰ ਦੂਸਰੇ ਦੇ ਮਗਰ ਲੱਗ ਜੂ ਜੇ ਕਿਸੇ ਦੀ ਪਰਸਨੈਲਿਟੀ ਹੈਗੀ ਆ ਆਈ ਨੋ ਯੂ ਨੋ ਆਹ ਸਾਰਿਆਂ ਨਾਲੋਂ ਬੈਸਟ ਮੰਨਿਆ ਜਾਂਦਾ ਆਹ ਇਹਦਾ ਮਤਲਬ ਇਹ ਨਹੀਂ ਗਾ ਵੀ ਮੈਂ ਗਲਤੀ ਨਹੀਂ ਕਰ ਸਕਦਾ ਮੈਂ ਗਲਤੀ ਕਰ ਸਕਦਾ ਲੇਕਿਨ ਮੈਂ ਸਿੱਖ ਕੇ ਅੱਗੇ ਵੱਧ ਜਾਊਂਗਾ ਜੇ ਤੂੰ ਵੀ ਗਲਤੀ ਕੀਤੀ ਮੈਂ ਤੈਨੂੰ ਵੀ ਮਾਫ਼ ਕਰ ਦੂੰਗਾ ਵੀ ਹੋ ਜਾਂਦੀ ਹੈ ਗਲਤੀ ਕੋਈ ਫਰਕ ਨਹੀਂ ਪੈਂਦਾ ਲੈਟਸ ਐਗਰੀ ਲੈਟਸ ਡੂ ਸਰਟਨ ਥਿੰਗਸ ਟੂਗੈਦਰ ਲੈਟਸ ਮੂਵ ਔਨ ਆ ਜਾਣੀ ਬੈਸਟ ਚੀਜ਼ਾਂ ਇਹਦੇ 'ਚ ਦੋਨੋਂ ਜਣਿਆਂ 'ਚ ਫਲੈਕਸੀਬਿਲਿਟੀਜ਼ ਆ ਦੋਨੋਂ ਜਣੇ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਸਕਦੇ ਆ ਇੱਕ ਦੂਸਰੇ ਦੇ ਨਾਲ ਸਮਝ ਸਕਦੇ ਆ ਅਤੇ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਆਪਾਂ ਰਲ ਮਿਲ ਕੇ ਗੱਲਬਾਤ ਕਰ ਸਕਦੇ ਹਾਂ ਜਿਹੜੀ ਥਰਡ ਪਰਸਨੈਲਿਟੀ ਆ ਆਈ ਡੋਂਟ ਨੋ ਯੂ ਡੋਂਟ ਨੋ ਇਹ ਬੰਦੇ ਆਮ ਤੌਰ 'ਤੇ ਬਹੁਤ ਜ਼ਿਆਦਾ ਪੈਸੇਮਿਸਟਿਕ ਹੁੰਦੇ ਆ ਇਹਨਾਂ ਨੂੰ ਕੋਈ ਨਾ ਕੋਈ ਐਂਗਜ਼ਾਇਟੀ ਫੀਅਰ ਫੋਬੀਆ ਇਹੋ ਜਿਹੀ ਕੋਈ ਨਾ ਕੋਈ ਇਹਨਾਂ ਨੂੰ ਮੈਂਟਲੀ ਪ੍ਰੋਬਲਮਸ ਜੁੜੀਆਂ ਰਹਿੰਦੀਆਂ ਔਰ ਇਹ ਸਾਰੀ ਦੁਨੀਆ ਨੂੰ ਇਹੀ ਦੇਖਦੇ ਆ ਵੀ ਕੁਛ ਨਹੀਂ ਹੋਣਾ ਨੈਗੇਟਿਵ ਆਊਟਲੁੱਕ ਸਾਰਾ ਜਦੋਂ ਵੀ ਬੋਲਣਗੇ ਨੈਗੇਟਿਵ ਬੋਲਣਗੇ ਕਦੇ ਵੀ ਇਹਨਾਂ ਨੂੰ ਚੰਗੀ ਚੀਜ਼ ਨਹੀਂ ਦਿਖਾਈ ਦਿੰਦੀ
ਜੇ ਬਹੁਤ ਸੋਹਣਾ ਕੁਛ ਹੋਇਆ ਵੀ ਆ, ਫਰਜ਼ ਕਰ ਲਓ ਅਗਰ ਇਹਨਾਂ ਨੇ ਮਿਲੀਅਨ ਡਾਲਰ ਦੀ ਵੀ ਲਾਟਰੀ ਜਿੱਤ ਲਈ ਜਾਂ 20 ਮਿਲੀਅਨ ਡਾਲਰ ਦੀ ਵੀ ਲਾਟਰੀ ਜਿੱਤ ਲਈ, ਇਹ ਕਹਿਣਗੇ ਸਾਲੀ 50 ਦੀ ਤਾਂ ਨਿਕਲੀ ਨਹੀਂ, ਕੀ ਲੈਣਾ ਮੈਂ 20 ਮਿਲੀਅਨ ਡਾਲਰ ਤੋਂ। ਇਹ ਇਹੋ ਜਿਹੇ ਬੰਦੇ ਆ ਇਹ ਸਾਰੀ ਉਮਰ ਜਦੋਂ ਵੀ ਕਿਤੇ ਬੋਲਣਗੇ ਇਹ ਨਾ ਸਮਾਰਨ ਵਾਲੀ ਗੱਲ ਕਰਨਗੇ। ਇਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਨਹੀਂ ਹਾਸਲ ਕਰਨੀ। ਇਨਫੈਕਟ ਇਹ ਉਹ ਬੰਦੇ ਆ ਜਿਹੜੀ ਦੂਸਰਿਆਂ ਦੀ ਖੁਸ਼ੀ ਦਾ ਵੀ ਢੇਰੀ ਢਾ ਦਿੰਦੇ ਆ। ਇਹ ਉਹ ਬੰਦੇ ਆ ਜੇ ਦੂਸਰਾ ਬੰਦਾ ਕਹਿੰਦਾ ਵੀ ਸਾਡੇ ਅੱਜ ਬਹੁਤ ਖੁਸ਼ੀ ਆ ਵੀ ਅਸੀਂ ਨਵਾਂ ਘਰ ਖਰੀਦਿਆ, ਅਤੇ ਇਹ ਅੰਦਰੋਂ ਅੰਦਰੀ ਜਲਦੇ ਆ, ਮੱਚਦੇ ਆ, ਇਹਨਾਂ ਨੂੰ ਤਕਲੀਫ ਹੁੰਦੀ ਆ, ਇਹ ਉਹ ਬੰਦੇ ਆ ਜਿਹੜੇ ਕੁਛ ਨਹੀਂ ਕਰਨਾ ਚਾਹੁੰਦੇ। ਜਿਹਨਾਂ ਨੂੰ ਇੰਡੀਆ ਲੈਸ਼ੀ ਕਹਿ ਦਿੰਦੇ ਆ ਉਹ ਕਿਸਮ ਦੇ ਵਿੱਚ ਕਹਿ ਸਕਦੇ ਆ। ਇਹਨਾਂ ਨੇ ਕੁਛ ਨਹੀਂ ਕਰਨਾ, ਨਾ ਕਰਨ ਦੇਣਾ। ਇਹ ਉਹ ਬੰਦੇ ਆ ਜਿਹੜੇ ਕੁਛ ਨਹੀਂ ਕਰਨਾ ਚਾਹੁੰਦੇ। ਇਹਨਾਂ ਦੀਆਂ ਫਿਰ ਪ੍ਰੋਬਲਮਸ ਹੋਰ ਬਹੁਤ ਵੱਧ ਜਾਂਦੀਆਂ। ਇਹਨਾਂ ਨੂੰ ਮਾਈਗ੍ਰੇਨਸ ਬਹੁਤ ਹੁੰਦੇ ਆ, ਇਹਨਾਂ ਨੂੰ ਇਲਨੈਸਿਸ ਬਹੁਤ ਹੁੰਦੀਆਂ, ਇਹਨਾਂ ਦੇ ਗੋਡੇ ਬਹੁਤ ਦੁਖਦੇ ਆ, ਬੈਕ ਏਕਸ ਹੁੰਦੀ ਆ, ਬਲੱਡ ਪ੍ਰੈਸ਼ਰ ਹੁੰਦੀ ਆ, ਡਾਇਬੀਟਿਸ ਹੁੰਦੀਆਂ, 3600 ਕਿਸਮ ਦੀਆਂ ਗੋਲੀਆਂ ਖਾਂਦੇ ਆ, ਹਰ ਡਾਕਟਰ ਨਹੀਂ ਛੱਡਣਾ ਇਹਨਾਂ ਨੇ, ਹੋਮਿਓਪੈਥ ਨਹੀਂ ਛੱਡਣਾ, ਆਯੁਰਵੈਦਿਕ ਨਹੀਂ ਛੱਡਣਾ ਇਹਨਾਂ ਨੇ, ਦੂਜੇ ਡਾਕਟਰ ਨਹੀਂ, ਸਪੈਸ਼ਲਿਸਟ ਨਹੀਂ, ਇਹਨਾਂ ਦੀਆਂ ਫਾਈਲਾਂ ਡਾਕਟਰਾਂ ਦੇ ਐਡੀਆਂ ਐਡੀਆਂ ਬਣੀਆਂ ਹੁੰਦੀਆਂ, ਕਿਉਂਕਿ ਇਹਨਾਂ ਨੂੰ ਸੈਟਿਸਫੈਕਸ਼ਨ ਹੀ ਨਹੀਂ ਕਿਸੇ ਪਾਸਿਓਂ, ਕਿਸੇ ਦੀ ਇਹਨਾਂ ਨੇ ਗੱਲ ਨਹੀਂ ਮੰਨਣੀ। ਇਹ ਵੀ ਇਹਨਾਂ 'ਚ ਖਾਸੀਅਤ ਆ, ਇਹਨਾਂ ਨੇ ਕਿਸੇ ਦੀ ਗੱਲ ਨਹੀਂ ਮੰਨਣੀ। ਜੇ ਤੁਸੀਂ ਇਹਨੂੰ ਕਹੋਗੇ ਵੀ ਤੂੰ ਆਹ 2 ਦਿਨ ਟਰਾਈ ਕਰਕੇ ਤਾਂ ਦੇਖ, ਇਹਨਾਂ ਦੀ ਤਾਂ ਉਹ ਗੱਲ ਆ। ਇੱਕ ਬਹੁਤ ਸਾਲ ਪਹਿਲਾਂ ਜਦੋਂ ਮੈਂ ਹਜੇ ਨਵਾਂ ਨਵਾਂ ਸੋਸ਼ਲ ਵਰਕ ਦੀ ਡਿਗਰੀ ਕੀਤੀ ਸੀ, ਉਦੋਂ ਇੱਕ ਜਨਾਨੀ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਉਹ ਕਹਿੰਦੀ ਬਈ ਆ ਉਹਨੂੰ ਨੀਂਦ ਨਹੀਂ ਸੀ ਆਉਂਦੀ, ਸੋਚਦੀ ਬਹੁਤ ਸੀ, ਨੀਂਦ ਨਹੀਂ ਸੀ ਆਉਂਦੀ, ਮਾਈਗ੍ਰੇਨ ਸੀਗੀ, ਅਤੇ ਮਹੀਨਾ ਕੁ ਉਹਦੇ ਨਾਲ ਕਾਫੀ ਕਾਉਂਸਲਿੰਗ ਸੈਸ਼ਨਸ ਹੋਏ, ਅਤੇ ਮੈਂ ਫਿਰ ਉਹਦੇ ਉਹਨੂੰ ਪੁੱਛਿਆ, ਮੈਂ ਕਿਹਾ ਵੀ ਭੈਣ ਜੀ ਹੁਣ ਕਿਵੇਂ ਆ, ਮਤਲਬ ਕਿ ਆਹ ਸਾਰੇ ਤੋਂ ਬਾਅਦ। ਕਹਿੰਦੀ ਕੋਈ ਖਾਸ ਫਰਕ ਨਹੀਂ ਪਿਆ, ਬਸ ਮੈਨੂੰ ਹੁਣ ਕਹਿੰਦੀ ਥੋੜ੍ਹੀ ਜਿਹੀ ਨੀਂਦ ਹੀ ਆ ਜਾਂਦੀ ਆ। ਫਿਰ ਇਸੇ ਤਰ੍ਹਾਂ ਹੀ ਉਹ ਕਾਉਂਸਲਿੰਗ ਸੈਸ਼ਨ ਕਦੇ ਆ ਜਾਵੇ, ਕਦੇ ਨਾ ਆ ਜਾਵੇ, ਕਦੇ ਆ ਜਾਵੇ, 6 ਮਹੀਨੇ ਬਾਅਦ ਉਹ ਮੈਨੂੰ ਫਿਰ ਮਿਲ ਗਈ। ਮੈਂ ਕਿਹਾ ਵੀ ਭੈਣ ਜੀ ਕਿਵੇਂ ਆ, ਕਹਿੰਦੀ ਕੱਖ ਨਹੀਂ, ਕੋਈ ਬਾਹਲਾ ਫਰਕ ਨਹੀਂ ਪਿਆ, ਕੁਛ ਨਹੀਂ ਹੋਇਆ, ਬਸ ਹੁਣ ਕਹਿੰਦੀ ਮੇਰਾ ਬਲੱਡ ਪ੍ਰੈਸ਼ਰ ਘੱਟ ਗਿਆ, ਅੱਗੇ ਨਾਲ ਗੋਲੀ ਬੰਦ ਹੋ ਗਈ। ਇਹ ਕਲਾਸਿਕ ਐਗਜ਼ਾਮਪਲ ਆ ਉਹਨਾਂ ਬੰਦਿਆਂ ਦੀ ਜਿਹੜੇ ਆਈ ਡੋਂਟ ਨੋ ਯੂ ਡੋਂਟ ਨੋ ਦੇ ਵਿੱਚ ਫਸੇ ਹੁੰਦੇ ਆ, ਉਸ ਪਰਸਨੈਲਿਟੀ 'ਚ ਫਸੇ ਆ। ਇਹਨਾਂ ਨੂੰ ਕਦੇ ਖੁਸ਼ੀ ਨਹੀਂ ਤੁਸੀਂ ਮਿਲ ਸਕਦੀ, ਔਰ ਇਹ ਨਾ ਕਿਸੇ ਦੀ ਖੁਸ਼ੀ ਜਰ ਸਕਦੇ ਆ। ਇਹਨਾਂ ਨੇ ਨੈਗੇਟਿਵ ਸੋਚਣਾ, ਜਦੋਂ ਵੀ ਸੋਚਣਾ ਤਬਾਹੀ ਵਾਂਗੂ ਸੋਚਣਾ ਇਹਨਾਂ ਨੇ। ਇਹਨਾਂ ਦੀ ਖਾਸੀਅਤ ਆ ਇਹਨਾਂ ਬੰਦਿਆਂ ਦੀ, ਔਰ ਇਹ ਲੈ ਡੁੱਬਦੇ ਆ। ਇਹਨਾਂ ਦੇ ਨਾਲ ਤੁਸੀਂ ਬਹਿ ਜਾਓ, ਤੁਸੀਂ ਐਂ ਲੱਗੂਗਾ ਜਿਵੇਂ ਪਤਾ ਨਹੀਂ ਕਿੰਨੇ ਕੁ ਥੱਕੇ ਹੁੰਦੇ ਹੋ, ਅੱਧਾ ਘੰਟਾ ਤੁਸੀਂ ਬਹਿ ਕੇ ਦੇਖੋ, ਇਹ ਐਨਰਜੀ ਚੂਸ ਲੈਂਦੇ ਆ ਤੁਹਾਡੀ। ਇੰਨੇ ਗਲਤ ਬੰਦੇ ਆ ਇਹ, ਇਹਨਾਂ ਤੋਂ ਰੱਬ ਬਚਾਵੇ। ਇਹ ਬਹੁਤ ਡੇਂਜਰਸ ਕਿਸਮ ਦੇ ਬੰਦੇ ਆ ਇਹ, ਪਰ ਕਰਨੀ ਨੈਗੇਟਿਵ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹਨੇ ਜਦੋਂ ਸਵੇਰੇ ਉੱਠਣਾ ਤਾਂ ਵੀ ਉਹਦਾ ਮੂੰਹ ਲਟਕਿਆ ਹੋਇਆ, ਜੇ ਧੁੱਪਾ ਤਾਂ ਵੀ ਲਟਕਿਆ ਹੋਇਆ, ਜੇ ਬਰਫ਼ ਪੈਂਦੀ ਆ ਤਾਂ ਵੀ ਲਟਕਿਆ ਹੋਇਆ, ਜੇ ਬੱਚੇ ਖੁਸ਼ੀ ਨਾਲ ਉੱਠੇ ਆ ਤਾਂ ਵੀ ਉਹਦਾ ਮੂੰਹ ਲਟਕਿਆ ਹੋਇਆ, ਜੇ ਬੱਚੇ ਰੋਂਦੇ ਆ ਤਾਂ ਵੀ ਉਹਦਾ ਮੂੰਹ ਲਟਕਿਆ ਹੋਇਆ, ਜੇ ਆਪਾਂ ਨੇ ਘਰ ਲਿੱਤਾ ਤਾਂ ਵੀ ਕੁਛ ਨਹੀਂ ਉਹਨੂੰ ਖੁਸ਼ੀ, ਜੇ ਮਤਲਬ ਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਹੋਣਾ। ਉਹਦੀ ਨਿਗਾਹ ਲੱਗੀ ਪਈ ਆ ਵੀ ਕਿਤੇ ਨਾ ਕਿਤੇ, ਜਿਵੇਂ ਇੱਕ ਐਗਜ਼ਾਮਪਲ ਹੈਗਾ ਕਿ ਆਪਣੇ ਘਰ ਜਦੋਂ ਵਿਆਹ ਹੁੰਦਾ, ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ ਹੋਵੇ, ਬਹੁਤ ਖੁਸ਼ੀ ਹੁੰਦੀ ਆ। ਇਹ ਜਿਹੜਾ ਬੰਦਾ ਇਹ ਨੁਕਸ ਲੱਭਦਾ ਹੁੰਦਾ ਵੀ ਕਿੱਥੇ ਕਿੱਥੇ ਕੋਈ ਫੁੱਲ ਟੇਢਾ, ਕੋਈ ਮਤਲਬ ਕਿ ਹਲਵਾਈ ਨੇ ਟਾਈਮ ਸਿਰ ਕੋਈ ਚੀਜ਼ ਨਹੀਂ ਬਣਾਈ, ਇਹਨਾਂ ਦੀ ਨਿਗਾਹ ਉੱਧਰਲੇ ਪਾਸੇ ਜਾ ਕੇ ਟਿਕ ਜਾਂਦੀ ਆ ਚੁੰਬਕ ਵਾਂਗੂ, ਜਿੱਧਰ ਕੋਈ ਨੁਕਸ ਹੁੰਦਾ। ਉਹ ਜਿਹੜਾ ਇੰਨਾ ਕੁਛ ਜਿਹੜਾ ਵਧੀਆ ਹੋ ਰਿਹਾ ਉਹਦੇ ਬਾਰੇ ਨਹੀਂ ਇਹਨਾਂ ਨੂੰ ਕੋਈ ਕੇਅਰ, ਦੇ ਡੋਂਟ ਕੇਅਰ ਅਬਾਊਟ ਦੈਸ। ਸੋ ਆਹ ਡੇਂਜਰਸ ਕਿਸਮ ਦੀ ਪਰਸਨੈਲਿਟੀ ਆ। ਇਹਨਾਂ ਦੇ ਨਾਲ ਰਹਿਣਾ ਆਉਣਾ ਚਾਹੀਦਾ, ਵਰਨਾ ਤੁਹਾਨੂੰ ਇਹ ਮਤਲਬ ਕਿ ਜੇ ਤੁਸੀਂ ਕਹਿ ਸਕਦੇ ਹੋ ਵੀ ਜੇ ਇਹ ਜਨਾਨੀ ਦੀ ਇੱਕ ਪਰਸਨੈਲਿਟੀ ਹੋਵੇ ਆਈ ਡੋਂਟ ਨੋ ਯੂ ਡੋਂਟ ਨੋ, ਇਹ ਤੁਹਾਡਾ ਨਾਸ ਮਾਰ ਦੂ। ਇਹ ਪਰਸਨੈਲਿਟੀ, ਇਹ ਨਹੀਂ ਵੀ ਜਨਾਨੀ ਨਾਸ ਮਾਰਦੀ ਆ, ਆਹ ਪਰਸਨੈਲਿਟੀ ਜਿਹੜੀ ਉਸ ਇਨਸਾਨ ਦੀ ਆ ਉਹ ਨਾਸ ਮਾਰ ਦੂ ਤੁਹਾਡਾ। ਸਪੈਸ਼ਲੀ ਜੇ ਤੁਸੀਂ ਇਸ ਪਰਸਨੈਲਿਟੀ ਦੇ ਹੋ ਜਾਂ ਤੁਸੀਂ ਇਸ ਪਰਸਨੈਲਿਟੀ ਦੇ ਹੋ, ਕਿਉਂਕਿ ਉਹਨੇ ਖੁਸ਼ੀ ਕਰਨੀ ਨਹੀਂ,
ਤੁਸੀਂ ਕਹੋਗੇ ਵੀ ਚੱਲ ਆਪਾਂ ਘੁੰਮਣ ਚੱਲੀਏ, ਲੈ ਕੀ ਫਾਇਦਾ, ਐਵੇਂ $5,000 ਲਾ ਕੇ ਆ ਜਾਵਾਂਗੇ, ਇੱਥੇ ਹੀ ਰਹਿ ਲੈਂਦੇ ਹਾਂ। ਅੱਛਾ ਜੇ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਸੀਂ ਕਹੋਗੇ ਬਈ ਚੱਲ ਫਿਰ ਅੱਜ ਐਤਕੀ ਆਪਾਂ ਨਹੀਂ ਜਾਂਦੇ, ਆਹੋ ਤੂੰ ਤਾਂ ਪੈਸੇ ਨਾਲੇ ਲੈ ਜਾਏਗਾ, ਕੀ ਕਰੇਗਾ। ਈਦਰ ਵੇ ਤੁਸੀਂ ਕਿਸੇ ਜੋਗੇ ਨਹੀਂ ਗੇ। ਜੇ ਤੁਸੀਂ ਕਹਿੰਦੇ ਹੋ ਵੀ ਚੱਲ ਤਾਂ ਨਹੀਂ ਖੁਸ਼, ਜੇ ਤੁਸੀਂ ਕਹਿੰਦੇ ਹੋ ਰਹਿ ਲਓ ਤਾਂ ਨਹੀਂ ਖੁਸ਼, ਫਿਰ ਬੰਦੇ ਦਾ ਨਾ ਬਾਲ ਪੱਟਣ ਨੂੰ ਜੀ ਕਰਦਾ ਵੀ ਮੈਂ ਹੁਣ ਕਰਾਂ ਕੀ। ਇਹ ਉਸ ਪਰਸਨੈਲਿਟੀ ਵਾਲੇ ਆ, ਇਹ ਬੜਾ ਦੁਖੀ ਕਰਦੇ ਆ। ਇਹ ਦਿਸ ਇਜ਼ ਅ ਵੈਰੀ ਡੇਂਜਰਸ ਪਰਸਨੈਲਿਟੀ ਟੂ ਹੈਵ। ਇਹਦਾ ਕੱਖ ਨਹੀਂ ਕਰ ਸਕਦੇ ਤੁਸੀਂ, ਔਰ ਇਹਨਾਂ 'ਤੇ ਕੋਈ ਕਾਉਂਸਲਿੰਗ, ਆਮ ਤੌਰ 'ਤੇ ਕੋਈ ਕਾਉਂਸਲਿੰਗ ਵਰਕ ਨਹੀਂ ਕਰਦੀ। ਪਰ ਆਮ ਤੌਰ 'ਤੇ ਆਹ ਤੁਸੀਂ ਲੈ ਕੇ ਹੁੰਦੇ ਆ ਪੈਦਾ, ਇਹ ਤੁਸੀਂ ਜਦੋਂ ਤੁਸੀਂ 5-6 ਸਾਲ ਦੇ ਹੁੰਦੇ ਹੋ, ਤੁਹਾਡਾ ਕੰਟੀਨਿਊਸਲੀ ਅਗਰ ਕ੍ਰਿਟੀਸਿਜ਼ਮ ਹੋਵੇ ਫਿਰ ਤੁਸੀਂ ਇੱਥੇ ਆ ਜਾਓਗੇ। ਅਗਰ ਤੁਹਾਨੂੰ ਕੰਟੀਨਿਊਸਲੀ ਕ੍ਰਿਟੀਸਿਜ਼ਮ ਹੋਵੇ, ਤੁਹਾਡੀ ਜ਼ਿੰਦਗੀ ਦੇ ਐਕਸਪੀਰੀਅੰਸਿਸ ਬੜੇ ਨੈਗੇਟਿਵ ਹੋਣ, ਤੁਹਾਨੂੰ ਮਤਲਬ ਕਿ ਗਲਤ ਭਾਵਨਾਵਾਂ ਨਾਲ ਵੱਡਾ ਕੀਤਾ ਜਾਵੇ। ਹੁਣ ਜਿਵੇਂ ਕੋਈ ਕਿਸੇ ਕਈ ਬੰਦੇ ਮਿਲੀਅਨ ਏਅਰ ਆ, ਲੇਕਿਨ ਉਹ 5 ਨਹੀਂ ਖਰਚ ਕੇ ਰਾਜੀ। ਉਹਨਾਂ ਨੇ ਪੁੱਛਿਆ ਵੀ ਤੂੰ ਖਰਚ ਲਾ, ਕੀ ਤੂੰ ਕੀ ਕਰੇਗਾ, ਮਰ ਜਾਏਗਾ ਤਾਂ ਇੱਥੇ ਛੱਡ ਜਾਏਗਾ ਸਾਰਾ ਕੁਛ। ਦੋਜ਼ ਕਾਇੰਡ ਆਫ ਨੋ ਐਟੀਚਿਊਡ, ਉਹ ਐਟੀਚਿਊਡ ਜਿਹੜੇ ਆ ਨਾ, ਉਹ ਬੜੇ ਡਿਸਟਰਕਟਿਵ ਕਿਸਮ ਦੇ ਐਟੀਚਿਊਡ ਨਾਲ ਵੱਡੇ ਹੁੰਦੇ ਆ, ਔਰ ਉਹ ਇੰਟਰੋਸਪੈਕਸ਼ਨ ਨਹੀਂ ਕਰਦੇ। ਇੰਟਰੋਸਪੈਕਸ਼ਨ ਕਰਨੀ ਬੜੀ ਜ਼ਰੂਰੀ ਆ, ਆਪਣੇ ਆਪ ਨੂੰ ਪਰਖਣਾ ਤਾਂ ਚਾਹੀਦਾ ਨਾ ਵੀ ਮੈਂ ਕੀ ਹਾਂ। ਆਹ ਤੁਸੀਂ ਦੇਖ ਲਓ ਵੀ ਕਿੱਥੇ ਕੁ ਤੁਸੀਂ ਫਿੱਟ ਹੁੰਦੇ ਹੋ, ਫਿਰ ਉਹ ਚੇਂਜ ਕਰ ਲਓ, ਵਰਨਾ ਤੁਸੀਂ ਖੁਦ ਵੀ ਦੁਖੀ ਹੋਵੋਗੇ, ਅਗਲੇ ਨੂੰ ਵੀ ਦੁਖੀ ਕਰੋਗੇ। ਆਹ ਡੇਂਜਰਸ ਹੁੰਦੀ ਆ, ਕਿਉਂਕਿ ਬੱਚਿਆਂ ਦੀ ਪਰਸਨੈਲਿਟੀ ਡਿਵੈਲਪ ਹੁੰਦੀ ਆ, ਉਹ ਆਮ ਤੌਰ 'ਤੇ ਜਿਹੜੇ ਬੱਚੇ ਫਾਲੋਅਰ ਹੁੰਦੇ ਆ, ਜਿਨ੍ਹਾਂ ਬੱਚਿਆਂ ਨੂੰ ਆਪਾਂ ਡਿਸੀਜ਼ਨ ਨਹੀਂ ਕਰਨ ਦਿੰਦੇ ਜ਼ਿੰਦਗੀ ਦੇ ਵਿੱਚ, ਉਹ ਫਿਰ ਆਈ ਡੋਂਟ ਨੋ ਲੈ ਕੇ ਵੱਡੇ ਹੁੰਦੇ ਆ। ਉਹਨਾਂ ਨੇ ਫਿਰ ਗ੍ਰੈਵੀਟੇਟ ਕਰਨਾ, ਉਹਨਾਂ ਨੇ ਦੂਜਿਆਂ ਨੂੰ ਦੇਖਣਾ ਵੀ ਕਿਹੜਾ ਬੱਚਾ ਕੌਨਫੀਡੈਂਟ ਆ, ਉਹਦੇ ਮਗਰ ਲੱਗ ਲੈਂਦੇ ਆ, ਕਿਉਂਕਿ ਉਹ ਆਪ ਤਾਂ ਕੌਨਫੀਡੈਂਟ ਹੀ ਨਹੀਂ ਗਏ, ਆਪ ਤਾਂ ਉਹਨਾਂ 'ਚ ਹਿੰਮਤ ਹੀ ਨਹੀਂ ਪੈਂਦੀ, ਇਹਨਾਂ 'ਚ ਹਿੰਮਤ ਪੈਂਦੀ ਆ, ਉਹ ਫਿਰ ਕਰ ਲੈਂਦੇ ਆ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਵੀ ਜੇ ਤੁਸੀਂ ਇਸ ਪਰਸਨੈਲਿਟੀ 'ਚੋਂ ਆਈ ਨੋ, ਫਿਰ ਤੁਸੀਂ ਇਹ ਦੇਖੋ ਵੀ ਤੁਹਾਡੀ ਆਹ ਜਿਹੜੀ ਆ, ਇਹ ਤੁਹਾਨੂੰ ਜਿਉਣ ਨਹੀਂ ਦਊਗੀ, ਇਹ ਤੁਹਾਨੂੰ ਕੋਈ ਵਧੀਆ, ਤੁਹਾਡਾ ਵਿਆਹਤਾ ਜੀਵਨ ਵੀ ਨਹੀਂ ਵਧੀਆ ਹੋਣਾ, ਤੁਹਾਡੀ ਦੋਸਤੀ ਵੀ ਨਹੀਂ ਵਧੀਆ ਹੋਣੀ, ਤੁਹਾਡੇ ਕੰਮ 'ਤੇ ਵੀ ਨਹੀਂ ਵਧੀਆ ਹੋਣਾ, ਤੁਹਾਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਣਗੀਆਂ, ਕਿਉਂਕਿ ਤੁਸੀਂ ਖਿਜੇ ਜ਼ਿਆਦਾ ਰਹਿੰਦੇ ਹੋ, ਤੁਹਾਨੂੰ ਇਹ ਹੋਊਗਾ ਯਾਰ ਮੇਰੀ ਕੋਈ ਗੱਲ ਹੀ ਨਹੀਂ ਮੰਨਦਾ, ਮੇਰੀ ਕੋਈ ਗੱਲ ਹੀ ਨਹੀਂ ਮੰਨਦਾ। ਆਹ ਜਿਹੜਾ ਫਿਰ ਖਿਜਣਾ ਪਾਉਣਾ, ਉਹਦੇ ਨਾਲ ਵੀ ਬਿਮਾਰੀਆਂ ਲੱਗਦੀਆਂ। ਸੋ ਆਈ ਨੋ ਦੀ ਆਹ ਜ਼ਿਆਦਾ ਆਦਮੀਆਂ ਦੇ ਵਿੱਚ ਆਈ ਨੋ ਹੁੰਦਾ, ਜ਼ਿਆਦਾ ਜਨਾਨੀਆਂ ਦੇ ਵਿੱਚ ਆਈ ਡੋਂਟ ਨੋ ਹੁੰਦਾ। ਆਦਮੀਆਂ ਦੀ ਜ਼ਿਆਦਾ ਡੋਮੀਨੈਂਟ ਪਰਸਨੈਲਿਟੀ ਆਈ ਨੋ ਦੀ ਆ। ਉਹਦੀ ਹੁਣ ਪ੍ਰੋਬਲਮ ਇਹ ਆ ਕਿ ਆਈ ਨੋ ਨੋ ਤਾਂ ਕੁਛ ਹੈ ਹੀ ਨਹੀਂ ਉਹਨਾਂ ਨੂੰ, ਮੰਨਦੇ ਆ ਵੀ ਸਾਨੂੰ ਪਤਾ ਬਹੁਤ ਆ, ਪਤਾ ਤਾਂ ਹੈ ਨਹੀਂ ਗਾ, ਪਤਾ ਨਹੀਂ ਗਾ, ਕਿਉਂਕਿ ਪਤਾ ਕਿਸ ਚੀਜ਼ ਦਾ। ਜੇ ਕੋਈ ਬੰਦਾ ਡਾਕਟਰ ਆ, ਮੈਡੀਕਲ ਡਾਕਟਰ ਆ, ਇਹਦਾ ਮਤਲਬ ਇਹ ਨਹੀਂ ਗਾ ਵੀ ਉਹਨੂੰ ਸਾਰੀਆਂ ਚੀਜ਼ਾਂ ਦਾ ਹੀ ਪਤਾ, ਉਹਨੂੰ ਤਾਂ ਆਪਣੀ ਉਸ ਪੁਜ਼ੀਸ਼ਨ ਦਾ ਪਤਾ, ਉਸ ਡਾਕਟਰ ਦਾ, ਉਹ ਵਿਦਵਾਨ ਥੋੜ੍ਹਾ, ਉਹ ਤਾਂ ਡਾਕਟਰ ਆ, ਉਹਨੂੰ ਜ਼ਿੰਦਗੀ ਦੇ ਬਾਰੇ ਨਹੀਂ ਪਤਾ, ਉਹਨੂੰ ਧਰਮ ਦੇ ਬਾਰੇ ਨਹੀਂ ਪਤਾ, ਉਹਨੂੰ ਬੱਚਿਆਂ ਦੀ ਪਰਵਰਿਸ਼ ਦੇ ਬਾਰੇ ਨਹੀਂ ਪਤਾ, ਉਹਨੂੰ ਕਈ ਚੀਜ਼ਾਂ ਬਾਰੇ ਨਹੀਂ ਪਤਾ, ਉਹ ਤਾਂ ਡਾਕਟਰੀ 'ਚ ਮਾਹਰ ਆ। ਜੇ ਕੋਈ ਇੰਜੀਨੀਅਰ ਆ, ਫਿਰ ਉਹ ਇੰਜੀਨੀਅਰਿੰਗ 'ਚ ਮਾਹਰ ਆ, ਉਹਨੂੰ ਪੁਲ ਬਣਾਉਣਾ ਆਉਂਦਾ, ਜਾਂ ਉਹਨੂੰ ਬਿਲਡਿੰਗ ਬਣਾਉਣੀ ਆਉਂਦੀ ਆ, ਜਾਂ ਉਹ ਸੜਕਾਂ ਬਣਾ ਲੂ, ਪਰ ਇਹ ਜਸਟ ਬਿਕੋਜ਼ ਉਹ ਸੜਕ ਬਣਾ ਸਕਦਾ, ਪੁਲ ਬਣਾ ਸਕਦਾ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਸਕਦਾ, ਇਹਦਾ ਮਤਲਬ ਇਹ ਨਹੀਂ ਗਾ ਵੀ ਉਹਨੂੰ ਪਰਿਵਾਰ ਚਲਾਉਣਾ ਆਉਂਦਾ, ਜਾਂ ਉਹਨੂੰ ਧਰਮ ਦੇ ਬਾਰੇ ਕੁਛ ਪਤਾ, ਇਹ ਕੁਛ ਨਹੀਂ ਗਾ, ਉਹਨੂੰ ਤਾਂ ਉਸ ਚੀਜ਼ ਦੇ ਬਾਰੇ ਆ, ਕਿਉਂਕਿ ਉਹਦੇ ਵਿੱਚ ਉਹ ਯੂਨੀਵਰਸਿਟੀ ਗਿਆ, ਉਹਨੇ ਸਕੂਲਾਂ 'ਚ ਗਿਆ, ਉਹਨੇ ਪੜ੍ਹਿਆ, ਅਤੇ ਉਹਦੇ ਬਾਰੇ ਉਹਨੂੰ ਨੌਲੇਜ ਆ, ਪਰ ਬਾਕੀ ਚੀਜ਼ਾਂ ਬਾਰੇ ਤਾਂ ਨੌਲੇਜ ਨਹੀਂ ਨਾ। ਇਸ ਕਰਕੇ ਆਈ ਨੋ ਕਦੇ ਵੀ ਕੰਪਲੀਟ ਨਹੀਂ ਹੁੰਦਾ, ਆਈ ਨੋ ਨਹੀਂ ਹੁੰਦਾ। ਇਨਫੈਕਟ ਜਿੰਨਾ ਤੁਸੀਂ ਜ਼ਿਆਦਾ ਜਾਣੋਗੇ, ਉਨਾ ਤੁਹਾਨੂੰ ਇਹ ਅਹਿਸਾਸ ਹੁੰਦਾ ਕਿ ਮੈਨੂੰ ਕੁਛ ਨਹੀਂ ਪਤਾ, ਕਿਉਂਕਿ ਜਾਣਨ ਨੂੰ ਇੰਨਾ ਕੁਛ ਆ। ਜਿੰਨਾ ਤੁਸੀਂ ਜ਼ਿਆਦਾ ਜਾਣਦੇ ਹੋ ਨਾ, ਉਨਾ ਤੁਹਾਨੂੰ ਲੱਗਦਾ ਯਾਰ ਮੈਨੂੰ ਤਾਂ ਇੰਨਾ ਕੀ ਪਤਾ, ਇਹ ਤਾਂ ਇਹਦਾ ਮਤਲਬ ਇੰਨਾ ਹੋਰ ਆ। ਔਰ ਕਈ ਜਦੋਂ ਤੁਸੀਂ ਮਤਲਬ ਕਿ ਥੋੜ੍ਹਾ ਜਿਹਾ ਪੜ੍ਹਦੇ ਹੋ, ਜਿਵੇਂ ਹੁਣ ਜਿਹੜੀ ਕੰਪਲੈਕਸ ਪ੍ਰੋਬਲਮ ਹੁਣ ਜਿਹੜੀ ਹਿਊਮੈਨਿਟੀ ਨੂੰ ਇਸ ਵਕਤ ਸੋਲਵ ਕਰਨ ਦੀ ਆ, ਕਿਉਂਕਿ ਇਹ ਥਿਊਰੀ ਆ ਕਿ ਜਿਹੜੀ ਯੂਨੀਵਰਸ ਆ ਐਕਸਪੈਂਡ ਹੋ ਰਹੀ ਆ, ਹੁਣ ਸਵਾਲ ਇਹ ਪੈਦਾ ਹੁੰਦਾ ਕਿੰਨੀ ਕੁ ਹੋਊਗੀ,
ਜੇ ਮੈਟਰ ਦੀ ਹਰ ਇੱਕ ਚੀਜ਼ ਦੀ ਇੱਕ ਲਿਮਿਟ ਆ, ਕਿਉਂਕਿ ਆਪਾਂ ਯਾਦ ਆਪਾਂ ਗੱਲ ਕੀਤੀ ਸੀ ਹਰ ਇੱਕ ਚੀਜ਼ ਦਾ ਇੱਕ ਟੁੱਟਣ ਦਾ ਪੁਆਇੰਟ ਆ, ਇੱਕ ਸੈਚੂਰੇਸ਼ਨ ਪੁਆਇੰਟ ਆ, ਹਰ ਇੱਕ ਚੀਜ਼ ਉਸ ਪੁਆਇੰਟ ਤੋਂ ਟੁੱਟ ਜਾਂਦੀ ਆ, ਅਤੇ ਕਿੰਨੀ ਕੁ ਖਿੱਚ ਲਉਂਗੇ ਤੁਸੀਂ ਯੂਨੀਵਰਸ ਨੂੰ? ਫਿਰ ਮੈਟਰ ਅਨਲਿਮਿਟਡ ਨਹੀਂ ਗਾ, ਮੈਟਰ ਹੈਜ਼ ਅ ਲਿਮਿਟ। ਹੁਣ ਸੂਰਜ ਨੇ ਇੱਕ ਦਿਨ ਠੰਡਾ ਹੋਣਾ, ਕਿਉਂਕਿ ਮੈਟਰ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕਦੋਂ ਹੋਣਾ? ਹੋ ਸਕਦਾ ਬਿਲੀਅਨ ਸਾਲ ਲੱਗਣ ਉਹਨੂੰ ਠੰਡਾ ਹੋਣ ਨੂੰ, ਪਰ ਇੱਕ ਦਿਨ ਤਾਂ ਹੋਜੂ ਨਾ, ਕਿਉਂਕਿ ਮੈਟਰ ਆ। ਸੋ ਮੈਟਰ ਹੈਜ਼ ਅ ਬਿਗਿਨਿੰਗ ਐਂਡ ਐਨ ਐਂਡ। ਹੁਣ ਯੂਨੀਵਰਸ ਹੈਜ਼ ਅ ਬਿਗਿਨਿੰਗ ਐਂਡ ਐਨ ਐਂਡ, ਕਿਉਂਕਿ ਇਹ ਐਕਸਪੈਂਡ ਹੋ ਰਹੀ ਆ। ਹੁਣ ਐਕਸਪੈਂਡ ਹੋ ਰਹੀ ਆ ਤਾਂ ਕਿੰਨੀ ਕੁ ਐਕਸਪੈਂਡ ਹੋਜੂ? ਅਤੇ ਜਦੋਂ ਐਕਸਪੈਂਡ ਹੋਊਗੀ, ਕੀ ਉਹਦੀ ਇੱਕ ਦੂਜੇ ਦੀ ਪੁੱਲ 'ਚ ਨਿਕਲ ਜਾਵਾਂਗੇ? ਆਪਾਂ ਇਸੇ ਜਗ੍ਹਾ 'ਤੇ ਐਂ ਗੋਲ ਤਾਂ ਕਰਕੇ ਘੁੰਮੀ ਜਾ ਰਹੇ ਹਾਂ, ਕਿਉਂਕਿ ਹਰ ਇੱਕ ਚੀਜ਼ ਆਪਣੇ ਜਿਹੜੇ 11 ਪਲੈਨਟ ਆ ਉਹ ਬੈਲੈਂਸਡ ਆ ਮਿਲਕੀ ਵੇ 'ਚ। ਅਤੇ ਜੇ ਪੁੱਲ ਹੋ ਰਹੇ ਹਾਂ ਤਾਂ ਕੀ ਉਹ ਵੀ ਪੁੱਲ ਹੋ ਰਹੇ ਆ? ਇਹਨੂੰ ਕਹਿੰਦੇ ਆ ਕੰਪਲੈਕਸ ਪ੍ਰੋਬਲਮਸ, ਜਿਹੜੀ ਕਿ ਸਾਇੰਸ ਕੋਸ਼ਿਸ਼ ਕਰ ਰਹੀ ਆ ਇਹਨਾਂ ਨੂੰ ਸੋਲਵ ਕਰਨ ਦੀ। ਇਸ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਵੀ ਮੈਨੂੰ ਪਤਾ, ਟੈਕਨੀਕਲੀ ਪਤਾ ਕੁਛ ਨਹੀਂ, ਕਿਉਂਕਿ ਜਿੰਨਾ ਕੁ ਪਤਾ ਲੱਗਦਾ ਇੱਕ ਪ੍ਰੋਬਲਮ ਹੋਰ ਖੜ੍ਹੀ ਹੋ ਜਾਂਦੀ ਆ, ਉਹਨੂੰ ਆਪਾਂ ਸੋਲਵ ਕਰਦੇ ਹਾਂ ਇੱਕ ਪ੍ਰੋਬਲਮ ਹੋਰ ਖੜ੍ਹੀ ਹੋ ਜਾਂਦੀ ਆ। ਇਸ ਕਰਕੇ ਨੋ ਤਾਂ ਹੋ ਹੀ ਨਹੀਂ ਨਾ ਸਕਦਾ ਵੀ ਕਦੇ ਨੋ ਹੋ ਜਾਵੇ, ਵੀ ਮੈਨੂੰ ਸੰਪੂਰਨ ਗਿਆਨ ਆ, ਦੇਰ ਇਜ਼ ਨੋ ਸੱਚ ਥਿੰਗ। ਸੰਪੂਰਨ ਗਿਆਨ ਨਹੀਂ ਹੋ ਸਕਦਾ। ਇੱਕ ਬੰਦਾ ਕਿਸੇ ਵਿਦਵਾਨ ਕੋਲ ਗਿਆ, ਕਹਿੰਦਾ ਮੈਂ ਜੀ ਵਿਦਵਾਨ ਬਣਨਾ। ਉਹ ਕਹਿੰਦਾ ਤੂੰ ਰਹਿਣ ਦੇ, ਤੇਰੀ ਪਰਸਨੈਲਿਟੀ ਨਹੀਂ ਗੀ ਵਿਦਵਾਨ ਬਣਨ ਦੀ, ਤੂੰ ਜਾ ਕੇ ਖੇਤਾਂ 'ਚ ਕੰਮ ਕਰ। ਨਹੀਂ, ਕਹਿੰਦਾ ਮੈਂ ਵਿਦਵਾਨ ਬਣਨਾ। ਕਹਿੰਦਾ ਚੰਗਾ ਫਿਰ। 20 ਸਾਲ ਉਹਨੇ ਲਾ ਲਏ, ਪੜ੍ਹ ਲਿਆ, ਕਿਤਾਬਾਂ ਪੜ੍ਹ ਲਈਆਂ, ਕਈ ਕੁਛ ਕੀਤਾ, ਡਿਸਕਸ਼ਨ 'ਚ ਮਾਰ ਹੋ ਗਿਆ। ਉਹ ਕਹਿੰਦਾ ਵੀ ਹੁਣ ਤੂੰ ਬਹੁਤ ਕੁਛ ਸਿੱਖ ਲਿਆ, ਹੁਣ ਤੂੰ ਜਾ ਪ੍ਰੈਕਟਿਸ ਕਰਕੇ ਆ ਦੁਨੀਆ 'ਚ। ਉਹ ਬਾਈ ਕਿਸ਼ਤੀ 'ਚ ਬਹਿ ਗਿਆ, ਅਤੇ ਜਿਹੜਾ ਉਹ ਬੰਦਾ ਕਿਸ਼ਤੀ ਚਲਾਉਂਦਾ ਸੀ ਉਹਨੂੰ ਕਹਿੰਦਾ ਆਖੇ, ਕਿਉਂਕਿ ਉਹ ਨਵਾਂ ਸਿੱਖਿਆ ਸੀ ਨਾ, ਕਹਿੰਦਾ ਆਖੇ ਤੈਨੂੰ ਪਤਾ, ਕਹਿੰਦਾ ਆਖੇ ਧਰਤੀ ਅਤੇ ਸੂਰਜ ਦੇ ਵਿੱਚ ਕਿੰਨੇ ਮੀਲ ਦਾ ਫਾਸਲਾ? ਉਹ ਜਿਹੜਾ ਬੰਦਾ ਕਿਸ਼ਤੀ ਚਲਾਉਂਦਾ ਸੀ ਉਹ ਕਹਿੰਦਾ ਜੀ ਗਰੀਬ ਬੰਦਾ, ਮੈਂ ਤਾਂ ਇੱਧਰੋਂ ਬੰਦੇ ਉੱਧਰ ਲਿਜਾਉਂਦਾ, ਉੱਧਰੋਂ ਇੱਧਰ ਲਿਜਾਉਂਦਾ, ਮੈਂ ਧਰਤੀ ਦੇ ਸੂਰਜ ਦੀ ਦੂਰੀ ਦਾ ਮੈਨੂੰ ਕੀ ਪਤਾ, ਅਤੇ ਨਾ ਮੈਂ ਲੈਣਾ ਵੀ ਕੀ ਆ। ਕਹਿੰਦਾ ਯਾਰ ਤੂੰ ਵੀ, ਕਹਿੰਦਾ ਜ਼ਿੰਦਗੀ ਐਵੇਂ ਵਿਅਰਥ ਹੀ ਗਵਾ ਤੀ। ਉਹ ਥੋੜ੍ਹੀ ਦੂਰ ਫਿਰ ਚਲੇ ਗਿਆ, ਫਿਰ ਉਹਦੇ ਦਿਮਾਗ 'ਚ ਫੁਰਨਾ, ਕਹਿੰਦਾ ਵੀ ਤੈਨੂੰ ਪਤਾ ਵੀ ਜਿਹੜੀ ਹਨੇਰੀ ਆ ਉਹ ਕਿੰਨੇ ਕਿਲੋਮੀਟਰ ਦੀ ਸਪੀਡ 'ਤੇ ਦਰਖਤ ਨੂੰ ਪੱਟ ਦਿੰਦੀ ਆ? ਉਹ ਕਹਿੰਦਾ ਜੀ ਮੈਨੂੰ ਕੀ ਪਤਾ ਇਹਦਾ ਵੀ ਕਿੰਨੀ ਸਪੀਡ 'ਤੇ ਦਰਖਤ ਨੂੰ ਪੱਟ ਦਿੰਦੀ ਆ, ਮੈਂ ਤਾਂ ਕਹਿੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈਂਦਾ। ਅਤੇ ਅੰਦਰੋਂ ਉਹ ਜਿਹੜਾ ਬੰਦਾ ਕਿਸ਼ਤੀ ਚਲਾਉਂਦਾ ਸੀ ਉਹਨੂੰ ਗੁੱਸਾ ਵੀ ਆਵੇ ਵੀ ਇਹ ਕਰੀ ਕੀ ਜਾਂਦਾ, ਇਹ ਮੈਨੂੰ ਇਹੋ ਜਿਹੇ ਪੁੱਠੇ ਸਿੱਧੇ ਜਿਹੇ ਸਵਾਲ ਕਿਉਂ ਪੁੱਛੀ ਜਾਂਦਾ। ਉਹਨੇ ਫਿਰ ਇੱਕ ਹੋਰ ਪੁੱਛ ਲਿਆ, ਉਹ ਕਹਿੰਦਾ ਵੀ ਤੂੰ, ਕਹਿੰਦਾ ਆਖੇ ਮੈਨੂੰ ਦੱਸੇਗਾ ਵੀ ਜਿਹੜੀ ਧਰਤੀ ਆ ਇਹਦੀ ਗੁਲਾਈ ਕਿੰਨੀ ਆ? ਉਹ ਕਹਿੰਦਾ ਯਾਰ ਤੂੰ, ਕਹਿੰਦਾ ਆਖੇ, ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਕਹਿੰਦਾ ਤੇਰਾ, ਕਹਿੰਦਾ ਜੀਵਨ ਹੀ ਵਿਅਰਥ ਆ, ਕੱਖ ਨਹੀਂ ਤੂੰ ਕੀਤਾ ਜ਼ਿੰਦਗੀ, ਕੀ ਤੂੰ ਇੱਧਰੋਂ ਬੰਦੇ। ਉਹਨੇ ਨਾ ਥੋੜ੍ਹੀ ਜਿਹੀ ਕਿਸ਼ਤੀ ਜੀ ਨਾ ਐਂ ਕਰਕੇ ਹਿਲਾਉਣੀ ਸ਼ੁਰੂ ਕੀਤੀ। ਉਹ ਕਹਿੰਦਾ ਵੀ ਭਾਈ ਸਾਹਿਬ, ਉਹ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਵੀ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਨੂੰ ਤਰਨਾ ਆਉਂਦਾ? ਉਹ ਕਹਿੰਦਾ ਨਹੀਂ। ਕਹਿੰਦਾ ਵੀ ਤੇਰੀ ਜ਼ਿੰਦਗੀ ਹੁਣ ਵਿਅਰਥ ਜਾਊਗੀ, ਹੁਣ ਮੈਂ ਕਹਿੰਦਾ ਪੁੱਠੀ ਕਰਨ ਲੱਗਿਆ ਇਹਨੂੰ, ਤੂੰ ਮੈਨੂੰ ਹੁਣ ਕਹਿੰਦਾ ਗੁੱਸਾ ਦਵਾਤਾ। ਸੋ ਕਈ ਇਹੋ ਜਿਹੇ ਵੀ ਵਿਦਵਾਨ ਹੁੰਦੇ, ਉਹ ਸੋਚਦੇ ਆ ਵੀ ਸਾਨੂੰ ਸਾਰਾ, ਪਰ ਉਹਨੂੰ ਤਰਨਾ ਨਹੀਂ ਸੀ ਆਉਂਦਾ, ਬਾਈ ਨੇ ਗ੍ਰੰਥ ਵਾਲੇ ਪੜ੍ਹ ਲਏ, ਫਿਰ ਲਾਗੂ ਕਰਨ ਲੱਗ ਗਿਆ ਆਪਣਾ ਗਿਆਨ ਦੂਜੇ 'ਤੇ। ਸੋ ਜਿਹੜਾ ਆਈ ਨੋ ਆ ਨਾ, ਦੇਰ ਇਜ਼ ਨੋ ਆਈ ਨੋ, ਇਹ ਕੰਪਲੀਟ ਹੋ ਹੀ ਨਹੀਂ ਸਕਦਾ। ਸੋ ਇਸ ਕਰਕੇ ਇੱਕ ਬਹੁਤੇ ਧਰਮਾਂ ਦੇ ਵਿੱਚ ਇਹ ਇੱਕ ਸ਼ਬਦ ਯੂਜ਼ ਕੀਤਾ ਜਾਂਦਾ, ਹਿਊਮਿਲਿਟੀ, ਨਿਮਰਤਾ। ਉਹਦਾ ਇੱਕ ਰੀਜ਼ਨ ਧਰਮ ਦਾ ਇਹ ਪੁਸ਼ ਕਰਨਾ, ਨਿਮਰਤਾ ਪੁਸ਼ ਕਰਨੀ ਸੀਗੀ ਵੀ ਕਿਤੇ ਜਿਹੜੇ ਬੰਦੇ ਦੋ ਜਮਾਤਾਂ ਪੜ੍ਹ ਜਾਂਦੇ ਆ, ਦੋ ਕੁ ਕਿਤਾਬਾਂ ਪੜ੍ਹ ਕੇ, ਉਹ ਆਪਣਾ ਗਿਆਨ ਦੂਜੇ ਬੰਦਿਆਂ 'ਤੇ ਝਾੜ ਕੇ ਆਪਣਾ ਆਈ ਨੋ ਨਾ ਦਿਖਾਉਣ ਲੱਗ ਜਾਣ ਵੀ ਮੈਂ ਬਹੁਤ ਗਿਆਨਵਾਨ ਹਾਂ, ਮੈਂ ਬਹੁਤ ਗਿਆਨਵਾਨ ਹਾਂ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕਹਿਤਾ ਵੀ ਮੈਂ ਜਾਣਦਾ, ਤਾਂ ਤੁਹਾਡੀ ਈਗੋ ਭਾਰੀ ਹੋਜੂ। ਜੇ ਤੁਹਾਡੀ ਈਗੋ ਭਾਰੀ ਹੋ ਗਈ ਫਿਰ ਤੁਹਾਡਾ ਹੰਕਾਰ ਆ ਗਿਆ, ਜੇ ਹੰਕਾਰ ਆ ਗਿਆ ਫਿਰ ਤੁਸੀਂ ਕਿਸੇ ਨੂੰ ਕਹੋਗੇ ਵੀ ਯਾਰ ਬਸ ਕੁਛ ਨਹੀਂ ਤਾਂ ਜ਼ਿੰਦਗੀ 'ਚ ਕੀਤਾ, ਤੈਨੂੰ ਤਾਂ ਪਤਾ ਹੀ ਨਹੀਂ ਗਾ ਵੀ ਸੂਰਜ ਅਤੇ ਧਰਤੀ 'ਚ ਡਿਫਰੈਂਸ ਕਿੰਨਾ। ਤਾਂ ਕਰਕੇ ਉਹਨਾਂ ਨੇ ਨਿਮਰਤਾ ਦੀ ਗੱਲ ਕੀਤੀ ਸੀ ਵੀ
ਮਤਲਬ ਕਿ ਨਿਮਰ ਹੈ ਔਰ ਹਿੰਦੂ ਧਰਮ ਦੇ ਵਿੱਚ ਉਹਨਾਂ ਨੇ ਸਰਟਨ ਰਿਚੁਅਲਸ ਕੀਤੇ ਸੀ ਹਿੰਦੂ ਧਰਮ 'ਚ ਉਹਦੇ ਬੜੇ ਉਹਦੇ ਖਾਸ ਕਰਕੇ ਰੀਜ਼ਨ ਸੀਗੇ ਨਿਮਰਤਾ 'ਚ ਰਹਿਣ ਦੇ ਉਹਦਾ ਇਹ ਸੀਗਾ ਉਹਨਾਂ ਨੇ ਇਹ ਕਿਹਾ ਵੀ ਜਦ ਤੱਕ ਤੁਸੀਂ ਨਿਮਰਤਾ ਸਹਿਤ ਜਿਉਂਦੇ ਨਹੀਂ ਤੁਸੀਂ ਕਿਸੇ ਤੋਂ ਕੁਛ ਲੈ ਨਹੀਂ ਸਕੋਗੇ ਜਿਹੜਾ ਗੁਰੂ ਚੇਲਾ ਦਾ ਰਿਲੇਸ਼ਨਸ਼ਿਪ ਸੀ ਉਹ ਨਿਮਰਤਾ 'ਤੇ ਬੇਸਡ ਹੁੰਦਾ ਸੀ ਜਦੋਂ ਆਪਾਂ ਕਿਸੇ ਦੇ ਸਾਹਮਣੇ ਸਿਰ ਝੁਕਾਉਂਦੇ ਹਾਂ ਉਹ ਵੀ ਨਿਮਰਤਾ ਦਾ ਇੱਕ ਪ੍ਰਤੀਕ ਆ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਸੀਸ ਝੁਕਾ ਰਿਹਾ ਜੇ ਆਪਾਂ ਨਿਮਰਤਾ ਨਹੀਂ ਵਰਤਦੇ ਫਿਰ ਤਾਂ ਇੱਕ ਮਕੈਨੀਕਲ ਰਿਚੁਅਲ ਹੀ ਆ ਐਂ ਜੇ ਕੀਤਾ ਤਾਂ ਬਸ ਤੁਰ ਪਏ ਆਪਾਂ ਨੇ ਐਕਚੁਅਲੀ ਆਪਾਂ ਨੇ ਹਲੀਮੀ ਤਾਂ ਨਹੀਂ ਨਾ ਦਿਖਾਈ ਵੀ ਮੈਨੂੰ ਨਹੀਂ ਕੁਛ ਆਉਂਦਾ ਉਹ ਤਾਂ ਦਿਖਾਇਆ ਨਹੀਂ ਅਸੀਂ ਤਾਂ ਇੱਕ ਮਕੈਨਿਕ ਜੇਬ 'ਚੋਂ ਬਟੂਏ 'ਚੋਂ ਡਾਲਰ ਕੱਢਿਆ ਪਾਇਆ ਮੱਥਾ ਟੇਕਿਆ ਅਤੇ ਬਹਿ ਗਏ ਪਰ ਪਤਾ ਨਹੀਂ ਲੱਗਿਆ ਵੀ ਅਸੀਂ ਵਾਕਿਆ ਹੀ ਅਸੀਂ ਆਪਣੇ ਆਪ ਨੂੰ ਝੁਕਾਇਆ ਕਿ ਨਹੀਂ ਵੀ ਡੋਂਟ ਨੋ ਕਿਉਂਕਿ ਅਸੀਂ ਝੁਕਾਇਆ ਨਹੀਂ ਇਸ ਕਰਕੇ ਸਾਨੂੰ ਹੁਣ ਸਮਝ ਨਹੀਂ ਆਉਣਾ ਉਹ ਕੀ ਗਾ ਰਹੇ ਆ ਜਾਂ ਕੀ ਬੋਲ ਰਹੇ ਆ ਜਾਂ ਕੀ ਵਿਆਖਿਆ ਹੋ ਰਹੀ ਆ ਅਤੇ ਉਹਦੀ ਰੈਲੇਵੈਂਸ ਮੇਰੀ ਜ਼ਿੰਦਗੀ 'ਚ ਕੀ ਆ ਇਸੇ ਕਰਕੇ ਹੀ ਜਿਸ ਹਿਸਾਬ ਨਾਲ ਤੁਸੀਂ ਗਏ ਹੋ ਉਸੇ ਹਿਸਾਬ ਨਾਲ ਹੀ ਤੁਸੀਂ ਬਾਹਰ ਆ ਜਾਂਦੇ ਹੋ ਕਿਉਂਕਿ ਤੁਸੀਂ ਹਿਊਮਿਲਿਟੀ ਨਹੀਂ ਦਿਖਾਈ ਸੋ ਇਹਦਾ ਮਤਲਬ ਆ ਕਿ ਜਿਹੜਾ ਆਈ ਨੋ ਇਹ ਡੋਮੀਨੈਂਟ ਚੀਜ਼ ਆ ਆਦਮੀਆਂ ਦੇ ਵਿੱਚ ਆਪਾਂ ਨੂੰ ਇਹ ਦੇਖਣੀ ਚਾਹੀਦੀ ਆ ਵੀ ਕੀ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਇਹ ਰੁਕਾਵਟ ਤਾਂ ਨਹੀਂ ਬਣੀ ਜਾਂਦਾ ਆਈ ਨੋ ਰਾਈਟ ਕੀ ਮੈਂ ਹਰ ਇੱਕ ਚੀਜ਼ ਨੂੰ ਬਲੈਕ ਐਂਡ ਵਾਈਟ ਤਾਂ ਨਹੀਂ ਦੇਖਣਾ ਨਹੀਂ ਐਂ ਹੋਈ ਹੋਊਗਾ ਅਗਲਾ ਕਹਿੰਦਾ ਯਾਰ ਐਂ ਕਰਕੇ ਦੇਖ ਲਓ ਨਹੀਂ ਇਹ ਤਾਂ ਬਸ ਐਂ ਹੋਈ ਹੋਊਗਾ ਨਹੀਂ ਐਂ ਨਹੀਂ ਹੋਣਾ ਜਾਂ ਤੁਸੀਂ ਥੋੜ੍ਹਾ ਬਹੁਤਾ ਫਲੈਕਸੀਬਲ ਹੈਗੇ ਹੋ ਆਪਣੀ ਜ਼ਿੰਦਗੀ 'ਚ ਇੱਦਾਂ ਸੋ ਆਹ ਜਿਹੜੀਆਂ ਚਾਰ ਇਸ਼ੂਜ਼ ਆ ਇਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬੈਠ ਕੇ ਠੰਡੇ ਦਿਮਾਗ ਨਾਲ ਦੇਖ ਲਓ ਕਿਤੇ ਤੁਸੀਂ ਇਹਨਾਂ 'ਚ ਕਿੱਥੇ ਕੁ ਫਿੱਟ ਹੁੰਦੇ ਹੋ ਪਰ ਜਿੱਦਾਂ ਇਹ ਤਾਂ ਕੀ ਕੁਦਰਤ ਨੇ ਵੀ ਥੋੜ੍ਹਾ ਬਣਾਈ ਕਿ ਜਿਹੜੀ ਮੇਲ ਜਾਨਵਰਾਂ 'ਚ ਵੀ ਲੈ ਲਓ ਉਹ ਵੀ ਮੇਲ ਥੋੜ੍ਹੇ ਡੋਮੀਨੈਂਟ ਹੁੰਦੇ ਕੁਦਰਤ ਬੋਲਿਆ ਨਹੀਂ ਇਹ ਚੀਜ਼ ਲੇਕਿਨ ਉਹ ਡੋਮੀਨੈਂਸ ਚਾਹੀਦੀ ਸੀਗੀ ਉਹ ਹੁਣ ਵੀ ਚਾਹੀਦੀ ਆ ਲੇਕਿਨ ਕਿਸੇ ਨੂੰ ਦਬਾਉਣ ਵਾਸਤੇ ਨਹੀਂ ਡੋਮੀਨੈਂਸ ਤਾਂ ਚਾਹੀਦੀ ਆ ਇਹਦੇ ਡੋਮੀਨੈਂਸ 'ਚ ਕੋਈ ਨੁਕਸਾਨ ਨਹੀਂ ਗਾ ਵੀ ਤੁਸੀਂ ਤਗੜੇ ਹੋ ਉਹ ਉਹਦੇ 'ਚ ਨੁਕਸਾਨ ਨਹੀਂ ਨੁਕਸਾਨ ਹੈਗਾ ਕਿ ਕੀ ਆਪਾਂ ਡੋਮੀਨੈਂਸ ਦੀ ਵਰਤੋਂ ਕਿਸ ਪਾਸੇ ਨੂੰ ਕਰਦੇ ਹਾਂ ਕਿਸੇ ਨੂੰ ਪ੍ਰੋਟੈਕਟ ਕਰਨ ਦੀ ਖਾਤਰ ਡੋਮੀਨੈਂਸ ਆ ਕਿ ਕਿਸੇ ਨੂੰ ਦਬਾਉਣ ਦੀ ਖਾਤਰ ਡੋਮੀਨੈਂਸ ਆ ਡੋਮੀਨੈਂਸ ਤਾਂ ਚਾਹੀਦੀ ਆ ਤੁਸੀਂ ਤਗੜੇ ਹੋ ਤਾਂ ਤਗੜਾ ਹੋਣਾ ਤਾਂ ਕੋਈ ਗੁਨਾਹ ਨਹੀਂ ਗੁਨਾਹ ਤਾਂ ਉਦੋਂ ਬਣਦਾ ਵੀ ਤੁਸੀਂ ਕਿਸੇ ਨੂੰ ਬਚਾਇਆ ਕਿ ਕਿਸੇ ਨੂੰ ਦਬਾਇਆ ਡੋਮੀਨੈਂਸ ਦਾ ਤਾਂ ਇਟਸੈਲਫ ਕੋਈ ਨੁਕਸਾਨ ਨਹੀਂ ਗਾ ਡੋਮੀਨੈਂਸ ਦਾ ਨੁਕਸਾਨ ਨਹੀਂ ਗਾ ਡੋਮੀਨੈਂਸ ਤਾਂ ਹੋਣੀ ਚਾਹੀਦੀ ਆ ਤੁਸੀਂ ਜੇ ਸਰੀਰ ਦੇ ਤਕੜੇ ਹੋ ਉਹਦਾ ਕੋਈ ਨੁਕਸਾਨ ਨਹੀਂ ਗਾ ਜੇ ਤੁਸੀਂ ਦਿਮਾਗੀ ਤੌਰ 'ਤੇ ਵੀ ਤਕੜੇ ਹੋ ਉਹਦਾ ਵੀ ਕੋਈ ਨੁਕਸਾਨ ਨਹੀਂ ਗਾ ਦਿਸ ਨਥਿੰਗ ਹਾਂ ਹੁਣ ਤੁਸੀਂ ਉਹਨੂੰ ਯੂਜ਼ ਕਿਵੇਂ ਕਰਦੇ ਹੋ ਆਪਣੀ ਤਾਕਤ ਨੂੰ ਇਹਦੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਕੁ ਵਿਦਵਾਨ ਹੋ ਕਿਵੇਂ ਤੁਸੀਂ ਯੂਜ਼ ਕੀਤਾ ਹੁਣ ਕਈ ਬੰਦੇ ਆਪਣੀ ਡੋਮੀਨੈਂਸ ਨਾਲ ਆਪਣਾ ਹੀ ਨੁਕਸਾਨ ਵਿਚਾਰੇ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਐਂਡ ਦੈਟਸ ਵਾਟ ਹੈਪਨਸ ਦੈਨ ਸੋ ਉਹਦਾ ਨਹੀਂ ਇੰਨਾ ਸੋ ਹੁਣ ਕੀ ਹੋ ਰਿਹਾ ਕਿ ਜਦੋਂ ਜਿਉਂ ਜਿਉਂ ਸੁਸਾਇਟੀ ਇਵੋਲਵ ਹੁੰਦੀ ਆ ਉਦੋਂ ਹਰ ਇੱਕ ਨੂੰ ਚੰਗਾ ਲੱਗਦਾ ਕਿ ਮੈਂ ਮੇਰੀ ਜਿਹੜੀ ਆ ਕੁਛ ਬੁਕਤ ਹੋਵੇ ਸੁਸਾਇਟੀ 'ਚ ਸੋ ਆਦਮੀਆਂ ਦੇ ਕੋਲ ਤਾਂ ਇਹ ਬੁਕਤ ਪਹਿਲਾਂ ਤੋਂ ਹੀ ਸੀ ਹੁਣ ਜਨਾਨੀਆਂ ਨੇ ਵੀ ਕਹਿ ਲਿਆ ਵੀ ਸਾਨੂੰ ਵੀ ਬੁਕਤ ਚਾਹੀਦੀ ਆ ਵੀ ਆਲਸੋ ਨੋ ਪਰ ਪ੍ਰੋਬਲਮ ਹੈਗੀ ਆ ਕਿ ਆਦਮੀਆਂ ਦੀ ਵੀ ਪ੍ਰੋਬਲਮ ਆ ਕਿ ਉਹਨਾਂ ਨੂੰ ਨਹੀਂ ਪਤਾ ਵੀ ਕੀ ਕਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ ਅਤੇ ਉੱਧਰੋਂ ਹੁਣ ਜਨਾਨੀਆਂ ਨੂੰ ਵੀ ਨਹੀਂ ਪਤਾ ਵੀ ਕਿਹੜੀ ਚੀਜ਼ ਚਾਹੀਦੀ ਆ ਸਪੈਸ਼ਲੀ ਫੈਮਿਲੀ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਪਾਂ ਨੂੰ ਪਤਾ ਨਾ ਆਦਮੀਆਂ ਨੂੰ ਪਤਾ ਨਾ ਜਨਾਨੀਆਂ ਨੂੰ ਪਤਾ ਕਿਉਂਕਿ ਚੇਂਜ ਤਾਂ ਹੋ ਗਏ ਸੁਸਾਇਟੀ ਤਾਂ ਹੁਣ ਚੇਂਜ ਹੋਈ ਜਾਂਦੀ ਆ ਪਰ ਪਤਾ ਹੈ ਨਹੀਂ ਟ੍ਰੇਨਿੰਗ ਕਿਤੇ ਨਹੀਂ ਮਿਲ ਰਹੀ ਜਿਹੜਾ ਡੋਮੀਨੈਂਸ ਆ ਉਹ ਇਟਸੈਲਫ ਨੁਕਸਾਨਦਾਇਕ ਇਸ ਕਰਕੇ ਆ ਕਿਉਂਕਿ ਅਗਰ ਤੁਹਾਨੂੰ ਪਤਾ ਨਹੀਂ ਵੀ ਤੁਸੀਂ ਡੋਮੀਨੈਂਸ ਕਿੱਥੇ ਯੂਜ਼ ਕਰਨੀ ਆ ਫਿਰ ਨੁਕਸਾਨ ਹੋਜੂ ਜੇ ਤੁਸੀਂ ਬੱਚੇ ਦੇ ਚਪੇੜ ਮਾਰਤੀ ਤੁਹਾਨੂੰ ਪਤਾ ਹੀ ਨਹੀਂ ਗਾ ਵੀ ਨਹੀਂ ਮਾਰਨੀ ਚਪੇੜ ਪਰ ਮਾਰਤੀ ਕਿਉਂ ਕਿਉਂਕਿ ਇੰਡੀਆ ਪਾਕਿਸਤਾਨ ਦੇ ਵਿੱਚ ਜਵਾਕਾਂ ਦੇ ਚਪੇੜਾਂ ਮਾਰਦੇ ਆਏ ਸੀਗੇ ਅਸੀਂ ਵੀ ਇੱਥੇ ਕਲਾਤੀ
ਕਿਉਂਕਿ ਸਾਨੂੰ ਪਤਾ ਹੀ ਨਹੀਂ ਗਾ ਵੀ ਹੁਣ ਨਹੀਂ ਮਾਰਨਾ, ਵੀ ਡਿਫਰੈਂਟ ਟੈਕਨੀਕਸ ਆ ਗਈਆਂ, ਬੱਚੇ ਨੂੰ ਐਂ ਵੀ ਕੰਟਰੋਲ ਕੀਤਾ ਜਾ ਸਕਦਾ, ਬੱਚੇ ਨੂੰ ਐਂ ਵੀ ਕੀਤਾ ਜਾ ਸਕਦਾ, ਆਪਾਂ ਨੂੰ ਪਤਾ ਹੀ ਨਹੀਂ, ਸਿੱਖੀਆਂ ਹੀ ਨਹੀਂ ਆਪਾਂ। ਆਪਾਂ ਨੂੰ ਇਹ ਪਤਾ ਵੀ ਸਾਡੇ ਵੀ ਇੱਕ ਮਾਰ ਦਿੰਦੇ ਸੀ, ਅਸੀਂ ਵੀ ਇੱਕ ਜੜਤੀ ਗਾਂ। ਉਹਦੇ 'ਚ ਫਿਰ ਕਸੂਰ ਤਾਂ ਡੋਮੀਨੈਂਸ ਤਾਂ ਨਹੀਂ ਨਾ, ਉਹ ਤਾਂ ਹੁਣ ਸਾਨੂੰ ਅੰਡਰਸਟੈਂਡਿੰਗ ਹੀ ਨਹੀਂ ਗੀ ਵੀ ਸਾਡੇ ਕੋਲ ਪਾਵਰ ਹੈਗੀ ਆ। ਹੁਣ ਰੀਸਰਚ ਇਹ ਕਹਿੰਦੀ ਆ ਵੀ ਜ਼ਿਆਦਾ ਜਨਾਨੀਆਂ ਬੱਚਿਆਂ 'ਤੇ ਅਬਿਊਜ਼ ਕਰਦੀਆਂ, ਬੱਚਿਆਂ ਨੂੰ। ਨੌਰਥ ਅਮੈਰੀਕਾ ਦੀ ਰੀਸਰਚ ਸਟੱਡੀ ਆ ਵੀ ਜਨਾਨੀਆਂ ਜ਼ਿਆਦਾ ਬੱਚਿਆਂ ਨੂੰ ਅਬਿਊਜ਼ ਕਰਦੀਆਂ। ਹੁਣ ਕੁਸ਼ਚਨ ਹੈਗਾ ਵੀ ਉਹ ਕਿਉਂ ਅਬਿਊਜ਼ ਕਰਦੀਆਂ, ਕਿਉਂ? ਕਿਉਂਕਿ ਗੱਲ ਜਨਾਨੀ ਦੀ ਅਤੇ ਆਦਮੀ ਦੀ ਨਹੀਂ ਗੀ, ਗੱਲ ਹੈਗੀ ਆ ਵੀ ਸਕਿੱਲਸ ਹੈ ਨਹੀਂ ਗੀਆਂ, ਰਾਈਟ? ਸੋ ਜਿਹੜੀਆਂ ਸਕਿੱਲਸ ਆ ਬੱਚੇ ਪਰਵਰਿਸ਼ ਕਰਨ ਦੀਆਂ ਉਹ ਹੈ ਨਹੀਂ ਗੀਆਂ, ਅਵੇਅਰਨੈਸ ਹੈ ਨਹੀਂ ਗੀ ਇਹਦੇ 'ਚ। ਹੁਣ ਚਾਹੇ ਆਦਮੀ ਆ ਚਾਹੇ ਔਰਤ ਆ, ਜੇ ਅਵੇਅਰਨੈਸ ਹੈ ਨਹੀਂ ਗੀ ਫਿਰ ਤਾਂ ਗਲਤ ਕੰਮ ਹੋਊਗਾ ਜੀ। ਜੇ ਆਪਣੇ ਕੋਲ ਸਕਿੱਲਸ ਹੈ ਨਹੀਂ ਫਿਰ ਵੀ ਗਲਤ ਕੰਮ ਹੋਊਗਾ। ਜੇ ਅੰਡਰਸਟੈਂਡਿੰਗ ਇੱਥੇ ਲਿਖ ਲਈਏ ਉਹ ਵੀ ਹੈ ਨਹੀਂ ਗੀ, ਉਹ ਤਾਂ ਫਿਰ ਦੋਨਾਂ 'ਚ ਹੈ ਨਹੀਂ ਗੀ। ਸੋ ਬਹੁਤਾ ਚੀਜ਼ਾਂ ਜਿਹੜੀਆਂ ਮੈਂ ਸਿੱਖ ਸਕਿਆਂ ਉਹ ਆਦਮੀ ਔਰਤ ਦਾ ਇੰਨਾ ਪ੍ਰੋਬਲਮ ਨਹੀਂ ਗੀ ਜਿੰਨੀ ਪ੍ਰੋਬਲਮ ਇਹਨਾਂ ਚੀਜ਼ਾਂ ਦੀ ਆ। ਸੋ ਜਨਾਨੀ ਕੋਲ ਵੀ ਅਵੇਅਰਨੈਸ ਨਹੀਂ ਹੋ ਸਕਦੀ, ਆਦਮੀ ਕੋਲ ਵੀ ਅਵੇਅਰਨੈਸ ਨਹੀਂ ਹੋ ਸਕਦੀ, ਜਨਾਨੀ ਕੋਲ ਵੀ ਸਕਿੱਲਸ ਨਹੀਂ ਹੋ ਸਕਦੀਆਂ, ਆਦਮੀ ਕੋਲ ਵੀ ਸਕਿੱਲਸ ਨਹੀਂ ਹੋ ਸਕਦੀਆਂ। ਗੱਲ ਜਨਾਨੀ ਆਦਮੀ ਦੀ ਨਹੀਂ ਗੀ, ਗੱਲ ਹੈਗੀ ਆ। ਪਰ ਇੱਕ ਦਿਨ ਨੂੰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਰੈਕਗਨਾਈਜ਼ ਕਰੂਗੀ, ਤੁਸੀਂ ਮੰਨੋ ਇਸ ਚੀਜ਼ ਨੂੰ। ਜਿਹੜੀ ਸੋਸਾਇਟੀ ਇੱਥੋਂ ਤੱਕ ਪਹੁੰਚੀ ਆ, ਪਹਿਲਾਂ ਜਨਾਨੀਆਂ 'ਤੇ ਨੌਰਥ ਅਮੈਰੀਕਾ ਦੇ ਵਿੱਚ, ਪੂਰੇ ਯੂਰਪ 'ਚ, ਇੰਡੀਆ 'ਚ, ਹੋਰ ਸਾਰੀ ਜਗ੍ਹਾ 'ਤੇ ਜਨਾਨੀਆਂ ਨੂੰ ਕੁਛ ਨਹੀਂ ਸੀ ਸਮਝ ਆਉਂਦਾ ਸੀ, ਕੋਈ ਵੋਟਾਂ ਦਾ ਹੱਕ ਨਹੀਂ। ਫਿਰ ਹੌਲੀ ਹੌਲੀ ਕਰਕੇ ਹੁਣ ਆਪਾਂ ਨੇ ਬਰਾਬਰੀ ਤੱਕ ਲਿਆਂਦਾ। ਇੱਕ ਟਾਈਮ ਐਸਾ ਆਊਗਾ ਆਉਣ ਵਾਲੇ 10-20 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਜ਼ਿਕਰ ਹੀ ਨਹੀਂ ਕਰਨਾ ਵੀ ਤੂੰ ਆਦਮੀ ਆ ਕਿ ਔਰਤ ਆ। ਉਹ ਕਹਿਣਗੇ ਵੀ ਤੁਹਾਡੇ ਕੋਲ ਸਕਿੱਲ ਹੈਗੀ ਆ, ਗੱਲ ਕਰੋ ਮੈਂ ਸਾਡੇ ਨਾਲ, ਡੂ ਯੂ ਹੈਵ ਦਾ ਸਕਿੱਲਸ ਟੂ ਬੀ। ਹੁਣ ਬਿਨਾਂ ਕਿਸੇ ਗੱਲਬਾਤ ਆਪਣੇ ਹਸਬੈਂਡ ਵਾਈਫ ਦਾ ਵਿਆਹ ਹੁੰਦਾ, ਵਿਆਹ ਹੋ ਕੇ ਉਸ ਤੋਂ ਬਾਅਦ ਬੱਚਾ ਹੋ ਜਾਂਦਾ, ਕੀ ਉਹ ਬੱਚੇ ਦੇ ਪਰਵਰਿਸ਼ ਦੇ ਵਿੱਚ ਉਹਨਾਂ ਨੇ ਕੋਰਸ ਕੀਤਾ? ਆਪਾਂ ਡਰਾਈਵਿੰਗ ਦਾ ਤਾਂ ਕੋਰਸ ਕਰਾਉਂਦੇ ਹਾਂ, ਕੀ ਗੌਰਮੈਂਟ ਉਹਨਾਂ ਨੂੰ ਪੁੱਛ ਸਕਦੀ ਹੈ ਵੀ ਤੁਸੀਂ ਪਹਿਲਾਂ 6 ਸੈਸ਼ਨ ਲਓ, ਜਦੋਂ ਤੁਸੀਂ ਜਾ ਕੇ ਰਜਿਸਟਰ ਕਰਾਉਂਗੇ ਨਾ ਮੈਰਿਜ ਸਰਟੀਫਿਕੇਟ, ਉਹ ਕਹਿਣਗੇ ਵੀ ਹਾਂਜੀ ਆਹ 3 ਚੀਜ਼ਾਂ ਪੂਰੀਆਂ ਕਰੋ। ਆਪਾਂ ਨਹੀਂ ਕਰਦੇ ਵੀ ਅੱਖਾਂ ਦਾ ਟੈਸਟ ਹੋਣਾ ਚਾਹੀਦਾ ਜਦੋਂ ਡਰਾਈਵਰ ਲਾਇਸੈਂਸ ਲੈਂਦੇ ਹਾਂ, ਫਿਰ ਉਹ ਰਿਟਰਨ ਹੁੰਦਾ, ਫਿਰ ਜਾ ਕੇ ਉਹ ਤੁਹਾਨੂੰ ਦਿੰਦੇ ਆ, ਫਿਰ ਤੁਸੀਂ ਜਾ ਕੇ ਸਿੱਖਦੇ ਹੋ। ਐਗਜੈਕਟਲੀ ਐਂ ਕਰਨਾ ਚਾਹੀਦਾ ਵਿਆਹ ਵੇਲੇ, ਜਦੋਂ ਤੁਸੀਂ ਸਿਟੀ ਹਾਲ ਜਾਂਦੇ ਹੋ ਲਾਇਸੈਂਸ ਲੈਣ ਵਿਆਹ ਵਾਲਾ ਵੀ ਮੈਂ 19 ਤਰੀਕ ਨੂੰ ਵਿਆਹ ਕਰਨਾ, ਉਹ ਕਹਿੰਦੇ ਠੀਕ ਆ ਆਹ ਸਾਈਨ ਕਰਾ ਕੇ ਅਤੇ ਸਾਨੂੰ ਵਾਪਸ ਦੇ ਜੀ ਜਾਂ ਮੇਲ ਕਰ ਦਿਓ, ਉਦਣੇ ਉਹ ਤੁਹਾਨੂੰ ਇੱਕ ਪਰਚੀ ਜੀ ਹੋਰ ਦੇ ਦੇਣਗੇ ਵੀ ਜਾ ਕੇ ਤੁਸੀਂ ਇਹ ਲਾਓ ਬੱਚਿਆਂ ਦੀ ਕਿਵੇਂ ਪਰਵਰਿਸ਼ ਕਰੋਗੇ, ਪ੍ਰੋਬਲਮਸ ਕਿਵੇਂ ਸੋਲਵ ਕਰੋਗੇ। ਪਰ ਰਾਈਟ ਨਾਓ ਉਹ ਕਰ ਨਹੀਂ ਰਹੇ, ਕਿਉਂ? ਰਾਈਟ ਨਾਓ ਇਹਨਾਂ ਦੀ ਹਜੇ ਉਹਨਾਂ ਨੂੰ ਲੋੜ ਨਹੀਂ ਮਹਿਸੂਸ ਪਈ, ਉਹ ਸੋਸਾਇਟੀ ਕਹਿੰਦੀ ਆ ਵੀ ਆਈ ਨੋ ਇਹਨਾਂ ਨੂੰ ਪਤਾ ਹੀ ਆ, ਜਦੋਂ ਕਿ ਪਤਾ ਨਹੀਂ ਗਾ। ਨਹੀਂ ਉਹ ਫਸਟ ਟਾਈਮ 'ਤੇ ਦੱਸਦੇ ਆ ਨਾ ਜਦੋਂ ਨਿਊ ਬੋਰਨ ਬੇਬੀ ਦੀ ਕਲਾਸਿਸ ਹੋਣੀ, ਉਹਦੇ ਨਾਲ ਸਟਾਰਟ ਕਰ ਛੱਡਿਆ ਹੈਗਾ, ਜਦੋਂ ਤੁਹਾਡਾ ਫਸਟ ਬੇਬੀ ਹੋਣਾ ਤੁਸੀਂ ਜਾ ਕੇ ਰਜਿਸਟਰ ਕਰਵਾਉਂਦੇ ਹੋਸਪਿਟਲ ਵਿੱਚ, ਆਪਣੇ ਗੋਰੇ ਜਾਂਦੇ ਆ, ਆਪਣੇ ਤਾਂ ਜਾਂਦੇ ਨੀ, ਆਪਣੇ ਕਹਿੰਦੇ ਲਾ ਹੁਣ ਸਾਨੂੰ ਦੱਸਣਗੇ ਵੀ ਬੇਬੀ ਕਿਵੇਂ ਹੋਣਾ ਜੋ ਅਸੀਂ ਕੀ ਕਰਨਾ, ਪਤਾ ਹੀ ਆ 20 ਬੱਚੇ ਪਾਲੇ ਆ, ਆਪਣੇ ਤਾਂ ਮੰਨਦੇ ਨੀ ਇਹਨਾਂ ਚੀਜ਼ਾਂ ਨੂੰ ਕੁਛ, ਦੇ ਡੋਂਟ ਕੰਸਿਡਰ ਦੀਸ ਕਾਇੰਡ ਆਫ ਥਿੰਗਸ। ਉਹ ਕਹਿੰਦੇ ਨਾ ਕੋਈ ਟਾਈਮ ਨਹੀਂ ਗਾ ਸਾਡੇ ਕੋਲ। ਸੋ ਇਸ ਕਰਕੇ ਇਹ ਕਲੀਅਰ ਆ, ਐਨੀ ਕੁਐਸਚਨਸ? ਹਾਂਜੀ, ਲੀਡਰਸ਼ਿਪ ਕੁਆਲਿਟੀਜ਼ ਇਹਦੇ 'ਚ ਵੀ ਹੋ ਸਕਦੀ ਆ, ਆਈ ਨੋ ਯੂ ਨੋ ਦੀ ਪਰਸਨੈਲਿਟੀ 'ਚ, ਲੀਡਰਸ਼ਿਪ ਕੁਆਲਿਟੀ ਇਹਦੇ 'ਚ ਵੀ ਹੋ ਸਕਦੀ ਆ, ਆਈ ਨੋ। ਹਾਂ, ਪਰ ਉਹ ਮਤਲਬ ਕਿ ਉਹ ਹੋ ਤਾਂ ਸਕਦਾ ਨਾ ਵੀ ਮੈਂ ਮਤਲਬ ਕਿ ਆਈ ਨੋ ਆਹ ਮਗਰ ਲੱਗਣ ਦੀ ਪਰਸਨੈਲਿਟੀ ਆ, ਕਿਉਂਕਿ ਦੂਜੇ ਨੂੰ ਸਮਝਦਾ। ਔਰ ਜਿਹੜੇ ਆਹ ਬੰਦੇ ਹੋਣਗੇ ਜਿਹੜੇ ਯੂ ਨੋ ਵਾਲੇ ਜਾਂ ਆਈ ਨੋ ਵਾਲੇ, ਇਹ ਇਹਨਾਂ ਨੂੰ ਮਗਰ ਲਾ ਲੈਂਦੇ ਆ, ਉਹਨਾਂ ਨੂੰ ਫਿਰ ਮਗਰ ਲਾਉਂਦੇ ਆ। ਸੋ ਜੇ ਆਪਾਂ ਵੈਸੇ ਅਗਰ ਆਪਾਂ ਨੇ ਲੀਡਰਸ਼ਿਪ ਕੁਆਲਿਟੀਜ਼ ਨੂੰ ਵੈਸੇ ਦੇਖਣਾ ਹੋਵੇ
ਕਿਹੜੀਆਂ ਕੁਆਲਿਟੀਜ਼ ਡਿਟਰਮਨ ਕਰਤਾ ਲੀਡਰਸ਼ਿਪ ਨੂੰ, ਕਿਹੜੀਆਂ ਕੁਆਲਿਟੀਜ਼ ਡਿਟਰਮਨ ਕਰਤੀਆਂ ਵੀ ਇਹ ਬੰਦਾ ਲੀਡਰ ਆ? ਸੋ ਇੱਕ ਤਾਂ ਚੀਜ਼ ਹੈਗੀ ਆ ਕਿ ਉਹ ਬੰਦਾ ਵਾਈਜ਼ ਹੋਣਾ ਚਾਹੀਦਾ ਜਿਹੜਾ ਲੀਡਰ ਆ, ਸਿਆਣਾ ਹੋਣਾ ਚਾਹੀਦਾ। ਹਾਂ, ਦੂਸਰਾ ਉਹਦੇ 'ਚ ਐਬਿਲਿਟੀ ਹੋਵੇ ਸੁਣਨ ਦੀ, ਉਹ ਲੀਡਰ ਆ। ਜੇ ਤੁਸੀਂ ਸੁਣੋਗੇ ਨਹੀਂ ਤੁਸੀਂ ਲੀਡਰ ਨਹੀਂ ਹੋ ਸਕਦੇ। ਸੁਣਨਾ ਬੜਾ ਜ਼ਰੂਰੀ ਆ, ਆਪਣੀ ਜਜਮੈਂਟ ਨੂੰ ਸਸਪੈਂਡ ਕਰਕੇ ਸੁਣਨਾ। ਜਾਣੀ ਇਹ ਨਹੀਂ ਕਹਿਣਾ ਵੀ ਉਹ ਯਾਰ ਕੀ ਯਾਰ ਤੂੰ ਜਦੋਂ ਵੀ ਬੋਲਦਾ ਸੀ ਯਾਰ ਨਾ ਸੀ ਮਾਰ ਦਿੰਦਾ ਮੀਟਿੰਗ ਦਾ, ਚੁੱਪ ਵੀ ਕਰ ਜਿਆ ਕਰ, ਆਹ ਸੁਣਨਾ ਨਹੀਂ ਹੋਇਆ। ਜਸਟ ਬਿਕੋਜ਼ ਆਈ ਨੋ ਡਜ਼ਨਟ ਮੀਨ ਕਿ ਮੈਂ ਅਗਲੇ ਬੰਦੇ ਦਾ ਓਪੀਨੀਅਨ ਨਾ ਕੰਸਿਡਰ ਕਰਾਂ। ਓਪੀਨੀਅਨ ਕੰਸਿਡਰ ਕਰਨਾ ਬੜਾ ਜ਼ਰੂਰੀ ਆ। ਉਹ ਇੱਕ ਵਾਈਜ਼ ਲੀਡਰ ਆ, ਉਹਨੂੰ ਕਹਿੰਦੇ ਆ ਵੀ ਉਹਦੇ 'ਚ ਇਹ ਕੁਆਲਿਟੀ ਹੈਗੀ ਆ ਲਿਸਨ ਕਰਨ ਦੀ, ਲਿਸਨ ਕਰਨਾ। ਫਿਰ ਉਹਦੀ ਕੁਆਲਿਟੀ ਹੋਣੀ ਚਾਹੀਦੀ ਹੈ ਡਿਸੀਜਨ ਲੈਣ ਦੀ। ਬਹੁਤ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕਦੇ ਤੁਹਾਨੂੰ ਟਾਈਮ ਮਿਲੇ ਤੁਸੀਂ ਹਿਸਟੋਰਿਕ ਬੈਟਲਸ ਦੇਖਿਓ, ਲੜਾਈਆਂ, ਦੋ ਲੜਾਈਆਂ, ਚਾਹੇ ਸਿਕੰਦਰ ਦੀ ਪੁਰਸ ਨਾਲ ਲੜਾਈ ਦੇਖਿਓ। ਤੁਹਾਨੂੰ ਪਤਾ ਪੁਰਸ ਕਿਉਂ ਹਾਰਿਆ ਸੀ? ਜਿਹੜਾ ਹੈ ਨਾ ਸਿਕੰਦਰ ਵੇਲੇ ਸੀਗਾ ਆਪਣਾ ਇੰਡੀਆ 'ਚ ਸੀਗਾ ਪੁਰਸ, ਹੋਇਆ ਇਹ ਕਿ ਜਦੋਂ ਪੁਰਸ ਨੂੰ ਪਤਾ ਚੱਲਿਆ ਵੀ ਸਿਕੰਦਰ ਦੀਆਂ ਫੌਜਾਂ ਆ ਗਈਆਂ ਅਤੇ ਉਹਨੇ ਆਪਣੀਆਂ ਫੌਜਾਂ ਖੜ੍ਹੀਆਂ ਕਰ ਲਈਆਂ, ਤਾਂ ਦੋਨੋਂ ਫੌਜਾਂ ਸੀ ਅਤੇ ਸੈਂਟਰ ਦੇ ਵਿੱਚ ਇੱਕ ਦਰਿਆ ਸੀ। ਮੈਨੂੰ ਨਹੀਂ ਪਤਾ ਹੁਣ ਕਿਹੜਾ ਦਰਿਆ ਸੀ, ਆਪਣੇ ਜਿਹੜੇ ਪੰਜ ਦਰਿਆ ਉਹਨਾਂ 'ਚੋਂ ਇੱਕ ਦਰਿਆ ਸੀ, ਇੱਕ ਪਾਸੇ ਉਹਦੀਆਂ ਫੌਜਾਂ ਇੱਕ ਪਾਸੇ ਉਹਦੀਆਂ ਫੌਜਾਂ। ਇੱਕ ਬਹੁਤ ਅੱਗੇ ਪਿੱਛੇ ਜਾ ਕੇ ਥੋੜ੍ਹਾ ਜਿਹਾ ਦਰਿਆ ਐਂ ਕਰਕੇ ਘੱਟ ਚੌੜਾ ਸੀ ਅਤੇ ਸਿਕੰਦਰ ਨੇ ਕੀ ਕੀਤਾ, ਸਿਕੰਦਰ ਨੇ ਆਪ ਥੋੜ੍ਹੀ ਫੌਜ ਲੈ ਕੇ ਉੱਧਰ ਨੂੰ ਤੁਰਨਾ ਸ਼ੁਰੂ ਕਰਤਾ ਜਿੱਥੇ ਉਹ ਘੱਟ ਚੌੜਾ ਸੀ। ਪੁਰਸ ਨੇ ਕੀ ਕੀਤਾ, ਆਪਣੇ ਮੁੰਡੇ ਨੂੰ ਭੇਜ ਕੇ ਅੱਧੀ ਫੌਜ ਨਾਲ, ਪੁਰਸ ਕਹਿੰਦਾ ਵੀ ਇਹਨੇ ਉੱਥੋਂ ਹੀ ਕ੍ਰੋਸ ਕਰਕੇ ਸਾਨੂੰ ਪਿੱਛੋਂ ਦੀ ਹਮਲਾ ਕਰਨਾ ਵੀ ਤੂੰ ਜਾ ਕੇ ਇਹਦੇ ਨਾਲ ਲੜ। ਉਹਦੀਆਂ ਫੋਰਸਿਸ ਦੋ ਹਿੱਸਿਆਂ 'ਚ ਡਿਵਾਈਡ ਹੋ ਗਈਆਂ, ਜਦੋਂ ਕਿ ਸਿਕੰਦਰ ਦੀ ਫੋਰਸਿਸ 1/4 ਅਤੇ 3/4 'ਚ ਡਿਵਾਈਡ ਹੋਈ। ਆਏ ਉਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਅੱਧੀ ਫੋਰਸਿਸ ਉੱਧਰ ਭੇਜੀ ਅਤੇ ਸਿਕੰਦਰ ਨੇ ਆਪਣੀ ਕੁਆਟਰ ਫੋਰਸ ਨਾਲ ਉੱਧਰ ਹਮਲਾ ਕੀਤਾ, ਇੱਧਰੋਂ ਇਹਨਾਂ ਨੇ ਰਿਵਰ ਕ੍ਰੋਸ ਕਰਕੇ ਉੱਧਰ ਹਮਲਾ ਕਰਤਾ ਅਤੇ ਪੁਰਸ ਹਾਰ ਗਿਆ ਕਿਉਂਕਿ ਉਹਦੀਆਂ ਫੌਜਾਂ ਵੰਡੀਆਂ ਗਈਆਂ। ਇਹਦਾ ਮਤਲਬ ਆ ਵੀ ਉਹ ਜਿਹੜੇ ਲੀਡਰਸ਼ਿਪ ਸੀ ਉਹ ਪਹਿਲਾਂ ਪਲਾਨ ਕਰਦੇ ਸੀ, ਉਹਨੂੰ ਤਾਂ ਕਰਕੇ ਲੀਡਰ ਚੰਗਾ ਮੰਨਿਆ ਜਾਂਦਾ ਸੀਗਾ ਕਿਉਂਕਿ ਲੜਾਈ ਹਥਿਆਰਾਂ ਨਾਲ ਘੱਟ ਹੁੰਦੀ ਹੈ, ਦੇਖ ਕੇ ਜ਼ਿਆਦਾ ਹੁੰਦੀ ਹੈ ਵੀ ਤੁਸੀਂ ਕਿਵੇਂ ਅਗਲੇ ਨੂੰ ਕਿਵੇਂ ਮਨੂਵਰਿੰਗ ਕਰਨੀ ਆ, ਮਨੂਵਰ ਕਿਵੇਂ ਕਰਨਾ ਤੁਸੀਂ। ਉਹ ਇੱਕ ਲੀਡਰਸ਼ਿਪ ਆ, ਔਰ ਰਾਈਟ ਟਾਈਮ 'ਤੇ ਰਾਈਟ ਡਿਸੀਜਨ ਕਰਨਾ ਲੀਡਰ ਵਾਸਤੇ ਬੜਾ ਕਰੂਸ਼ਲ ਹੁੰਦਾ। ਤੁਸੀਂ ਜਿੱਦ ਨਹੀਂ ਕਰ ਸਕਦੇ, ਤੁਸੀਂ ਇਹ ਨਹੀਂ ਕਰ ਸਕਦੇ ਵੀ ਆਈ ਨੋ ਆਹ ਬੰਦਾ ਕਦੇ ਸਕਸੈਸਫੁਲ ਲੀਡਰ ਨਹੀਂ ਬਣ ਸਕਦਾ ਕਿਉਂਕਿ ਉਹਨੇ ਤਾਂ ਜਿੱਦ ਹੀ ਬਦ ਦੇਣਾ, ਮੈਂ ਤਾਂ ਹਟੂੰਗਾ ਨਹੀਂ ਪਿੱਛੇ, ਮੈਂ ਤਾਂ ਆਹ ਨਹੀਂ ਕਰੂੰਗਾ, ਮੈਂ ਤਾਂ ਹੁਣ ਹਮਲਾ ਕਰੂੰਗਾ ਹੀ ਕਰੂੰਗਾ। ਦੈਟਸ ਨੋਟ ਏ ਕੁਆਲਿਟੀ ਆਫ ਏ ਲੀਡਰ। ਕੁਆਲਿਟੀ ਆਫ ਏ ਲੀਡਰ ਇਹ ਵੀ ਹੁੰਦਾ ਵੀ ਕਈ ਵਾਰੀ ਤੁਸੀਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਤੁਹਾਨੂੰ ਪਿੱਛੇ ਵੀ ਹਟਣਾ ਪਊਗਾ, ਪਿੱਛੇ ਹਟ ਜਾਓ, ਹੜਨ ਦਾ ਕੀ ਫਾਇਦਾ, ਇਹ ਤਾਂ ਕੋਈ ਡਿਸੀਜਨ ਨਾ ਨਾ ਹੋਇਆ। ਇਸ ਤਰ੍ਹਾਂ ਦੇ 7 ਪੁਆਇੰਟਸ ਆ ਇੱਕ ਚੰਗੇ ਲੀਡਰ ਵਾਸਤੇ, ਚੰਗੇ ਲੀਡਰ ਵਾਸਤੇ। ਉਹਦੀਆਂ ਕਮਿਊਨੀਕੇਸ਼ਨ ਸਕਿੱਲਸ ਵੀ ਹੋਣੀਆਂ ਚਾਹੀਦੀਆਂ, ਉਹਨੂੰ ਬੋਲਣਾ ਵੀ ਆਉਣਾ ਚਾਹੀਦਾ, ਉਹਦਾ ਕਰਿਜ਼ਮਾ ਵੀ ਹੋਣਾ ਚਾਹੀਦਾ। ਕਰਿਜ਼ਮਾ ਹੁੰਦਾ ਇੰਗਲਿਸ਼ ਦੇ ਵਿੱਚ ਉਹਦਾ ਲੋਕ ਉਹਨੂੰ ਦੇਖ ਕੇ ਮੰਨਣ ਵੀ ਇਹ ਲੀਡਰ ਆ। ਵਾਈਜ਼ ਹੁੰਦਾ ਜਿਹੜਾ ਬੰਦਾ ਸਿਆਣਾ ਹੋਵੇ। ਸੋ ਕਰਿਸ਼ਮਾ ਹੁੰਦਾ ਜਿਹੜਾ ਬੰਦਾ ਲੱਗੇ ਲੀਡਰ, ਉਹ 'ਚ ਕੋਈ ਗੁਣ ਹੋਣ ਲੀਡਰਸ਼ਿਪ ਵਾਲੇ, ਉਹਦੀ ਬੋਲਣੀ ਹੋਵੇ, ਉਹਦੀ ਇੰਟਲੈਕਚੁਅਲ ਹੋਵੇ, ਔਰ ਲੋਕ ਉਹਨੂੰ ਮੰਨਣ ਵੀ ਇਹ ਲੀਡਰ ਆ ਸਾਡਾ, ਉਹ ਸਾਰੀਆਂ ਕੁਆਲਿਟੀਜ਼ ਹੋਣ ਉਹਦੀਆਂ। ਉਹ ਬੰਦੇ 'ਚ ਜਿਹੜੀਆਂ ਕੌਨਫਲਿਕਟਸ ਆਉਂਦੀਆਂ
ਉਹਨੂੰ ਉਹ ਸੋਲਵ ਕਰਨ ਦੀ ਐਬਿਲਿਟੀ ਰੱਖਦਾ ਹੋਵੇ। ਜਦੋਂ ਤੁਸੀਂ ਕੋਈ ਵੀ ਚੀਜ਼ ਦੀ ਅਗਵਾਈ ਕਰਦੇ ਹੋ ਹਮੇਸ਼ਾ ਤੁਹਾਡੇ ਆਪਣੇ ਕੈਂਪ ਦੇ ਵਿੱਚ ਦੋ ਰਾਵਾਂ ਹੁੰਦੀਆਂ। ਤੁਹਾਡੇ ਆਪਣੇ ਕੈਂਪ 'ਚ ਹਮੇਸ਼ਾ ਤੁਸੀਂ ਦੇਖ ਲਓ, ਅਗਰ ਤੁਸੀਂ ਆਪਣੇ ਘਰ ਦੀ ਵੀ ਗੱਲ ਕਰਦੇ ਹੋ, ਤੁਹਾਡਾ ਅਗਰ ਘਰ ਦਾ ਪਰਿਵਾਰ ਵੀ ਆ, ਉਹਦੇ 'ਚ ਵੀ ਦੋ ਰਾਵਾਂ ਹੋਣਗੀਆਂ। ਅਗਰ ਤੁਸੀਂ ਲੀਡਰ ਹੋ, ਤੁਹਾਡੇ ਪਰਿਵਾਰ ਦੇ ਵਿੱਚ 5-6 ਬੰਦੇ ਆ, 5-6 ਬੰਦਿਆਂ ਦੇ ਵਿੱਚ ਵੀ ਦੋ ਰਾਹ ਹੋਣਗੇ। ਇੱਕ ਕਹੂਗਾ ਘਰ ਖਰੀਦ ਲਓ, ਦੂਜਾ ਕਹਿੰਦਾ ਘਰ ਬਿਲਕੁਲ ਨਹੀਂ ਖਰੀਦਣਾ। ਜਿਹੜਾ ਸਿਆਣਾ ਬੰਦਾ ਉਹਨੂੰ ਸਹੀ ਸੁਣ ਕੇ ਸਹੀ ਡਿਸੀਜਨ ਲੈਣਾ ਪੈਂਦਾ, ਅਤੇ ਜਿਹੜੇ ਬੰਦੇ ਦਾ ਤੁਸੀਂ ਹੁਣ ਨਹੀਂ ਕਹਿਣਾ ਮੰਨਿਆ ਉਹਨੂੰ ਤੁਸੀਂ ਆਪਣੇ ਨਾਲ ਵੀ ਰੱਖਣਾ। ਉਹ ਲੀਡਰ ਆ। ਆਪਣੇ ਪ੍ਰੋਬਲਮ ਕੀ ਆ ਹਿੰਦੁਸਤਾਨ ਦੀ, ਪਿਛਲੇ 5-7 ਹਜ਼ਾਰ ਸਾਲ ਦੀ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੀਆਂ ਵੀ ਮੁਸ਼ਕਲਾਂ ਸਾਨੂੰ ਆਈਆਂ ਛੋਟੀਆਂ ਲੈਵਲ 'ਤੇ, ਉਹਨਾਂ ਨੂੰ ਅਸੀਂ ਚੱਕ ਕੇ ਪ੍ਰਾਇਮਰੀ ਲੈਵਲ 'ਤੇ ਲੈ ਆਉਂਦਾ। ਮਿਸਾਲ ਦੇ ਤੌਰ 'ਤੇ ਮੇਰਾ ਅਤੇ ਆਹ ਨਾਲ ਦਾ ਜਿਹੜਾ, ਮੈਂ ਵੀ ਰਾਜਾ ਅਤੇ ਉਹ ਵੀ ਰਾਜਾ ਨਾਲ ਦੀ ਰਿਆਸਤ ਵਾਲਾ, ਉਹਨੇ ਮੈਨੂੰ ਗਾਲ ਕੱਢਤੀ, ਮੈਂ ਉਹਨੂੰ ਕੱਢਤੀ, ਹੁਣ ਅਸੀਂ ਉਹਨੂੰ ਇੱਕ ਦੂਜੇ ਦੇ ਦੁਸ਼ਮਣ ਹੋਏ ਪਏ ਹਾਂ। ਔਰ ਪਿਛਲੇ 15 ਸਾਲਾਂ ਤੋਂ ਅਸੀਂ ਇੱਕ ਦੂਸਰੇ ਦੇ ਦੁਸ਼ਮਣ ਹਾਂ। ਅੰਗਰੇਜ਼ ਆਏ, ਮੈਂ ਅੰਗਰੇਜ਼ਾਂ ਕੋਲ ਗਿਆ, ਯਾਰ ਉਹਨੂੰ ਨੂੰ ਤੂੰ ਕੁੱਟ, ਮੈਂ ਤੇਰੇ ਨਾਲ ਹੋਊਂਗਾ, ਤੂੰ ਉਹਨੂੰ ਕੁੱਟ। ਉਹ ਕਹਿੰਦਾ ਠੀਕ ਆ, ਤੁਸੀਂ ਮੇਰੇ ਨਾਲ ਹੋ ਤਾਂ ਆਪਾਂ ਕੁੱਟ ਦਿੰਦੇ ਹਾਂ। ਹੁਣ ਅਸੀਂ ਦੋਨੋਂ, ਮੈਂ ਅਤੇ ਅੰਗਰੇਜ਼ ਮਿਲ ਕੇ ਅਸੀਂ ਉਹਨੂੰ ਹਰਾਤਾ। ਫਿਰ ਅੰਗਰੇਜ਼ ਕਹਿੰਦੇ, ਕਿਉਂਕਿ ਜਦੋਂ ਮੈਂ ਨਾਲ ਲੜਨਾ ਤਾਂ ਉਹਨੂੰ ਮੇਰਾ ਪਤਾ ਲੱਗ ਜਾਣ ਵੀ ਇਹਦੇ ਕੋਲ ਕਿੰਨੇ ਹਾਥੀ ਆ, ਕਿੰਨੀਆਂ ਤੋਪਾਂ, ਕਿੰਨੀਆਂ ਇਹ ਰੂਲ ਕਿਵੇਂ ਕਰਦਾ, ਇਹਦੀਆਂ ਕਮਜ਼ੋਰੀਆਂ ਕਿੰਨੀਆਂ, ਇਹ ਸ਼ਰਾਬ ਕਦੋਂ ਪੀਂਦਾ, ਇਹ ਸੈਰ 'ਤੇ ਕਦੋਂ ਜਾਂਦਾ, ਇਹ ਇਹਨਾਂ ਦੇ ਅੰਦਰ ਘਰ ਦੀ ਵੀਕਨੈਸ ਕੀ ਆ। ਹੁਣ ਉਹਨੂੰ ਸਾਰਾ ਪਤਾ ਲੱਗ ਗਿਆ, ਕਿਉਂਕਿ ਮੈਂ ਉਹਨੂੰ ਦੱਸੂੰਗਾ ਹੀ, ਕਿਉਂਕਿ ਮੈਂ ਹੁਣ ਉਹਦੇ ਨਾਲ ਪੀਊਂਗਾ, ਬੈਠੂੰਗਾ, ਉੱਠੂੰਗਾ, ਅਸੀਂ ਖੇਡਦੇ ਹਾਂ, ਸਾਰਾ ਕੁਛ ਉਹਨੂੰ ਸਭ ਮੇਰੇ ਘਰ ਦਾ ਭੇਦ ਪਾ ਲਿਆ। ਹੁਣ ਉਹਨੇ ਮੈਂ ਉਹਨੇ ਹਰਾਤਾ, ਹੁਣ ਉਹ ਕਹਿੰਦਾ ਵੀ ਓਕੇ ਇਹਨੂੰ ਵੀ ਬਣ ਜਾਓ ਬਾਈ ਨੂੰ। ਸੋ ਜਿਹੜੀਆਂ ਸਾਡੀਆਂ ਦੋਨਾਂ ਦੀਆਂ ਐਜ਼ ਏ ਇੰਡੀਅਨਸ ਸਾਡੀਆਂ ਜਿਹੜੀਆਂ ਕੌਂਟਰਾਡਿਕਸ਼ਨ ਸੀ, ਉਹ ਸਾਨੂੰ ਇਹ ਅੱਜ ਵੀ, ਅੱਜ ਦੇ ਟਾਈਮ ਦੇ ਵਿੱਚ ਵੀ ਆਪਾਂ ਨੂੰ ਇਹ ਪ੍ਰੋਬਲਮ ਆ ਕਨੇਡਾ ਦੇ ਵਿੱਚ ਵੀ ਆਪਣੀ ਕਮਿਊਨਿਟੀ 'ਚ, ਜਿਹੜੀਆਂ ਸਾਡੀਆਂ ਆਪਸੀ ਡਿਫਰੈਂਸਿਸ ਆ, ਅਸੀਂ ਉਹਨਾਂ ਨੂੰ ਇੰਨਾ ਉਛਾਲ ਦਿੰਦੇ ਹਾਂ ਕਿ ਗੋਰੇ ਸਾਡੀਆਂ ਇਹ ਡਿਫਰੈਂਸਿਸ ਦਾ ਫਾਇਦਾ ਉਠਾ ਲੈਂਦੇ ਆ। ਐਕਸੈਕਟਲੀ ਹਰ ਇੱਕ ਚੀਜ਼ 'ਚ ਆ, ਕੰਮ 'ਤੇ ਆ, ਗੁਰਦੁਆਰਿਆਂ 'ਚ ਆ, ਪੋਲੀਟੀਕਲ ਸੀਨ 'ਚ ਆ, ਬਿਜ਼ਨਸਿਸ 'ਚ ਆ, ਪਰਿਵਾਰਾਂ 'ਚ ਆ, ਹਰ ਇੱਕ ਲੈਵਲ 'ਤੇ ਜਿਹੜੀਆਂ ਸੈਕੰਡਰੀ ਕੰਟਰਾਡਿਕਸ਼ਨਸ ਆ, ਜਿਹੜੀਆਂ ਕਿ ਹਮੇਸ਼ਾ ਹੀ ਹੋਣਗੀਆਂ, ਉਹਨੂੰ ਇਹ ਪ੍ਰਾਇਮਰੀ ਨਹੀਂ ਬਣਾਉਂਦੇ। ਹੁਣ ਮੈਂ ਤੁਹਾਨੂੰ ਗੋਰਿਆਂ ਦੀ ਐਕਸਲੈਂਟ ਐਗਜ਼ਾਮਪਲ ਦਿੰਦਾ। ਬੁਸ਼ ਨੇ ਜਦੋਂ ਇਰਾਕ 'ਤੇ ਹਮਲਾ ਕੀਤਾ, ਅਫਗਾਨਿਸਤਾਨ 'ਤੇ ਹਮਲਾ ਕੀਤਾ, ਇਹੋ ਜਿਹਾ ਜਦੋਂ ਕੀਤਾ, ਅਤੇ ਜਿਹੜੇ ਅਮਰੀਕਾ ਦੇ ਜਿਹੜੀ ਜਦੋਂ ਬੁਸ਼ ਜਿੱਤਿਆ ਸੀ, ਤਾਂ ਸਾਰਾ ਅਮਰੀਕਾ ਬੁਸ਼ ਦੇ ਖਿਲਾਫ਼ ਲੱਗਦਾ ਸੀਗਾ, ਅੱਧੇ ਲੱਗਦੇ ਸੀ, ਕੁਛ ਨਹੀਂ ਸੀ ਵੀ ਇਹਨੇ ਹੇਰਾਫੇਰੀ ਕੀਤੀ ਆ, ਫਲਾਨਾ ਹੈ। ਜਦੋਂ ਹੀ ਬੁਸ਼ ਨੇ ਕਿਹਾ ਮੈਂ ਅਮਰੀਕਾ 'ਚ, ਮੈਂ ਵੀ ਇਰਾਕ 'ਚ ਹਮਲਾ ਕਰਦਾ, ਸਾਰੇ ਪ੍ਰੈਜੀਡੈਂਟ ਦੇ ਮਗਰ ਹੋ ਕੇ ਖੜ੍ਹ ਗਏ। ਉਹਨਾਂ ਦੀਆਂ ਆਪਣੀਆਂ ਕੰਟਰਾਡਿਕਸ਼ਨ ਪ੍ਰਾਇਮਰੀ ਨਹੀਂ ਰਹੀਆਂ, ਉਹਨਾਂ ਨੇ ਕਿਹਾ ਇਰਾਕ ਨੂੰ ਹਰਾਉਣਾ, ਚਾਹੇ ਗਲਤ ਆ ਚਾਹੇ ਸਹੀ ਆ, ਅਸੀਂ ਇਹਦੇ ਮਗਰ ਖੜਾਂਗੇ। ਐਂਡ ਆਫ ਸਟੋਰੀ। ਆਪਣੇ ਆਏ ਹੁੰਦਾ ਹੀ ਨਹੀਂ, ਆਪਣੇ ਨਹੀਂ ਆਏ ਹੁੰਦਾ। ਆਪਣੇ ਕਦੇ ਵੀ ਕੰਟਰੀ ਨੂੰ, ਪਰਿਵਾਰ ਨੂੰ ਕਿਸੇ ਨੇ ਮੁੱਖ ਨਹੀਂ ਰੱਖਿਆ, ਉਹ ਆਪਣੀ ਜਿੱਦ ਪੂਰੀ ਰੱਖਦੇ ਆ, ਮੁੱਖ ਜਿੱਦ ਪੂਰੀ ਰੱਖਦੇ ਆ। ਇਹ ਬੜੀ ਵੱਡੀ ਪ੍ਰੋਬਲਮ ਆ ਆਪਣੇ, ਇਹ ਆਪਣੇ ਇਸ ਕਰਕੇ ਆ ਕਿਉਂਕਿ ਚਾਹੇ ਆਪਾਂ ਹਿੰਦੂ ਹਾਂ, ਸਿੱਖ ਹਾਂ, ਮੁਸਲਿਮ ਹਾਂ, ਡਸ ਨਾਟ ਮੈਟਰ, ਇਹ ਇੰਡੀਅਨ ਸਬ ਕੌਂਟੀਨੈਂਟਲ ਦੀ ਇਹ ਵੱਡੀ ਪ੍ਰੋਬਲਮ ਆ ਕਿ ਅਸੀਂ ਹਮੇਸ਼ਾ ਹੀ ਆਪਣੀਆਂ ਜਿਹੜੀਆਂ ਲੜਾਈਆਂ ਉਹਨਾਂ ਨੂੰ ਉੱਤੇ ਲੈ ਕੇ ਗਏ ਹਾਂ, ਉਹਦਾ ਫਾਇਦਾ ਬਾਹਰਲਿਆਂ ਨੇ ਉਠਾ ਕੇ ਸਾਨੂੰ ਪੀਸ ਕੇ ਰੱਖਤਾ। ਔਰ ਇਹ ਹਜੇ ਵੀ ਹੋ ਰਿਹਾ, ਔਰ ਇਹ ਹੁੰਦਾ ਹੀ ਰਹੂਗਾ, ਇਟ ਵਿਲ ਜਸਟ ਕੰਟੀਨਿਊ। ਔਰ ਜਿਹੜੀਆਂ ਬਾਹਰਲੀਆਂ ਤਾਕਤਾਂ, ਉਹਨਾਂ ਨੂੰ ਪਤਾ ਵੀ ਕਿਵੇਂ ਕਿਸੇ ਨੂੰ ਕਿਵੇਂ ਲੜਾਉਣਾ। ਹੁਣ ਜੇ ਤੁਸੀਂ ਮਿਡਲ ਈਸਟ ਦੀ ਟ੍ਰੈਜਡੀ ਦੇਖੋ, ਮਿਡਲ ਈਸਟ 'ਚ ਤੁਸੀਂ ਕਦੇ ਵੀ ਨਿਊਜ਼ ਸੁਣਿਓ CNN 'ਤੇ ਜਾਂ BBC 'ਤੇ, ਉਹਨਾਂ ਨੇ ਹਮੇਸ਼ਾ ਇਹ ਕਹਿਣਾ ਫਲਾਨਾ ਫਲਾਨੀ ਜਗ੍ਹਾ 'ਤੇ ਬੰਬ ਚੱਲ ਗਿਆ, ਇਹ ਜਿਹੜਾ ਬੰਬ ਚੱਲਿਆ ਇਹ ਸੁੰਨੀ ਨੇਬਰਹੁੱਡ 'ਚ ਚੱਲਿਆ।
ਹੁਣ ਮੈਂ ਕਹਿੰਦਾ ਵੀ ਜਦੋਂ ਬੰਬ ਚੱਲਦਾ ਜਾਂ ਕਿਤੇ ਵੀ ਅਮਰੀਕਾ ਨੌਰਥ ਅਮਰੀਕਾ ਦੇ ਕਿਤੇ ਚੱਲੇ ਉਹ ਕਹਿਣਗੇ ਵੀ ਇਹ ਕੈਥੋਲਿਕ ਨੇਬਰਹੁੱਡ 'ਚ ਚੱਲਿਆ ਜਾਂ ਇੱਕ ਟ੍ਰੇਨ ਉਲਟ ਗਈ ਇਹ ਕੈਥੋਲਿਕ ਨੇਬਰਹੁੱਡ 'ਚ ਟ੍ਰੇਨ ਉਲਟ ਗਈ ਅਤੇ 20 ਕੈਥੋਲਿਕਸ ਮਰ ਗਏ ਇਹ ਕਹਿੰਦੇ ਆ ਫਿਰ ਜਦੋਂ ਮਿਡਲ ਈਸਟ 'ਚ ਰਿਪੋਰਟ ਕਰਦੇ ਕਿਉਂ ਕਹਿੰਦੇ ਵੀ ਇਹ ਸੁੰਨੀ ਨੇਬਰਹੁੱਡ 'ਚ ਬੰਬ ਚੱਲਿਆ ਕਿਉਂ ਕਿਉਂਕਿ ਇਹਨਾਂ ਨੂੰ ਬੜਾ ਵਧੀਆ ਪਤਾ ਕਿ ਅਸੀਂ ਸ਼ੀਆ ਔਰ ਸੁੰਨੀ ਨੂੰ ਕਿਵੇਂ ਆਪਸ ਵਿੱਚ ਲੜਾਉਣਾ ਜਿਹਨੂੰ ਦੇਅਰ ਮਾਸਟਰਸ ਇਹਨਾਂ ਨੇ ਐਗਜੈਕਟਲੀ ਉਹ ਚੀਜ਼ਾਂ ਕਹਿਣੀਆਂ ਕਿਉਂਕਿ ਮਾਸਟਰਸ ਆ ਇਹ ਪਰ ਆਪਾਂ ਨਹੀਂ ਸਮਝੇ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਜਿਹੜੇ ਲੀਡਰਸ਼ਿਪ ਦੀਆਂ ਕੁਆਲਿਟੀਜ਼ ਆ ਨਾ ਤੁਸੀਂ ਆਪਣਾ ਪਰਿਵਾਰ ਚਲਾ ਨਹੀਂ ਸਕਦੇ ਜੇ ਤੁਸੀਂ ਵਾਈਜ਼ ਨਹੀਂ ਗਏ ਤੁਸੀਂ ਅਗਲੇ ਨੂੰ ਸੁਣਦੇ ਨਹੀਂ ਤੁਸੀਂ ਡਿਸੀਜਨ ਸੋਚ ਕੇ ਨਹੀਂ ਲੈਂਦੇ ਤੁਸੀਂ ਵਧੀਆ ਕਮਿਊਨਿਟੀ ਕੇਅਰ ਨਹੀਂ ਕਰਦੇ ਤੁਹਾਡਾ ਕਰਿਸ਼ਮਾ ਨਹੀਂ ਗਾ ਤੁਸੀਂ ਕੌਨਫਲਿਕਟਸ ਨਹੀਂ ਸੋਲਵ ਕਰਦੇ ਹੁਣ ਖਾਸ ਕਰਕੇ ਉਹ ਪਰਿਵਾਰ ਦਾ ਬੰਦਾ ਜਿਹਦੇ ਖਿਲਾਫ਼ ਤੁਸੀਂ ਡਿਸੀਜਨ ਲਿੱਤਾ ਉਹਨੂੰ ਤੁਸੀਂ ਨਾਲ ਤਾਂ ਰੱਖੋ ਨਾ ਆਪਣੇ ਤੁਹਾਨੂੰ ਕਹਿਣਾ ਤਾਂ ਪਊਗਾ ਨਾ ਵੀ ਮੈਂ ਡਿਸੀਜਨ ਵੀ ਇਸ ਕਰਕੇ ਆਹ ਲਿੱਤਾ ਇਹ ਨਹੀਂ ਗਾ ਵੀ ਮੈਂ ਤੈਨੂੰ ਲਾਈਕ ਨਹੀਂ ਕਰਦਾ ਪਰ ਇਹਦੇ 'ਚ ਆਪਾਂ ਨੂੰ ਆਹ ਫਾਇਦਾ ਔਰ ਮੈਂ ਤੈਨੂੰ ਪ੍ਰੂਵ ਕਰਦਾ ਜੇ ਨਾ ਹੋਇਆ ਫਿਰ ਆਪਾਂ ਫਿਰ ਕੰਸਿਡਰ ਕਰਾਂਗੇ ਆਪਾਂ ਇਹ ਨਹੀਂ ਕਰਦੇ ਆਪਾਂ ਕਿਉਂਕਿ ਆਪਾਂ ਨੂੰ ਲੀਡਰਸ਼ਿਪ ਦੀਆਂ ਕੁਆਲਿਟੀਜ਼ ਦਾ ਨਹੀਂ ਨਾ ਪਤਾ ਇਸ ਕਰਕੇ ਆਪਾਂ ਧੱਕਾ ਕਰਦੇ ਹਾਂ ਨਹੀਂ ਐਂ ਹੋਊਗਾ ਐਂ ਕਰਨਾ ਪਊਗਾ ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ ਜਿਹਦੇ ਬੱਚੇ 21 ਸਾਲ ਦੇ ਆ ਕਿਹਦੇ ਬੱਚੇ 21 ਸਾਲ ਦੇ ਆ ਜੇ ਕਿਸੇ ਦਾ ਬੱਚਾ 21 ਸਾਲ ਦਾ ਤੁਸੀਂ ਆਪਣੀ ਰਿਟਾਇਰਮੈਂਟ ਪਲਾਨਿੰਗ ਆਪਣੇ ਬੱਚੇ ਨੂੰ ਦਿਓ ਉਹਨੂੰ ਕਹੋ ਵੀ ਪੁੱਤ ਮੈਂ ਇੱਕ ਦਿਨ ਰਿਟਾਇਰ ਹੋਣਾ ਤੂੰ ਮੈਨੂੰ ਇਹਨੂੰ ਵਧਾ ਕੇ ਦਿਖਾ ਤੁਸੀਂ ਕਹੋ ਵੀ ਆਪਾਂ ਵੀ ਜਦੋਂ ਮੈਂ ਰਿਟਾਇਰ ਹੋਣਾ ਹੁਣ ਮੈਂ 40 ਸਾਲ ਦਾ ਜਦੋਂ ਮੈਂ ਰਿਟਾਇਰ ਹੋਣਾ ਮੇਰੇ ਕੋਲ $2-3 ਲੱਖ ਡਾਲਰ ਹੋਵੇ ਆਰ ਐਸ ਵਿੱਚ ਤੂੰ ਦੱਸ ਪੁੱਤ ਕਿਵੇਂ ਕਰਨਾ ਉਹਨੂੰ ਤੁਸੀਂ ਇਨਵੋਲਵ ਤਾਂ ਕਰੋ ਇਹਦਾ ਮਤਲਬ ਤੁਸੀਂ ਉਹਨੂੰ ਮੌਕਾ ਦਿੰਦੇ ਹੋ ਆਪਣੇ ਪਰਿਵਾਰ ਦੇ ਵਿੱਚ ਕਰਨ ਦਾ ਦੈਟਸ ਇੰਪੋਰਟੈਂਟ ਸੋ ਇਸ ਕਰਕੇ ਆ ਜਿਹੜਾ ਲੀਡਰਸ਼ਿਪ ਆ ਇਹ ਕੌਨਫਲਿਕਟਸ ਤੁਸੀਂ ਕਿਸ ਤਰੀਕੇ ਨਾਲ ਸੋਲਵ ਕਰਦੇ ਹੋ ਕਿਵੇਂ ਕਰਦੇ ਹੋ ਇਹ ਬਹੁਤ ਇੰਪੋਰਟੈਂਟ ਆ ਫਾਈਨਲ ਹੈਗੀ ਕਿ ਜਿਹੜੇ ਦੂਸਰੇ ਬੰਦੇ ਆ ਉਹ ਤੁਹਾਡੀ ਲੀਡਰਸ਼ਿਪ 'ਚ ਜਾਣੀ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ 'ਚ ਯੂਨਿਟੀ ਦਾ ਕੌਨਸੈਪਟ ਤੁਹਾਨੂੰ ਕੰਟੀਨਿਊਸਲੀ ਪੈਦਾ ਕਰਨਾ ਪੈਂਦਾ ਵੀ ਤੁਸੀਂ ਇਕੱਠੇ ਹੋ ਤੁਸੀਂ ਪਰਿਵਾਰ ਆਪਣਾ ਇਕੱਠਾ ਪਰਿਵਾਰ ਆਪਣਾ ਟੁੱਟੂਗਾ ਨਹੀਂ ਤੁਸੀਂ ਤੁਹਾਨੂੰ ਇਹ ਆ 7 ਕੁਆਲਿਟੀਜ਼ ਤੁਹਾਨੂੰ ਲੀਡਰਸ਼ਿਪ ਦੀਆਂ ਆਪਣੇ ਅੰਦਰ ਪੈਦਾ ਕਰਨੀਆਂ ਪੈਣਗੀਆਂ ਅਗਰ ਤੁਸੀਂ ਆਪਣਾ ਪਰਿਵਾਰ ਚਲਾਉਣਾ ਤਾਂ ਅਗਰ ਤੁਸੀਂ ਪਾਰਟੀ ਚਲਾਉਣੀ ਆ ਅਗਰ ਤੁਸੀਂ ਕੁਛ ਹੋਰ ਚੀਜ਼ ਚਲਾਉਣੀ ਆ ਤਾਂ ਤੁਹਾਨੂੰ ਇਕੱਠਾ ਕਰਨਾ ਪਊ ਇਹ ਬਹੁਤ ਇੰਪੋਰਟੈਂਟ ਆ ਜੇ ਆਪਾਂ ਪਰਿਵਾਰ ਨਹੀਂ ਚਲਾ ਸਕਦੇ ਤਾਂ ਗਾਂ ਆਪਾਂ ਗੁਰਦੁਆਰਾ ਕਿਵੇਂ ਚਲਾ ਲਾਂਗੇ ਅਤੇ ਫਿਰ ਗੁਰਦੁਆਰੇ ਤੋਂ ਅੱਗੇ ਆਪਣੇ ਹੋਰ ਬਿਜ਼ਨਸ ਦਾ ਉਹਨੂੰ ਕਿਵੇਂ ਚਲਾ ਲਾਂਗੇ ਅਤੇ ਫਿਰ ਹੋਰ ਕਿਵੇਂ ਚਲਾ ਲਾਂਗੇ ਅਤੇ ਫਿਰ ਹੋਰ ਕਿਵੇਂ ਹੋਜੂ ਫਿਰ ਤਾਂ ਚੱਲਣਾ ਹੀ ਨਹੀਂ ਆ ਇਟ ਨੋਟ ਕਨ ਵਰਕ ਸੋ ਆਹ ਪਰਿਵਾਰ ਚਲਾਉਣ ਦੀਆਂ ਦੇਸ਼ ਚਲਾਉਣ ਦੀਆਂ ਕੋਈ ਜਨਰਲ ਹੈਗਾ ਮਿਲਟਰੀ ਦੇ ਵਿੱਚ ਆਹ ਕੁਆਲਿਟੀਜ਼ ਗਿਣੀਆਂ ਜਾਂਦੀਆਂ ਦੀਜ਼ ਆਰ ਦਾ ਕੁਆਲਿਟੀਜ਼ ਆਫ ਅ ਪਰਸਨ ਉਹਦੇ ਤੋਂ ਪਤਾ ਲੱਗਦਾ ਵੀ ਹਾਂ ਵਾਕਿਆ ਹੀ ਉਹਨਾਂ ਦੀ ਕੁਆਲਿਟੀਜ਼ ਰਾਈਟ ਸੋ ਕਲੀਅਰ ਆ ਓਕੇ ਇਹ ਹੁਣ ਤੁਸੀਂ ਦੇਖਣਾ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਡੋਮੀਨੈਂਟ ਟ੍ਰੇਟਸ ਆ ਕਿਵੇਂ ਤੁਸੀਂ ਚੇਂਜ ਹੋ ਸਕਦੇ ਹੋ ਕਿਵੇਂ ਤੁਸੀਂ ਆਪਣੇ ਪਰਿਵਾਰ ਨੂੰ ਵਧੀਆ ਰੱਖ ਸਕਦੇ ਹੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਯੂ ਹੈਵ ਟੂ ਡਿਸਾਈਡ ਤੁਸੀਂ ਕਿਵੇਂ ਓਕੇ ਸੋ ਇਹਦੇ ਨਾਲ ਜਿਹੜੀਆਂ ਚੀਜ਼ਾਂ ਹੋਰ ਆ ਉਹ ਇਹ ਆ ਕਿ ਜਿਹੜਾ ਲੀਡਰ ਆ ਇਹ ਇਹਨਾਂ 'ਚ ਜਿਹੜਾ ਲੀਡਰ ਆ ਉਹ ਇਮੋਸ਼ਨਸ ਨਾਲ ਨਹੀਂ ਸੋਚਦਾ ਉਹ ਹਮੇਸ਼ਾ ਲੌਜਿਕ ਨਾਲ ਸੋਚਦਾ ਔਰ ਇਮੋਸ਼ਨਸ ਦਾ ਮਤਲਬ ਹੈਗਾ ਕਿ ਤੁਸੀਂ ਟਾਈਮ ਬਾਰੋ ਕਰਨਾ ਬਾਰੋ ਟਾਈਮ ਕਦੇ ਵੀ ਤੁਹਾਨੂੰ ਕੁਛ ਹੁੰਦਾ ਆਪਾਂ ਹਮੇਸ਼ਾ ਗੁੱਸੇ ਦੇ ਵਿੱਚ ਜਿਹੜਾ ਵੀ ਡਿਸੀਜਨ ਲਵਾਂਗੇ ਉਹ ਗਲਤ ਹੋਊਗਾ ਸੋ ਟਾਈਮ ਕਰ ਲਓ ਤੁਸੀਂ 24 ਘੰਟੇ ਦਾ ਟਾਈਮ ਲੈ ਲਓ ਤੁਹਾਨੂੰ ਕਿਸੇ ਨੇ ਕੁਛ ਕਿਹਾ ਇੱਕ ਬੰਦਾ ਤੁਹਾਡੇ ਕੋਲ ਆਉਂਦਾ
ਔਰ ਉਹ ਕਹਿੰਦਾ ਮੈਂ ਮਾਰਿਆ ਗਿਆ, ਮੈਂ ਲੁੱਟਿਆ ਗਿਆ ਯਾਰ, ਮੈਂ ਗਲਤੀ ਕਰ ਲਈ, ਪਲੀਜ਼ ਤੂੰ ਮੈਨੂੰ $5,000 ਦੇ ਦੇ ਅਤੇ ਮੈਂ ਮਤਲਬ ਕਿ ਨਾ ਤੇਰਾ ਬਹੁਤ, ਆਪਾਂ ਇੰਨੇ ਸਾਲ ਦੇ ਇਕੱਠੇ ਹਾਂ, ਬਹੁਤ ਲੰਬੀ ਚੌੜੀ ਦੁੱਖ ਭਰੀ ਸਟੋਰੀ ਸੁਣਾਦਾ, ਤੁਸੀਂ ਪਿਘਲ ਜੇ ਜਾਂਦੇ ਹੋ, ਤੁਹਾਨੂੰ ਉਹਦੇ 'ਤੇ ਤਰਸ ਵੀ ਆਉਂਦਾ ਉਹਦੀ ਮੂਰਖਤਾ 'ਤੇ, ਤੁਸੀਂ ਕਹਿੰਦੇ ਚੱਲ ਕੋਈ ਨਹੀਂ ਕਰ ਦਿੰਦੇ ਹਾਂ, ਔਖੇ ਸੌਖੇ ਹੋ ਕੇ ਤੂੰ ਲਾ ਲਈ, ਤੁਸੀਂ ਪਹਿਲਾਂ 24 ਘੰਟੇ ਸੋਚੋ, ਕਿਉਂਕਿ ਹੁਣ ਤੁਹਾਡਾ ਜਿਹੜਾ ਭਾਵਕ ਹੋਏ ਅਤੇ ਡਿਸੀਜਨ ਲੈ ਲੈਣਾ ਵੀ ਮੈਂ ਇਹਨੂੰ $5,000 ਦੇ ਦਾਂ, ਉਹ ਤੁਸੀਂ ਇਸ ਕਰਕੇ ਭਾਵਕ ਹੋਏ ਹੋ ਕਿਉਂਕਿ ਤੁਸੀਂ ਉਹਨੂੰ ਸੁਣ ਜਾ ਰਹੇ ਹੋ। 24 ਘੰਟੇ ਬਾਅਦ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ ਵੀ ਜੇ ਮੈਂ ਦੇ ਤਾਂ ਮੁੜ ਵੀ ਆਊ, ਫਿਰ ਜੋ ਡਾਂਗਾ ਕੱਢੀ ਫਿਰਨੀ ਆ, ਪਹਿਲਾਂ ਹੀ ਸੋਚ ਲਓ 24 ਘੰਟੇ ਲਾ ਕੇ। ਤੁਸੀਂ ਨੋਟ ਕੀਤਾ ਜਦੋਂ ਆਪਣੇ ਪੈਸੇ ਇਕੱਠੇ ਕਰਦੇ ਆ ਕਬੱਡੀ ਵਾਸਤੇ ਜਾਂ ਕਿਸੇ ਹੋਰ ਟੂਰਨਾਮੈਂਟ ਵਾਸਤੇ, ਉਹ ਤੁਹਾਡਾ ਫਰਜ਼ ਕਰ ਲਓ ਕੋਈ ਗਰਾਜ ਆ, ਤੁਸੀਂ ਕੋਈ ਟਰੱਕ ਚਲਾਉਂਦੇ ਹੋ, ਕੋਈ ਕੁਛ ਹੋ, ਔਰ ਤੁਹਾਡੇ ਨਾਲ ਉਹ ਉਹੀ ਜਿਹਾ ਬੰਦਾ ਲੈ ਕੇ ਆਉਂਦੇ ਆ ਜਿਹੜਾ ਤੁਹਾਨੂੰ ਜਾਣਦਾ ਹੁੰਦਾ, ਉਹ ਆ ਕੇ ਉਹ ਕਹਿੰਦੇ ਹਾਂਜੀ ਕੀ ਹਾਲ ਚਾਲ ਆ, ਹਾਂਜੀ, ਅਤੇ ਉਹ ਬੰਦੇ ਦਾ ਇਹ ਕੰਮ ਹੁੰਦਾ ਆਹ ਆਪਣੇ ਬੰਦਾ ਹੀ ਆਏ ਆ, ਇਹ ਬਹੁਤ ਸੋਹਣਾ ਕੰਮ ਕਰਦੇ ਆ, ਇਹਨਾਂ ਨੇ ਮਤਲਬ ਕਿ ਚੰਗੀ ਆਪਣਾ ਪੰਜਾਬ ਦੀ ਕਬੱਡੀ ਦਾ ਨਾਂ ਰੌਸ਼ਨ ਕੀਤਾ, ਐਤਕੀ ਟੂਰਨਾਮੈਂਟ ਆਉਂਦਾ, ਅਤੇ ਅਸੀਂ ਕਿਹਾ ਵੀ ਆ ਸਾਡਾ ਬਈ ਬਲਦੇਵ ਭਾਅ ਜੀ ਤਾਂ ਆਪਣੇ ਹੀ ਬੰਦੇ ਆ, ਇਹ ਤਾਂ ਤੈਨੂੰ ਨਹੀਂ ਸਪੋਰਟ ਕਰਨਗੇ ਤਾਂ ਕਿਵੇਂ ਕਰਨਗੇ, ਉਹ ਪਹਿਲਾਂ ਭੂਮਿਕਾ ਬੰਨ ਦਿੰਦੇ ਆ ਤੁਹਾਡੀ ਵੀ ਤਾਂ ਕਿ ਤੁਹਾਨੂੰ ਨਾ ਕਹਿਣਾ ਔਖਾ ਹੋ ਜੇ, ਭਾਵੇਂ ਤੁਸੀਂ 1 ਸੈਂਟ ਨਾ ਦੇਣਾ ਚਾਹੁੰਦੇ ਹੋ, ਹੁਣ ਤੁਹਾਨੂੰ ਸ਼ਰਮੋ ਸ਼ਰਮੀ ਔਖਾ ਸੌਖਾ ਹੋ ਕੇ ਖਿੱਚ ਖਚਾ ਕੇ 100, 150, 250 ਲੈ ਜਾਣਾ ਉਹਨਾਂ ਨੇ ਤੁਹਾਡੇ ਕੋਲੋਂ, ਇਮੋਸ਼ਨਸ ਨਾਲ ਖੇਡਦੇ ਆ ਉਹ ਤੁਹਾਡੇ, ਲੌਜਿਕ ਨਾਲ ਥੋੜ੍ਹੀ ਖੇਡਦੇ, ਉਹਨਾਂ ਨੇ ਤੁਹਾਨੂੰ ਕਨਵਿੰਸ ਥੋੜ੍ਹੀ ਕੀਤਾ, ਮਜ਼ੇ ਤਾਂ ਆਉਣਾ ਜੇ ਤੁਹਾਨੂੰ ਕਨਵਿੰਸ ਕਰਕੇ ਲੈ ਕੇ ਜਾਣ ਤੁਹਾਡੇ ਤੋਂ ਪੈਸੇ, ਉਹਨੂੰ ਕਹਿੰਦੇ ਸਵਾਦ ਆਇਆ, ਪਰ ਆਪਣੇ ਤਾਂ ਇਸ ਦੀ ਤਾਂ ਕੋਈ ਗੱਲ ਹੀ ਨਹੀਂ ਨਾ। ਜੇ ਕੋਈ ਗੁਰਦੁਆਰੇ ਵਾਲਾ ਤੁਹਾਡੇ ਕੋਲ ਆਵੇ, ਉਹ ਲੌਜਿਕ ਤਾਂ ਨਾਲ ਪੈਸੇ ਲੈ ਕੇ ਜਾਊਗਾ ਕਿ ਇਮੋਸ਼ਨਸ ਨਾਲ ਤੁਹਾਡੇ ਤੋਂ, ਅਤੇ ਜੇ ਕੋਈ ਜਿਹੜਾ ਛੋਟਾ ਬੱਚਾ ਇੰਡੀਆ ਦੇ ਵਿੱਚ ਜਿਹਦੇ ਪੈਰਾਂ 'ਚ ਚੱਪਲ ਹੈ ਨਹੀਂ ਗੀ, ਨੀਕਰ ਵੀ ਨਹੀਂ ਪਾਈ ਹੋਈ, ਲਿਬੜਿਆ ਹੋਇਆ, ਉਹ ਜਦੋਂ ਆ ਕੇ ਤੁਹਾਨੂੰ ਕਹਿੰਦਾ ਜੀ 5 ਰੁਪਏ ਦੇ ਦਿਓ, ਮੈਂ ਰੋਟੀ ਨਹੀਂ ਖਾਧੀ, ਤੁਹਾਡਾ ਅਸਰ ਕਿਹਦੇ 'ਤੇ ਹੁੰਦਾ, ਲੌਜਿਕ 'ਤੇ ਕਿ ਇਮੋਸ਼ਨਸ 'ਤੇ? ਲੀਡਰ ਕਦੇ ਵੀ ਇਮੋਸ਼ਨਸ 'ਤੇ ਡਿਸਾਈਡ ਨਹੀਂ ਕਰਦਾ, ਇਹਦੀ ਕੁਆਲਿਟੀ ਹੈ ਲੀਡਰ ਦੀ। ਜੇ ਲੀਡਰ ਵੀ ਇਮੋਸ਼ਨਲੀ ਹੋ ਜਾਵੇ, ਫਿਰ ਬੇੜਾ ਗਰਕ ਹੋ ਜੂ ਕੌਮ ਦਾ, ਪਰਿਵਾਰ ਵੀ ਡੁੱਬੂ, ਸਾਰਾ ਕੁਛ ਡੁੱਬ ਜੂ। ਤੁਸੀਂ ਇਮੋਸ਼ਨਸ 'ਤੇ ਡਿਸਾਈਡ ਨਹੀਂ ਕਰ ਸਕਦੇ, ਔਰ ਅਨਫੋਰਚੁਨੇਟਲੀ ਆਪਣੀ ਲੀਡਰਸ਼ਿਪ ਹੀ ਇਮੋਸ਼ਨਲ ਦਾ, ਆਪਾਂ ਸਾਰਾ ਕੁਛ ਇਮੋਸ਼ਨਸ 'ਤੇ ਕਰਦੇ, ਘਰ ਖਰੀਦਣਾ ਉਹ ਵੀ ਇਮੋਸ਼ਨਸ 'ਤੇ ਹੁੰਦਾ, ਤਰਕ ਉਹ ਹੈਗੀ ਨਾ ਇੱਕ ਤਰਕਸ਼ੀਲ ਸੋਸਾਇਟੀ, ਉਹ ਲੌਜੀਕਲ ਸੋਸਾਇਟੀ ਆ। ਸੋ ਹੁਣ ਇਹ ਦੇਖੋ ਵੀ ਤੁਹਾਡੇ ਪਰਸਨਲ ਰਿਲੇਸ਼ਨਸ਼ਿਪ ਇਮੋਸ਼ਨਸ 'ਤੇ ਆ, ਤੁਹਾਨੂੰ ਜਦੋਂ ਚੰਗਾ ਲੱਗਦਾ ਉਦੋਂ ਤੁਸੀਂ ਬੜੇ ਵਧੀਆ ਤੁਹਾਡਾ ਰਿਲੇਸ਼ਨਸ਼ਿਪ ਹੁੰਦਾ, ਜਦੋਂ ਤੁਹਾਨੂੰ ਨਹੀਂ ਚੰਗਾ ਲੱਗਦਾ ਉਦੋਂ ਉਹੀ ਰਿਲੇਸ਼ਨਸ਼ਿਪ ਤੁਹਾਡਾ ਨਰਕ ਕੰਨੀ ਨਹੀਂ ਹੁੰਦਾ, ਲੌਜਿਕ 'ਤੇ ਤਾਂ ਬੇਸਡ ਨਹੀਂ ਗਾ ਨਾ ਰਿਲੇਸ਼ਨਸ਼ਿਪ ਮੈਰਿਜ। ਸੋ ਇਸ ਕਰਕੇ ਆਪਾਂ ਜਦੋਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ, ਤਾਂ ਆਹ ਚੀਜ਼ ਨੂੰ ਧਿਆਨ 'ਚ ਰੱਖੀਏ ਵੀ ਅਸੀਂ ਜਦੋਂ ਕਿਸੇ ਨਾਲ ਕਮਿਊਨੀਕੇਟ ਕਰਦੇ ਹਾਂ, ਕੀ ਸਾਡੀਆਂ ਭਾਵਨਾਵਾਂ ਉੱਭਰ ਕੇ ਸਾਹਮਣੇ ਆ ਜਾਂਦੀਆਂ, ਔਰ ਕਿਵੇਂ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਭਾਵਨਾਵਾਂ ਉੱਭਰਦੀਆਂ, ਸਾਡੇ ਮਾਂ ਪਿਓ ਦੇ ਨਾਲ ਸਾਡੇ ਜਿਹੜੇ ਰਿਲੇਸ਼ਨਸ਼ਿਪ ਜੁੜਿਆ ਉਹ ਭਾਵਨਾਵਾਂ ਨੂੰ ਉਭਾਰਦੇ ਆ। ਜਿਹੜਾ ਵੀ ਲੀਡਰ ਹੋਊਗਾ ਉਹ ਪਹਿਲਾਂ ਆਪਣੀ ਫੈਮਿਲੀ ਨੂੰ ਪਾਸੇ ਰੱਖ ਦਿੰਦਾ ਵੀ ਉੱਧਰ ਚੱਲ, ਇਹਦਾ ਮਤਲਬ ਇਹ ਨਹੀਂ ਗਾ ਵੀ ਉਹ ਆਪਣੀ ਫੈਮਿਲੀ ਨੂੰ ਪਿਆਰ ਨਹੀਂ ਕਰਦਾ, ਵਰਨਾ ਉਹ ਕੌਮ ਦੀ ਲੀਡਰਸ਼ਿਪ ਕਰ ਹੀ ਨਹੀਂ ਸਕਦਾ ਜੇ ਉਹ ਆਪਣੀ ਫੈਮਿਲੀ ਦਾ ਹੀ ਸੋਚਣ ਲੱਗ ਜੇ ਤਾਂ, ਉਹ ਸਾਈਡ 'ਤੇ ਰੱਖਦਾ ਉਹਨਾਂ ਨੂੰ। ਪਰ ਇਹਦਾ ਮਤਲਬ ਇਹ ਨਹੀਂ ਗਾ ਵੀ ਉਹ ਇਗਨੋਰ ਕਰਦੇ, ਇਗਨੋਰ ਨਹੀਂ ਕਰਦੇ। ਕਿਹਾ ਜਾਂਦਾ ਵੀ ਗੁਰੂ ਨਾਨਕ ਨੂੰ ਪੁੱਛਿਆ ਉਹਦੀ ਮਦਰ ਨੇ, ਕਹਿੰਦਾ ਵੀ ਤੂੰ ਉਦਾਸੀਆਂ 'ਤੇ ਚਲੇ ਜਾਂਦਾ ਵੀ ਤੂੰ ਸਾਡਾ ਨਹੀਂ ਕਦੇ ਖਿਆਲ ਕੀਤਾ? ਉਹ ਕਹਿੰਦਾ ਮੈਂ ਬਿਲਕੁਲ ਤੁਹਾਡਾ ਖਿਆਲ ਕਰਦਾ, ਤੁਸੀਂ ਤਾਂ ਹਮੇਸ਼ਾ ਹੀ ਮੇਰੇ ਨਾਲ ਹੁੰਦੇ ਹੋ। ਉਹ ਕਹਿੰਦਾ ਕਿਵੇਂ ਨਾਲ ਹੁੰਦੇ ਆ? ਉਹ ਕਹਿੰਦਾ ਤੁਸੀਂ ਹਮੇਸ਼ਾ ਹੀ ਮਿਲੇ। ਉਹ ਕਹਿੰਦੇ ਫਿਰ ਤੇਰੀ ਮਾਂ ਨਾਲ ਹੁੰਦੀ ਆ? ਕਹਿੰਦਾ ਬਿਲਕੁਲ ਨਾਲ ਹੁੰਦੀ ਆ। ਪਿਤਾ ਜੀ ਨਾਲ ਹੁੰਦੇ ਆ? ਕਹਿੰਦਾ ਹਾਂ ਬਿਲਕੁਲ ਨਾਲ ਹੁੰਦੇ ਆ, ਮੇਰੇ ਨਾਲ ਹਮੇਸ਼ਾ ਹੁੰਦੇ ਆ। ਕਹਿੰਦਾ ਕਹਿੰਦੀ ਪਰ ਮੈਂ ਤਾਂ ਜਾਂਦੀ ਨਹੀਂ ਕਿਤੇ, ਮੈਂ ਤਾਂ ਇੱਥੇ ਹੀ ਹੁੰਦੀ ਹਾਂ। ਉਹ ਕਹਿੰਦਾ ਵੀ ਮੈਂ ਮਾਤਾ ਜਿਹੜੀ ਮੱਤ ਆ
ਉਹਨੂੰ ਮੈਂ ਮਾਤਾ ਮੰਨਦਾ ਅਤੇ ਜਿਹੜਾ ਸੰਤੋਖ ਆ ਉਹਨੂੰ ਮੈਂ ਪਿਤਾ ਮੰਨਦਾ ਉਹ ਮੇਰੇ ਨਾਲ ਜਾਂਦਾ ਇਹ ਇੱਕ ਵਿਦਵਾਨ ਪੁਰਸ਼ ਦੀ ਗੱਲ ਆ ਹੁਣ ਦੁਨਿਆਵੀ ਜ਼ਿੰਦਗੀ ਦੇ ਵਿੱਚ ਅਫਕੋਰਸ ਉਹਦੀ ਮਾਂ ਨੇ ਇਹੀ ਕਹਿਣਾ ਸੀਗਾ ਵੀ ਤੂੰ ਅਸੀਂ ਜਾਂਦੇ ਨਹੀਂ ਗਏ ਐਵੇਂ ਮਰੀ ਜਾਂਦਾ ਤੂੰ ਕੀ ਕਿਹੜੀ ਕਿਹੜੀ ਮਤ ਕਿਹੜੀ ਮਤ 'ਤੇ ਕਿਹੜਾ ਸੰਤੋਖ ਰਾਈਟ ਸੋ ਇਸ ਕਰਕੇ ਜਿਹੜਾ ਲੀਡਰਸ਼ਿਪ ਹੁੰਦੀ ਆ ਉਹ ਇਹਨਾਂ ਤੋਂ ਦੂਰ ਰੱਖ ਰਹਿੰਦਾ ਉਹ ਇਹਦੇ 'ਚ ਇਹਦੇ ਤਾਂ ਤਰਕ ਨਾਲ ਗੱਲ ਕਰਦਾ ਔਰ ਜਿੰਨੇ ਵੀ ਤੁਸੀਂ ਆਪਣੀਆਂ ਲੀਡਰਸ ਦੀਆਂ ਜਿੰਨੇ ਆਪਣੇ ਗੁਰੂ ਸਾਹਿਬਾਨ ਆ ਉਹਨਾਂ ਦੀਆਂ ਜਦੋਂ ਤੁਸੀਂ ਗੱਲਾਂ ਦੇਖਦੇ ਹੋ ਗੁਰੂ ਸਾਹਿਬਾਨ ਦੀਆਂ ਉਹਨਾਂ ਨੇ ਲੌਜਿਕ 'ਤੇ ਜ਼ਿਆਦਾ ਗੱਲ ਕੀਤੀ ਆ ਇਹਦੇ 'ਤੇ ਗੱਲ ਨਹੀਂ ਕੀਤੀ ਇਮੋਸ਼ਨ 'ਤੇ ਕੋਈ ਗੱਲ ਨਹੀਂ ਸੀ ਉਹਨਾਂ ਦੀ ਸੋ ਕਲੀਅਰ ਹੋ ਗਿਆ ਹੈ ਆ ਜ਼ਰੂਰੀ ਸੀਗਾ ਅੱਜ ਦੇ ਆਪਣੇ ਟੋਪਿਕ ਜਾਣ ਤੱਕ ਇਹ ਬਹੁਤ ਇੰਪੋਰਟੈਂਟ ਆ ਜਦੋਂ ਆਪਾਂ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ ਫਿਰ ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਆਪਾਂ ਜ਼ਿੰਦਗੀ 'ਚ ਵਿਚਰਨਾ ਕਿਵੇਂ ਆਪਾਂ ਕਰਦੇ ਹਾਂ ਸੋ ਹੁਣ ਆਪਾਂ ਨੈਕਸਟ ਸਟੈਪ 'ਚ ਜੇ ਆਪਾਂ ਦੂਸਰੇ ਸਟੈਪ 'ਚ ਜਾਣਾ ਤਾਂ ਆਪਾਂ ਦੂਜੇ ਸਟੈਪ 'ਚ ਆਪਾਂ ਦੇਖੀਏ ਕਿ ਜਦੋਂ ਆਪਾਂ ਕਿਸੇ ਕੋਲ ਵੀ ਜਾਂਦੇ ਹਾਂ ਆਪਾਂ ਆਪਣਾ ਨੌਲੇਜ ਅਧੂਰਾ ਜਿਹੜਾ ਗਿਆਨ ਆ ਅਧੂਰਾ ਗਿਆਨ ਆ ਉਹ ਆਪਾਂ ਨਾਲ ਲੈ ਕੇ ਤੁਰਦੇ ਹਾਂ ਅਧੂਰਾ ਗਿਆਨ ਆ ਜਿਹੜਾ ਜੇ ਤੁਸੀਂ ਕਾਰ ਮਕੈਨਿਕ ਕੋਲ ਜਾਂਦੇ ਹੋ ਕਾਰ ਮਕੈਨਿਕ ਕਹਿੰਦਾ ਵੀ ਆਹ ਤੁਹਾਡੀਆਂ ਬ੍ਰੇਕਾਂ ਗਈਆਂ ਹੋਈਆਂ ਟਾਇਰ ਘਸੇ ਹੋਏ ਆ ਟਰਾਂਸਮਿਸ਼ਨ ਤੇਰਾ ਥੋੜ੍ਹੀ ਦੇਰ ਨੂੰ ਇਹਨੇ ਚੱਲ ਵਸਣਾ ਅਤੇ ਵੀ ਇਹ ਦੇਖ ਲਾ ਤੇਰੇ ਇੰਨੇ ਹਜ਼ਾਰ ਡਾਲਰ ਲੱਗੂਗਾ ਜੇ ਤੂੰ ਇਕੱਲੀਆਂ ਬ੍ਰੇਕਾਂ ਠੀਕ ਕਰਾਉਣੀਆਂ ਤਾਂ ਤੂੰ ਕਰਾ ਲਾ ਇਹ ਨਾ ਹੋਵੇ ਵੀ ਕੱਲ੍ਹ ਨੂੰ ਉੱਥੇ ਹਾਈਵੇ 'ਤੇ ਖੜ੍ਹਾ ਹੋਵੇ ਕਿਉਂਕਿ ਟਰਾਂਸਮਿਸ਼ਨ ਚਲੇ ਗਿਆ ਅਤੇ ਆਪਾਂ ਹੁਣ ਆਪਣੇ ਮਨ 'ਚ ਇਮੀਜੀਏਟਲੀ ਇੱਕ ਖਿਆਲ ਆ ਜਾਂਦਾ ਅਤੇ ਪੈਸੇ ਤਾਂ ਨਹੀਂ ਬਣਾਉਂਦਾ ਇੰਨੀ ਕਿੱਥੋਂ ਮਾੜੀ ਆ ਮੇਰੀ ਕਾਰ ਮੰਨਿਆ ਮਾੜੀ ਆ ਯੂਜ਼ ਲਿੱਤੀ ਆ ਪਰ ਇੰਨੀ ਵੀ ਕਿੱਥੇ ਮਾੜੀ ਆ ਇਹਨੇ ਤਾਂ ਖੋਲ੍ਹ ਕੇ ਰੱਖਤਾ ਕਬਾੜ ਹੀ ਬਣਾਤੀ ਮੇਰੀ ਕਾਰ ਦਿਮਾਗ 'ਚ ਇਮੀਜੀਏਟਲੀ ਇੱਕ ਖਿਆਲ ਆ ਜਾਂਦਾ ਹੈ ਦੂਜਾ ਖਿਆਲ ਆ ਜਾਂਦਾ ਯਾਰ ਮੈਂ ਲਿੱਤੀ ਕਿਉਂ ਕਿਉਂ ਪੰਗਾ ਲੈ ਲਿਆ ਇਹੋ ਜਿਹੀ ਮਾੜੀ ਕਾਰ ਲੈ ਕੇ ਤੀਜਾ ਖਿਆਲ ਆ ਜਾਂਦਾ ਮਨ ਦੇ ਵਿੱਚ ਬਈ ਚੱਲ ਜਿਹੜਾ ਹੋਊਗਾ ਹੋ ਜਾਵੇ ਚੁੱਪ ਕਰਕੇ ਬ੍ਰੇਕਾਂ ਪਵਾ ਲਓ ਅਤੇ ਅਰਦਾਸ ਕਰ ਲਾਂਗੇ ਵੀ ਹੇ ਰੱਬਾ ਤੂੰ ਟਰਾਂਸਮਿਸ਼ਨ ਖਰਾਬ ਨਾ ਹੀ ਕਰੀ ਹੋਰ ਸਾਲ ਫਿਰ ਨਵੀਂ ਲੈ ਲਾਂਗੇ ਆਹ ਆਪਣਾ ਡਿਸੀਜਨ ਮੇਕਿੰਗ ਪੁਆਇੰਟ ਆ ਹੁੰਦਾ ਹੈ ਐਂ ਕਰਦੇ ਹਾਂ ਡਿਸੀਜਨ ਇਹ ਲੌਜਿਕ 'ਤੇ ਨਹੀਂ ਗਾ ਇਹਦੇ 'ਤੇ ਆ ਡਾਕਟਰ 'ਤੇ ਆ ਜਾਈਏ ਹੁਣ ਆਪਾਂ ਕੈਨੇਡਾ ਦਾ ਹੈਲਥ ਕੇਅਰ ਸਿਸਟਮ ਕਹਿੰਦਾ ਵੀ ਮਿਨੀਮਮ ਸਾਲ 'ਚ ਇੱਕ ਵਾਰੀ ਡਾਕਟਰ 'ਤੇ ਜਾਓ ਅਤੇ ਚੈੱਕਅਪ ਕਰਾਓ ਕਿਉਂਕਿ ਸਾਡੇ ਕੋਲ ਅਧੂਰਾ ਗਿਆਨ ਆ ਅਸੀਂ ਕਹਿੰਦੇ ਅਸੀਂ ਬਿਮਾਰ ਨਹੀਂ ਹੋਏ ਕਿਉਂ ਜਾਈਏ ਕਿਹੜਾ ਬੈਠੂ 3 ਘੰਟੇ ਅਸੀਂ ਉਹ 3 ਘੰਟੇ ਨਹੀਂ ਬੈਠਣਾ ਇਸ ਕਰਕੇ ਅਸੀਂ ਆਪਣੇ ਅਧੂਰਾ ਗਿਆਨ ਵਰਤ ਕੇ ਡਾਕਟਰ 'ਤੇ ਨਹੀਂ ਜਾਂਦੇ ਔਰ ਜਦੋਂ ਕੋਈ ਬੰਦਾ ਪੁੱਛਦਾ ਵੀ ਹਾਂਜੀ ਕੀ ਹਾਲ ਚਾਲ ਆ ਯਾਰ ਫਲਾਣੇ ਨੂੰ ਕੈਂਸਰ ਦਾ ਪਤਾ ਲੱਗ ਗਿਆ ਉਹ ਕਹਿੰਦਾ ਯਾਰ ਪਤਾ ਨਹੀਂ ਕਾਹ 'ਤੇ ਉਹ ਤਾਂ ਰੋਜ਼ ਹੀ ਡਾਕਟਰ 'ਤੇ ਤੁਰਿਆ ਰਹਿੰਦਾ ਸੀ ਮੈਂ ਤਾਂ ਕਹਿੰਦਾ 20 ਸਾਲ ਹੋ ਗਏ ਡਾਕਟਰ 'ਤੇ ਨਹੀਂ ਗਿਆ ਇਹ ਅਧੂਰੇ ਗਿਆਨ ਦੀਆਂ ਨਿਸ਼ਾਨੀਆਂ ਸੋ ਕਹਿਣ ਤੋਂ ਮੇਰਾ ਭਾਵ ਆ ਕਿ ਜਿਹੜਾ ਗਿਆਨ ਆ ਉਹ ਟਾਈਮ ਟੂ ਟਾਈਮ ਚੇਂਜ ਹੁੰਦਾ ਜਾਂਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਚੇਂਜ ਹੁੰਦਾ ਜਾਂਦਾ ਆਪਾਂ ਨੂੰ ਪਤਾ ਵੀ ਜੇ ਆਪਾਂ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਖਾਵਾਂਗੇ ਫੈਟ ਬਣੂਗੀ ਫੈਟ ਆਪਣੀਆਂ ਨਾੜਾਂ ਦੇ ਅੰਦਰ ਜੰਮੂਗੀ ਖੂਨ ਨੇ ਚੱਲਣਾ ਨਹੀਂ ਹਾਰਟ ਅਟੈਕ ਹੋ ਜਾਣਾ ਆਪਾਂ ਨੂੰ ਹੁਣ ਪਤਾ ਕਾਫੀ ਹੱਦ ਤੱਕ ਇਹ ਇੱਕ ਨੋਰਮਲ ਗਿਆਨ ਹੋ ਗਿਆ ਨੋਰਮਲ ਆ ਇਹ ਨੋਰਮਲਾਈਜ਼ ਹੋ ਗਿਆ ਇਹ ਆਪਾਂ ਨੂੰ ਪਤਾ ਵੀ ਫੈਟ ਕਰਕੇ ਆਪਾਂ ਨੂੰ ਹਾਰਟ ਅਟੈਕ ਹੁੰਦਾ ਫਿਰ ਆਪਾਂ ਨੂੰ ਇਹ ਵੀ ਪਤਾ ਵੀ ਜੇ ਅਸੀਂ ਐਕਸਰਸਾਈਜ਼ ਨਹੀਂ ਕਰਾਂਗੇ ਫਿਰ ਵੀ ਅਸੀਂ ਸਾਨੂੰ ਨੁਕਸਾਨ ਹੋਊਗਾ ਇਹਦਾ ਵੀ ਆਪਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ ਵੀ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਬਿਹੇਵੀਅਰ ਚੇਂਜ 'ਚ ਕਿਉਂ ਨਹੀਂ ਰਿਜ਼ਲਟ ਹੁੰਦਾ ਇਹ ਤਬਦੀਲ ਕਿਉਂ ਨਹੀਂ ਹੁੰਦਾ ਆਪਣੇ ਬਿਹੇਵੀਅਰ ਚੇਂਜ 'ਚ ਆਪਾਂ ਕਿਉਂ ਨਹੀਂ ਐਕਸਰਸਾਈਜ਼ ਕਰਦੇ ਕਿਉਂ ਨਹੀਂ ਆਪਾਂ ਪਕੌੜੇ ਖਾਣੇ ਬੰਦ ਕਰ ਦਿੰਦੇ ਆਊਟਲਾ ਕਰ ਦਿੰਦੇ ਵੀ ਕੋਈ ਨਹੀਂ ਪਕੌੜੇ ਬਣਾਊਗਾ ਤਾਂ ਜੇ ਪਕੌੜੇ ਬਣਾਊਗਾ ਤਾਂ ਓਵਨ 'ਚ ਬਣਾਓ ਤੇਲ 'ਚ ਨਹੀਂ ਤਲਨੇ ਸਮੋਸੇ ਤੁਸੀਂ ਉਹਨੂੰ ਓਵਨ 'ਚ ਵੀ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਆ ਵੀ ਤੇਲ 'ਚ ਹੀ ਤਲਨੇ ਆ ਇਟਸ ਨੋਟ ਨੈਸੈਸਰੀ ਕਿਉਂਕਿ ਕ੍ਰਸਟੀ ਤੁਸੀਂ ਕ੍ਰਸਟੀ ਕਰਨੀ ਆ ਨਾ ਅਤੇ ਓਵਨ 'ਚ ਵੀ ਰੱਖ ਕੇ ਹੋ ਜਾਂਦੀ ਆ ਸੋ ਹੁਣ ਜਦੋਂ ਤੁਸੀਂ ਅਧੂਰੇ ਗਿਆਨ ਦੀ ਆਪਾਂ ਗੱਲ ਕਰਦੇ ਹਾਂ ਅਧੂਰਾ ਗਿਆਨ ਹਰ ਇੱਕ ਚੀਜ਼ ਆਪਾਂ ਆਪਣਾ ਲਾ ਦਿੰਦੇ ਹਾਂ
ਵਿਆਹ ਕਰਾਉਣਾ ਤਾਂ ਅਧੂਰਾ ਗਿਆ ਨਾ ਵੀ ਪਾਰਟਨਰ ਕਿਵੇਂ ਚੁਣਨਾ ਪਤਾ ਹੀ ਨਹੀਂ ਪਾਰਟਨਰ ਕਿਵੇਂ ਚੁਣਨਾ। ਜੇ ਆਪਾਂ ਨੂੰ ਪ੍ਰੋਬਲਮ ਆ ਗਈ ਤਾਂ ਆਪਣਾ ਅਧੂਰਾ ਗਿਆ ਨਾ, ਆਪਾਂ ਨੂੰ ਲੱਗਦਾ ਵੀ ਐਂ ਕਰਕੇ ਪ੍ਰੋਬਲਮ ਸੋਲਵ ਹੋ ਜੂ, ਸਾਰੀਆਂ ਵਾਰ ਟੱਕਰਾਂ ਮਾਰੀ ਜਾਂਦੇ, ਹੁੰਦੀ ਨਹੀਂ। ਇਹ ਉਨੀ ਪ੍ਰੋਬਲਮੈਟਿਕ ਗੱਲ ਆ, ਜੇ ਤੁਹਾਨੂੰ ਕਾਰ ਦਾ ਕੁਛ ਪਤਾ ਨਾ ਹੋਵੇ ਤਾਂ ਤੁਸੀਂ ਇੰਜਣ ਖੋਲ੍ਹ ਕੇ ਬਹਿ ਜਾਓ, ਪੁਰਜੇ ਕੱਢ ਦਿਓ ਤਾਂ ਫਿਰ ਦੇਖੋ ਯਾਰ ਚੱਲੀ ਤਾਂ ਹੈ ਨਹੀਂ, ਮੁੜ ਕੇ ਫਿਰ ਫਿੱਟ ਕੀਤੀ, ਸਾਫ਼ ਸੂਫ ਕਰਤਾ, ਕੱਪੜਾ ਕੁੱਪੜਾ ਮਾਰਿਆ, ਐਨ ਲਪਸਕਾਤੀ, ਸਟਾਰਟ ਕੀਤੀ ਉਹ ਫਿਰ ਨਹੀਂ ਸਟਾਰਟ ਹੋਈ। ਅਤੇ ਕੋਈ ਆਵੇ ਤੁਹਾਡੇ ਕੋਲ ਵੀ ਕੀ ਕਰਦਾ, ਮੈਂ ਯਾਰ ਖੋਲ੍ਹ ਕੇ ਰੱਖੀ ਆ ਕਾਰ, ਸਾਫ਼ ਸੂਫ ਕਰਕੇ ਮੈਂ ਕੱਸ ਰਿਹਾ। ਕਹਿੰਦਾ ਕਿਉਂ? ਕਹਿੰਦਾ ਸਟਾਰਟ ਨਹੀਂ ਸੀ ਹੁੰਦੀ। ਉਹ ਕਹਿੰਦਾ ਵੀ ਤੈਨੂੰ ਪਤਾ ਵੀ ਤੂੰ ਦੇਖਦਾ ਕੀ ਆ? ਉਹ ਕਹਿੰਦਾ ਨਹੀਂ, ਮੈਂ ਸੋਚਿਆ ਵੀ ਸਾਫ਼ ਸੂਫ ਕਰਨ ਵਾਲੀ ਹੋ ਜੂਗੀ। ਆਹ ਸਿਸਟਮ ਆ ਸਾਡਾ, ਵਾਈਫ ਦੇ ਨਾਲ ਸਾਡਾ ਲੜਾਈ ਹੋਈ ਜਾਂਦੀ ਆ, ਪਤਾ ਸਾਨੂੰ ਹੈ ਨਹੀਂ ਗਾ, ਅਸੀਂ ਉੱਤੋਂ ਉੱਤੋਂ ਗੱਲਾਂ ਕਰ ਕਰਕੇ ਸੋਚਦੇ ਹਾਂ ਵੀ ਸਭ ਜਿਹੜੀ ਪ੍ਰੋਬਲਮ ਆ, ਅੰਡਰਲਾਈਂਗ ਇਸ਼ੂ ਆ, ਉਹ ਸੋਲਵ ਹੋ ਜੂ। ਐਂ ਕਰਦੇ ਹਾਂ, ਮਤਲਬ ਕਿ ਗੱਲਾਂ ਤਾਂ ਹਾਸੋਹੀਣੀਆਂ। ਆਪਾਂ ਕੀ ਕਾਰ ਨੂੰ ਕੱਪੜਾ ਲੈ ਕੇ ਸਾਫ਼ ਕਰਕੇ ਸੋਚਦੇ ਹਾਂ ਵੀ ਸਟਾਰਟ ਹੋ ਜੂ? ਅਤੇ ਜੇ ਮੈਨੂੰ ਪਤਾ ਹੀ ਨਹੀਂ ਵੀ ਮੈਂ ਕਿਹੜੀ ਜਗ੍ਹਾ 'ਤੇ ਦੇਖਣਾ ਵੀ ਕਿਉਂ ਨਹੀਂ ਸਟਾਰਟ ਹੁੰਦੀ, ਅਤੇ ਐਵੇਂ ਮੈਂ ਜੇਬ 'ਚ ਇੱਥੇ ਟੂਲ ਬੋਕਸ ਲਾ ਲਾਂ, ਇੱਥੇ ਮਾਰ ਪੇਚਕਸ ਹਥੌੜੀਆਂ ਸਾਰਾ ਕੁਛ ਲਾ ਕੇ ਉਹਦੇ ਗੇੜੇ ਗੇੜੇ ਕੱਢੀ ਜਾਵਾਂ ਮੈਂ ਕਾਰ ਦੇ, ਇਹ ਸੋਚਾਂ ਵੀ ਸ਼ਾਇਦ ਸਟਾਰਟ ਹੋ ਜਾਵੇ ਡਰ ਕੇ ਵੀ ਇਹ ਬੰਦਾ ਇਹਦੇ ਕੋਲ ਪੇਚਕਸ ਆ, ਅਤੇ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਣ ਲੱਗਿਆ? ਆਖਰ ਕੋਈ ਤਾਂ ਮੇਰੇ ਕੋਲ ਸਕਿੱਲ ਚਾਹੀਦੀ ਆ ਮੈਨੂੰ ਕਾਰ ਨੂੰ ਠੀਕ ਕਰਨ ਨੂੰ, ਜਾਂ ਤਾਂ ਮੈਂ ਪੜ੍ਹਾਂ ਜਾਂ ਮੈਂ ਕਿਸੇ ਵਿਦਵਾਨ ਨੂੰ ਪੁੱਛਾਂ ਜਿਹੜਾ ਕਾਰਾਂ ਦਾ ਵਿਦਵਾਨ ਆ, ਉਹਨੂੰ ਪੁੱਛਾਂ ਵੀ ਯਾਰ ਆਹ ਸਟਾਰਟ ਨਹੀਂ ਹੁੰਦੀ, ਉਹ ਮੈਨੂੰ ਦੱਸੂਗਾ ਵੀ ਤੇਰੀ ਹੋ ਸਕਦਾ ਬੈਟਰੀ ਗਈ ਹੋਵੇ ਜਾਂ ਹੋ ਸਕਦਾ ਜਿਹੜੀ ਉਹਨਾਂ ਨੂੰ ਨੁਕਸ ਪਤਾ ਹੋਣ, ਉਹ ਕਹਿਣ ਕਿਹੜੀ ਕਿਹੜੇ ਸਾਲ ਦਾ ਤੇਰਾ ਕਾਰ ਦਾ ਮਾਡਲ ਆ, ਕੀ ਆ, ਉਹ ਮਿੰਟ 'ਚ ਤੁਹਾਨੂੰ ਦੱਸਣਗੇ ਵੀ ਕੀ ਕਰਨਾ, ਜਾਂ ਉਹ ਕਹਿਣਗੇ ਵੀ ਯਾਰ ਤੂੰ ਕਿਉਂ ਟੱਕਰਾਂ ਮਾਰੀ ਜਾਂਦਾ, ਤੂੰ ਇੱਥੇ ਟੋਕਰਾ ਕੇ ਸਾਡੇ ਕੋਲ ਲਿਆ, ਐਵੇਂ ਮਾਰੀ ਜਾਂਦਾ ਤੈਨੂੰ। ਅਤੇ ਜਦੋਂ ਆਪਣੀ ਵਾਈਫ ਦੇ ਨਾਲ ਪ੍ਰੋਬਲਮਸ ਆਉਂਦੀਆਂ, ਆਪਣੇ ਕੋਲ ਕਿਹੜਾ ਗਿਆਨ ਆ ਉਹਨੂੰ ਸੋਲਵ ਕਰਨ ਨੂੰ? ਆਪਣਾ ਜਵਾਕ ਵਿਗੜ ਗਿਆ, ਸਕੂਲ ਨਹੀਂ ਜਾਂਦਾ 14 ਸਾਲ ਦਾ, ਕੀ ਕਰਨਾ? ਇੱਕ ਹੋਰ ਮੈਂ ਪਤਾ ਨਹੀਂ ਪਹਿਲਾਂ ਸ਼ਾਇਦ ਤੁਹਾਨੂੰ ਦੱਸਿਆ ਕਿ ਨਹੀਂ, 16 ਸਾਲ ਦਾ ਮੁੰਡਾ ਆਪਣੀ ਗਰਲਫ੍ਰੈਂਡ ਲਿਆ ਆ, ਮਾਂ ਨੇ ਦਰਵਾਜ਼ਾ ਖੋਲ੍ਹਿਆ, ਉਹਨੇ ਜਦੋਂ ਦੇਖਿਆ ਮੁੰਡੇ ਨੂੰ ਕੁੜੀ ਦੇ ਨਾਲ, ਉਹ ਕਹਿੰਦਾ ਵੀ ਆਹ ਗਾਉਣਾ, ਕਹਿੰਦਾ ਇਹ ਤੁਹਾਡੀ ਫਿਊਚਰ ਵਾਈਫ ਆ, ਮਾਂ ਨੂੰ ਕਹਿੰਦਾ, ਉਹ ਇੱਕਦਮ ਘਬਰਾ ਗਈ, ਉਹਨੂੰ ਪਤਾ ਨਾ ਲੱਗਿਆ, ਉਹ ਕਹਿੰਦੀ ਠਹਿਰ ਜਾਓ ਇੱਥੇ, ਭੱਜੀ ਗਈ ਆਪਣੇ ਹਸਬੈਂਡ ਨੂੰ ਬੁਲਾਉਣ, ਉਹ ਤੇਰੀ ਨੂੰਹ ਆ ਗਈ, ਤੇਰੀ ਨੂੰਹ ਆ ਗਈ, ਉਹ ਭੱਜਿਆ ਆ, ਕਹਿੰਦਾ ਕਿਹੜੀ ਨੂੰਹ ਆ ਗਈ, ਉਹ ਕਮਲਾ ਹੋਇਆ ਫਿਰੇ ਪੂਰਾ ਵੀ 16 ਤਾਂ ਸਾਲ ਦੇ ਆ ਵੀ ਕਿਹੜੀ ਵਿਆਹ ਕਿਹੜੀ ਨੂੰਹ, ਹੈ ਨਾ। ਉਹਨਾਂ ਨੇ ਕਿਹਾ ਉਹ ਹਜੇ ਦੋਨੋਂ ਬਾਹਰ ਖੜ੍ਹੇ ਆ, ਦੋਨੋਂ ਜਣੇ ਬੜੇ ਟੌਰ ਨਾਲ ਐਂ ਕਰਕੇ, ਉਹ ਅੰਦਰ ਕਾਂਵਾਂ ਰੌਲੀ ਪਾਈ ਜਾਂਦੇ, ਉਹਨੇ ਆਪਣੀ ਵਾਈਫ ਨੇ ਆਪਣੇ ਉਹਨੂੰ ਭਰਾਵਾਂ ਨੂੰ ਫੋਨ ਕੀਤਾ, ਉਹਨੇ ਜਿਹੜਾ ਫਾਦਰ ਸੀ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਮਾਰ ਜੀ ਕਾਰਾਂ ਫਟਾਫਟ ਆਈਆਂ, 20-25 ਬੰਦੇ ਇਕੱਠੇ ਹੋ ਗਏ, ਉਹਨਾਂ ਨੇ ਉਹ ਕਹਿੰਦੇ ਵੀ ਹਾਂਜੀ ਕੀ ਗੱਲ ਆ, ਉਹ ਕਹਿੰਦੇ ਜੀ ਅਸੀਂ ਦੋਨਾਂ ਨੇ ਵਿਆਹ ਕਰਾਉਣਾ 16 ਸਾਲ 'ਤੇ ਨੇ। ਫਿਰ ਕਿਸੇ ਬੰਦੇ ਨੇ ਸਿਆਣੀ ਗੱਲ ਕੀਤੀ ਵੀ ਇਹ ਤਾਂ ਵਿਆਹ ਕਰਾ ਹੀ ਨਹੀਂ ਸਕਦੇ, ਕੈਨੇਡਾ 'ਚ ਇਹੀ ਗੱਲ ਆ, 16 ਸਾਲ ਦੇ ਤਾਂ ਬੱਚਾ ਵਿਆਹ ਨਹੀਂ ਕਰਾ ਸਕਦਾ। ਅਤੇ ਉਹ ਕੁੜੀ ਨੂੰ ਪੁੱਛਿਆ ਵੀ ਤੁਸੀਂ 16 ਸਾਲ ਦੇ ਨੇ ਕਿਉਂ ਕਰਾਉਣਾ, ਉਹ ਤਾਂ ਕਹਿੰਦੀ ਮੈਂ ਤਾਂ ਆ ਗਈ ਘਰ ਛੱਡ ਕੇ। ਮੈਂ ਕਿਹਾ ਫਿਰ ਤੁਸੀਂ, ਫਿਰ ਮੈਨੂੰ ਕਾਲ ਆਈ, ਮੈਨੂੰ ਤਾਂ ਪਤਾ ਇਹ ਆ ਰੀਅਲ ਕਾਲ ਆ। ਮੈਂ ਕਿਹਾ ਵੀ ਤੁਸੀਂ ਕੀ ਗੱਲਾਂ ਕਰਦੇ ਹੋ? ਮੈਂ ਕਿਹਾ ਵਟ ਆਰ ਯੂ ਡੂਇੰਗ, ਮੈਂ ਕਿਹਾ ਕਿਸ ਬੇਸ 'ਤੇ ਤੁਸੀਂ? ਕਹਿੰਦੇ ਫਿਰ ਹੁਣ ਅਸੀਂ ਕੀ ਕਰੀਏ? ਅਸੀਂ ਫਿਰ ਕੁੜੀ ਵਾਲਿਆਂ ਨੂੰ ਫੋਨ ਕੀਤਾ, ਕੁੜੀ ਵਾਲੇ ਵੀ ਆ ਗਏ, ਉਹਨਾਂ ਨੇ ਫਿਰ ਕੀ ਉਹਨਾਂ ਨੇ ਰੱਖ ਲਈ ਕੁੜੀ, ਉਹ ਤਾਂ ਕੁੜੀ ਵਾਲੇ ਛੱਡ ਗਏ। ਕੁੜੀ ਵਾਲੇ ਕਹਿੰਦੇ ਤੂੰ ਰਹਿਣਾ, ਤੂੰ ਆਖੇ ਵੀ ਜੇ ਤੂੰ ਐਂ ਕਰਨਾ ਤਾਂ ਤੂੰ ਸਾਡੇ ਤੋਂ ਅੱਜ ਤੋਂ ਬਾਅਦ ਅਸੀਂ ਤੈਨੂੰ ਬਦਖਲ ਕੀਤਾ, ਤੁਸੀਂ ਸਾਂਭੋ। ਉਹ ਕਹਿੰਦੇ ਜੀ ਸਾਂਭੋ ਤੁਸੀਂ ਸਾਡੀ ਕੁੜੀ ਨੂੰ, ਅਸੀਂ ਚੱਲੇ ਹਾਂ। ਉਹ ਕੁੜੀ ਛੱਡ ਗਏ ਉਹਨਾਂ ਕੋਲ, ਰੀਅਲ ਸਟੋਰੀ ਆ। ਮੈਂ ਤੁਹਾਨੂੰ ਦੱਸਦਾ ਵੀ ਇਮੋਸ਼ਨਸ ਕਿਵੇਂ, ਉਹਨਾਂ ਨੂੰ ਸਮਝ ਹੀ ਨਹੀਂ ਕੁਛ ਆਇਆ ਵੀ ਕੀ ਹੋ ਗਿਆ ਸਾਡੇ ਨਾਲ। ਇਹ ਰੀਅਲ ਆ, ਰੀਅਲ ਸਟੋਰੀ ਬ੍ਰੈਂਪਟਨ ਦੀ ਆ, ਰੀਅਲ ਸਟੋਰੀ। ਸੋ ਇਸ ਕਰਕੇ ਨਾ ਜਿਹੜਾ ਸਾਡਾ ਜਿਹੜਾ ਲਿਮਿਟਡ ਨੌਲੇਜ ਆ, ਉਹ ਸਾਨੂੰ ਨਾ ਪ੍ਰੋਬਲਮਾਂ ਸੋਲਵ ਨਹੀਂ ਕਰਨ ਦਿੰਦਾ। ਅਸੀਂ ਸੋਚਦੇ ਹਾਂ ਵੀ ਸਾਨੂੰ ਗਿਆਨ ਬਹੁਤ ਆ, ਬੱਚਿਆਂ ਦੇ ਮਾਮਲੇ 'ਚ ਲੈ ਲਓ, ਹਸਬੈਂਡ ਵਾਈਫ ਦੇ, ਫਿਰ ਤੁਹਾਡੇ ਆਪ ਦੇ ਪੇਰੈਂਟਸ ਤੁਹਾਨੂੰ ਟਿਕਣ ਨਹੀਂ ਦਿੰਦੇ। ਹੁਣ ਚਾਹੀਦਾ ਤਾਂ ਇਹ ਆ ਵੀ ਜਦੋਂ ਮੁੰਡਾ 21 ਸਾਲ ਦਾ ਹੋ ਗਿਆ, ਤੁਸੀਂ ਉਹ ਪੇਰੈਂਟਸ ਤੁਹਾਨੂੰ ਬਾਦਰ ਨਾ ਕਰਨ, ਨਾ ਤੁਸੀਂ ਪੇਰੈਂਟਸ ਨੂੰ ਬਾਦਰ ਕਰੋ, ਕਿਉਂਕਿ 21 ਸਾਲ ਦਾ ਹੋ ਗਿਆ, ਤੁਸੀਂ ਜਿਹੜਾ ਕੁਛ ਬੱਚੇ ਨੂੰ ਵਿਰਸੇ 'ਚ ਦੇਣਾ ਸੀ ਦੇਤਾ, ਹੁਣ ਉਹਨੂੰ ਜ਼ਿੰਦਗੀ ਜਿਉਣ ਦਿਓ, ਥੈਂਕ ਯੂ। ਪਰ ਆਪਣੇ ਇਹ ਉਹ ਕਹਿ ਦਿੰਦੇ ਆ ਨਹੀਂ ਜੀ, ਇਹ ਜੀ ਸਾਡਾ ਸੱਭਿਆਚਾਰ ਆ। ਕਾਹਦਾ ਸੱਭਿਆਚਾਰ ਆ? ਉਹ ਨਹੀਂ ਉਹ ਨਹੀਂ ਕਾਕਾ, ਤੈਨੂੰ ਨਹੀਂ ਪਤਾ, ਅਸੀਂ ਤੈਨੂੰ ਦੱਸਦੇ ਹਾਂ ਤੂੰ ਕੀ ਕਰ।
ਹੁਣ ਬਹੁਤੀਆਂ ਪ੍ਰੋਬਲਮਾਂ ਆਪਣੇ ਘਰਾਂ ਦੇ ਵਿੱਚ ਇਹ ਦੁਖਾਂਤ ਆ ਕਿ ਜਿਹੜੇ ਬਜ਼ੁਰਗ ਦੀ ਪਰਸਨੈਲਿਟੀ ਆ ਉਹਦੀ ਤਾਂ ਪਰਸਨੈਲਿਟੀ ਪੰਜਾਬ ਨਾਲ ਜ਼ਿਆਦਾ ਜੁੜੂਗੀ ਕਿਉਂਕਿ ਉਹ ਬਜ਼ੁਰਗ ਆ ਉਹਨੇ ਸਾਰੇ ਨਾਲ ਜ਼ਿਆਦਾ ਟਾਈਮ ਪੰਜਾਬ 'ਚ ਗੁਜ਼ਾਰਿਆ ਉਹਨੇ ਪੰਜਾਬ ਦੇ ਵਿੱਚ ਹੀ ਕੋਠੀ ਪਾਉਣੀ ਆ ਕਿਉਂਕਿ ਉਹਨੂੰ ਵਧੀਆ ਲੱਗਦੀ ਆ ਕੋਠੀ ਪਾਉਣੀ ਹੁਣ ਤੁਹਾਡੇ ਬੱਚਿਆਂ ਨੂੰ ਉਹ ਤਾਂ ਕੋਠੀ ਪਾਉਣੀ ਚੰਗੀ ਨਹੀਂ ਲੱਗਣੀ ਉਹ ਕਹੂਗੇ ਵਾਈ ਆਰ ਯੂ ਸਪੈਂਡਿੰਗ ਮਨੀ ਇਨ ਪੰਜਾਬ ਕਹਿੰਦੇ ਆਰ ਯੂ ਸਟੂਪਿਡ ਵਟਸ ਰੋਂਗ ਵਿਦ ਯੂ ਹੁਣ ਦੇਖੋ ਨਾ ਤੁਸੀਂ ਹੁਣ ਸੈਂਟਰ 'ਚੋਂ ਇੱਧਰਲੇ ਪਾਸੇ ਤੁਹਾਡਾ ਮੁੰਡਾ ਇੱਧਰਲੇ ਪਾਸੇ ਤੁਹਾਡਾ ਪਿਓ ਆ ਪਿਓ ਕਹਿੰਦਾ ਵੀ ਚਲੋ ਕੋਠੀ ਪਾਈਏ ਉੱਥੇ ਪਟਿਆਲੇ ਮੁੰਡਾ ਕਹਿੰਦਾ ਡੈਡ ਆਰ ਯੂ ਸਟੂਪਿਡ ਵਾਈ ਯੂ ਲਿਸਨਿੰਗ ਟੂ ਗ੍ਰੈਂਡਪਾ ਹੁਣ ਤੁਹਾਡੇ ਕੋਲ ਕੋਈ ਤਾਂ ਟੈਕਨੀਕ ਚਾਹੀਦੀ ਹੈ ਪ੍ਰੋਬਲਮ ਨੂੰ ਸੋਲਵ ਕਰਨ ਨੂੰ ਹੁਣ ਤੁਸੀਂ ਕਹਿੰਦੇ ਯਾਰ ਮੈਂ ਆਪਣੇ ਪਿਓ ਨੂੰ ਕੀ ਕਹਾਂ ਫਿਰ ਤੁਸੀਂ ਕਹਿੰਦੇ ਵੀ ਯਾਰ ਮੈਂ ਮੁੰਡੇ ਨੂੰ ਵੀ ਕੀ ਨਾਰਾਜ਼ ਕਰ ਸਕਦਾ ਹੋਰ ਨਾ ਘਰ ਛੱਡ ਕੇ ਚਲੇ ਜੇ ਕਿਉਂਕਿ ਕਨੇਡਾ ਇੱਧਰ ਨੂੰ ਤੁਸੀਂ ਦੇਖਦੇ ਹੋ ਯਾਰ ਇਹਨੂੰ ਮੈਂ ਹੁਣ ਫਾਦਰ ਨੂੰ ਕੀ ਕਹਾਂ ਯਾਰ ਇਹ ਮੰਨਦਾ ਕਿਉਂ ਨਹੀਂ ਗਾ ਇਹਨੂੰ ਮੈਂ ਕਿਹਾ ਵੀ ਤੂੰ ਨਾ ਕੋਠੀ ਪਾ ਤੂੰ ਕੀ ਲੈਣਾ ਅਸੀਂ ਜਾਣਾ ਨਹੀਂ ਮੁੰਡੇ ਪੋਤੇ ਤੇਰੇ ਨੇ ਨਹੀਂ ਜਾਣਾ ਮੈਂ ਆਪ ਨਹੀਂ ਜਾਣਾ ਮੈਂ ਇੱਥੇ ਸਾਰੀ ਉਮਰ ਇੱਥੇ ਮੈਂ ਕਮਾਉਣਾ ਮੇਰੇ ਬੱਚੇ ਇੱਥੇ ਆ ਸਾਰਾ ਸਾਡਾ ਕਬੀਲਾ ਇੱਥੇ ਆਇਆ ਹੋਇਆ ਵੀ ਤੂੰ ਦੱਸ ਉੱਥੇ ਕੱਲ੍ਹ ਨੂੰ ਕਿਸੇ ਨੇ ਕੋਠੀ ਮਾਰ ਲਈ ਫਿਰ ਉੱਥੇ ਕਹੇਗਾ ਵੀ ਇਹਨੂੰ ਛਡਾਓ ਜਾ ਕੇ ਵੀ ਅਸੀਂ ਕੀ ਕਰਾਂਗੇ ਉੱਥੇ ਵੀ ਤੂੰ ਰਹਿਣ ਦੇ ਨਾ ਤੂੰ ਉੱਥੇ ਕਰ ਉਹ ਕਹਿੰਦਾ ਨਹੀਂ ਮੈਂ ਤਾਂ ਕਰੂੰਗਾ ਤੁਸੀਂ ਹੁਣ ਮੇਰੀ ਗੱਲ ਨਹੀਂ ਸੁਣਦੇ ਅਸੀਂ ਤੁਹਾਨੂੰ ਜੰਮਿਆ ਅਸੀਂ ਤੁਹਾਨੂੰ ਪਾਲ ਕੇ ਇੱਥੇ ਕਨੇਡਾ ਭੇਜਿਆ ਹੁਣ ਤੁਸੀਂ ਸਾਡੀ ਇੱਕ ਗੱਲ ਨਹੀਂ ਮੰਨਦੇ ਉਹ ਫਿਰ ਉਹਦੀਆਂ ਸੁਣਨੀਆਂ ਪੈਂਦੀਆਂ ਉਹ ਬਾਈ ਕੋਲ ਕੋਈ ਸਕਿੱਲ ਨਹੀਂ ਉਹ ਫਿਰ ਬਾਈ ਦੇ ਕੋਲ ਇੱਕੋ ਹੀ ਸਕਿੱਲ ਆ ਉਹ ਫਿਰ ਲਿਕਰ ਕੰਟਰੋਲ ਕਮਿਸ਼ਨ 'ਤੇ ਜਾਂਦਾ 40 ਔਂਸ ਦੀ ਲਿਆਉਂਦਾ ਰਾਤ ਨੂੰ ਫਿਰ ਪੈਗ ਜਿਹਾ ਪਾ ਕੇ ਫਿਰ ਉਹ 2 ਕੁ ਸੁੱਟ ਕੇ ਸੌਂ ਜਾਂਦਾ ਆਹ ਸਕਿੱਲ ਆ ਉਹਦੇ ਕੋਲ ਹੋਰ ਤਾਂ ਕੋਈ ਸਕਿੱਲ ਨਹੀਂ ਉਹਦੇ ਕੋਲ ਵਿਚਾਰੇ ਕੋਲ ਔਰ ਇਹ ਟ੍ਰੈਜਡੀਆਂ ਹੋ ਰਹੀਆਂ ਹਰ ਰੋਜ਼ ਹੁੰਦੀਆਂ ਆਪਣੀ ਕਮਿਊਨਿਟੀ 'ਚ ਹਾਂ ਐਗਜ਼ਾਮਪਲਾਂ ਦੀ ਵੇਰੀਏਸ਼ਨ ਹੋ ਸਕਦੀ ਆ ਐਗਜ਼ਾਮਪਲਸ ਦੀ ਵੇਰੀਏਸ਼ਨ ਹੋ ਸਕਦੀ ਆ ਪਰ ਹੁੰਦਾ ਇਹੀ ਆ ਕਿ ਇੱਕ ਬੰਦਾ ਸੈਂਟਰ 'ਚ ਇੱਕ ਉਹਦੇ ਇੱਧਰ ਆ ਇੱਕ ਉਹਦੇ ਇੱਧਰ ਆ ਇੱਧਰੋਂ ਵੀ ਉਹ ਜੁੱਤੀਆਂ ਮਾਰਦੇ ਇੱਧਰੋਂ ਵੀ ਜੁੱਤੀਆਂ ਮਾਰਦੇ ਉਹ ਬਾਈ ਪਿਸਿਆ ਜਾ ਰਿਹਾ ਪਤਾ ਹੈ ਨਹੀਂ ਉਹਨੂੰ ਵਿਚਾਰੇ ਨੂੰ ਕੀ ਕਰਨਾ ਉਹ ਲੱਗਦਾ ਵੀ ਉਹਨੂੰ ਪਤਾ ਵੀ ਕੀ ਕਰਨਾ ਉਹ ਕਈ ਵਾਰੀ ਉਹਦੇ ਨਾਲ ਲੜ ਪੈਂਦਾ ਕਈ ਵਾਰੀ ਪਿਆਰ ਨਾਲ ਸਮਝਾਉਂਦਾ ਕਈ ਵਾਰੀ ਲੜ ਪੈਂਦਾ ਕਈ ਵਾਰੀ ਇਹਦੇ ਨਾਲ ਲੜਦਾ ਕਈ ਵਾਰੀ ਇਹਨੂੰ ਪਿਆਰ ਨਾਲ ਸਮਝਾਉਂਦਾ ਕਈ ਵਾਰੀ ਇੱਧਰ ਲੜਦਾ ਪਰ ਸੋਲਵ ਨਾ ਤਾਂ ਆਹ ਮੰਨਦਾ ਨਾ ਆਹ ਮੰਨਦਾ ਕੋਈ ਵੀ ਨਹੀਂ ਮੰਨਦਾ ਉਹ ਤਾਂ ਗੱਭੇ ਫਸਿਆ ਵਿਚਾਰਾ ਕਿਉਂ ਕਿਉਂਕਿ ਗਿਆਨ ਉਹਦੇ ਕੋਲ ਵੀ ਹੈ ਨਹੀਂ ਵੀ ਮੈਂ ਸੋਲਵ ਕਿਵੇਂ ਕਰਨਾ ਸੋਚੀ ਬੈਠਾ ਵੀ ਮੈਂ ਕਰ ਲੂੰ ਉਹ ਫਿਰ ਉਹਦੇ ਉਹ ਜਦੋਂ ਉਹਦੇ ਕੋਲ ਜਾਂਦਾ ਯਾਰ ਤੂੰ ਚੁੱਪ ਕਰਿਆ ਕਰ ਯਾਰ ਤੁਸੀਂ ਕਿਉਂ ਬੋਲਦੇ ਰਹਿੰਦੇ ਹੋ ਕਿਉਂ ਤੁਸੀਂ ਮੇਰਾ ਜੀਣਾ ਹਰਾਮ ਕੀਤਾ ਫਿਰ ਇਹਦੇ ਕੋਲ ਆਉਂਦਾ ਤੂੰ ਤਾਂ ਚੁੱਪ ਕਰ ਜਾ ਕਰ ਤੈਨੂੰ ਕੀ ਹੁੰਦਾ ਕੋਈ ਨਹੀਂ ਕੁਛ ਨਹੀਂ ਫਰਕ ਪੈਂਦਾ ਨਾ ਆਪਣੀ ਉਹ ਕੋਠੀ ਦੇ ਪ੍ਰਾਈਸ ਹੀ ਵੱਧ ਜੂਗੀ ਹੋਰ ਕੀ ਹੋਜੂਗਾ ਪਰ ਡੈਡ ਜੇ ਉੱਥੇ ਕਿਸੇ ਨੇ ਦੱਬ ਲਈ ਉਹ ਜਦੋਂ ਦੱਬੀ ਹੋਊਗੀ ਉਦੋਂ ਦੇਖਾਂਗੇ ਨਾ ਐਵੇਂ ਤੂੰ ਪੁੱਠੇ ਹੀ ਸੋਚਦਾ ਰਹਿੰਦਾ ਫਿਰ ਡੈਡ ਤੂੰ ਯਾਰ ਕਿਉਂ ਇੱਥੇ ਕਰੀ ਜਾਂਦਾ ਤੂੰ ਥੋੜ੍ਹਾ ਜਿਹਾ ਇੱਧਰ ਵੀ ਕਰ ਲਿਆ ਕਰ ਤੂੰ ਵੀ ਕਿਉਂ ਨਹੀਂ ਕਮਾਉਂਦਾ ਆਹ ਕੋਈ ਟੈਕਨੀਕ ਆ ਇਸ ਦੇ ਸੇ ਸੋਲਵਿੰਗ ਇੱਕ ਟੈਕਨੀਕ ਇਹ ਕੋਈ ਟੈਕਨੀਕ ਆ ਸੋਲਵ ਕਰਨ ਦੀ ਪਰ ਪਿਛਲੇ 5000 ਸਾਲ ਤੋਂ ਵਰਤ ਰਹੇ ਹਾਂ 5000 ਸਾਲ ਤੋਂ ਅਸੀਂ ਆਹ ਟੈਕਨੀਕ ਵਰਤ ਰਹੇ ਹਾਂ ਇਹਨੂੰ ਕਹਿੰਦੇ ਆ ਮੀਡੀਏਸ਼ਨ ਆਪਾਂ ਮੀਡੀਏਟ ਕੀਤੀਆਂ ਪ੍ਰੋਬਲਮਸ ਆਪਾਂ ਰਿਜ਼ੋਲਵ ਕੁਛ ਨਹੀਂ ਕੀਤਾ ਜਦੋਂ ਤੁਸੀਂ ਪੰਚਾਇਤ ਬੈਠੋ ਕਿਸੇ ਨੇ ਪੰਚਾਇਤ ਦੀ ਹਿਸਟਰੀਆਂ ਪੜ੍ਹੀਆਂ ਹੁਣ ਵੀ ਦੇਖ ਲਿਓ ਪਾਕਿਸਤਾਨ 'ਚ ਵੀ ਪੰਚਾਇਤਾਂ ਪੰਚਾਇਤ ਕੀ ਕਰਦੀ ਆ ਬਜ਼ੁਰਗ ਬਹਿ ਜਾਂਦੇ ਆ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਹਾਂਜੀ ਕੀ ਹੋਇਆ ਐਨੇ ਜੀ ਮੇਰੀ ਖੇਤ ਦੇ ਵਿੱਚ ਦੀ ਐਂ ਕਰਕੇ ਹਲਵਾਤਾ ਓਏ ਤੂੰ ਕਿਉਂ ਹਲਵਾਇਆ ਉਹ ਮੈਂ ਜੀ ਹਲ ਨਹੀਂ ਪਾਇਆ ਪਤਾ ਹੀ ਨਹੀਂ ਲੱਗਿਆ ਬਲਦ ਇੱਧਰ ਨੂੰ ਦੀ ਚਲੇ ਗਏ ਟਰੈਕਟਰ ਇੱਧਰ ਨੂੰ ਵੀ ਚਲੇ ਗਿਆ ਓਕੇ ਹੁਣ ਤੂੰ ਐਂ ਕਰਕੇ ਸਿੱਧਾ ਕਰ ਮਾਫ਼ੀ ਮੰਗ ਇਹਦੇ ਤੋਂ ਸੋਰੀ ਯਾਰ ਨਹੀਂ ਕਰਨਾ ਸੀਗਾ ਓਕੇ ਤੂੰ ਵੀ ਇਹਨੂੰ ਗਲੇ ਲਾ ਓਕੇ ਜੀ ਚਲੋ ਜੀ ਪਰ ਅੰਡਰਲਾਈਂਗ ਇਸ਼ੂ ਕੀ ਆ ਉਸ ਵੱਟ ਦਾ ਅਤੇ ਉਸ ਖੇਤ ਦਾ ਉਹਦੇ ਪਿੱਛੇ ਕੀ ਆ ਉਹ ਪੰਚਾਇਤ ਕਹਿੰਦੀ ਨਾ ਕੁਛ ਨਹੀਂ ਕਰਨਾ ਐਂ ਉਹ ਚੱਲੂਗਾ ਬਸ ਚਲੋ ਜੀ ਉਹ 3 ਕੁ ਸਾਲ ਫਿਰ ਰਾਜ਼ੀਨਾਮਾ ਰਹਿੰਦਾ 4th ਸਾਲ ਫਿਰ ਡਾਂਗਾ ਖੜਕ ਜਾਂਦੀਆਂ ਫਿਰ ਪੰਚਾਇਤ ਬਹਿੰਦੀ ਆ ਓਏ ਤੁਹਾਨੂੰ ਸਮਝਾਇਆ ਸੀ 3 ਸਾਲ ਪਹਿਲਾਂ ਤੁਸੀਂ ਫਿਰ ਲੜ ਪਏ ਹੋਏ ਤੁਸੀਂ ਫਿਰ ਉਹਨਾਂ ਦੇ ਮੁੰਡੇ ਆ ਜਾਂਦੇ ਆ ਉਹ ਉਹਨਾਂ ਨੂੰ ਵੀ ਚੇਤੇ ਆ ਕਿਉਂਕਿ ਮਾਵਾਂ ਨਹੀਂ ਹਟਦੀਆਂ ਉਹ ਤੂੰ ਪਿੱਛੇ ਨਾ ਹਟੀ ਪਰ ਤੇਰੇ ਚਾਚੇ ਨੇ ਦੱਬ ਲਿਆ ਸੀ ਤੇਰਾ ਖੇਤ ਉਹ ਤਾਂ ਚੰਗਾ ਸੀ ਤੇਰਾ ਪਿਓ ਜਿਹੜਾ ਲੜ ਪਿਆ ਉਦੋਂ ਤੂੰ ਬਿਲਕੁਲ ਨਾ ਖਬਰਦਾਰ ਜੇ ਤੂੰ ਇਹਦੇ ਤੋਂ ਪਿੱਛੇ ਹਟਿਆ ਉਧਰੋਂ ਉਹਦੀ ਮਾਂ ਦੱਸੀ ਜਾਂਦੀ ਆ ਵੀ ਖਬਰਦਾਰ ਜੇ ਤੂੰ ਉਹਦੇ ਤੋਂ ਦੱਸਿਆ ਸੋ ਪੁਸ਼ਤਾਂ ਦਰ ਪੁਸ਼ਤਾਂ ਇਹ ਇਹੋ ਜਿਹੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਚੱਲੀ ਜਾਂਦੀਆਂ ਕਈ ਵਾਰੀ ਤਾਂ ਇੱਥੋਂ ਤੱਕ ਆ ਕਿ ਪਿੰਡ ਇੱਕ ਪਿੰਡ ਦਾ ਦੂਜੇ ਪਿੰਡ ਨਾਲ ਦੁਸ਼ਮਣੀਆਂ ਪਈਆਂ ਹੋਈਆਂ ਪਤਾ ਨਹੀਂ 100 ਸਾਲਾਂ ਦੀਆਂ ਉਹ ਮੇਰੇ ਖਿਆਲ 'ਚ ਪਤਾ ਹੀ ਨਹੀਂ ਵੀ ਪਹਿਲੀ ਵਾਰੀ ਦੁਸ਼ਮਣੀ ਕਾਹਦੀ ਸੀ ਪਰ ਉਹ ਕਹਿੰਦੇ ਨਾ ਉਸ ਪਿੰਡ ਦਾ ਬਸ ਇਹ ਘੱਟ ਸੋਚ ਦੀਆਂ ਨਿਸ਼ਾਨੀਆਂ
ਸੋ ਜਦ ਤੱਕ ਅਸੀਂ ਇਸ ਨੂੰ ਸੋਚਦੇ ਨੀਗੇ ਵੀ ਸਾਡੀ ਪ੍ਰੋਬਲਮ ਕਿਹੜੀ ਆ ਔਰ ਅਸੀਂ ਕਿਵੇਂ ਸੋਲਵ ਕਰਨੀ ਆ ਉਦੋਂ ਤੱਕ ਇਹ ਸੋਲਵ ਨਹੀਂ ਹੋਣੀ ਆ ਉਹਦੇ ਵਾਸਤੇ ਸਾਨੂੰ ਕੁਛ ਤਾਂ ਸਿੱਖਣਾ ਪਊ ਸਾਨੂੰ ਗੱਲ ਕਰਨੀ ਸਿੱਖਣੀ ਪਊ ਸਾਨੂੰ ਐਨਾਲਿਸਿਸ ਸਿੱਖਣਾ ਪਊ ਸਾਨੂੰ ਰੀਫਰੇਮਿੰਗ ਸਿੱਖਣੀ ਪਊ ਵੀ ਪ੍ਰੋਬਲਮ ਨੂੰ ਨਵੇਂ ਸਿਰੇ ਕਿਵੇਂ ਦੇਖੀਏ ਔਰ ਫਿਰ ਉਹਨੂੰ ਸੋਲਵ ਕਿਵੇਂ ਕਰੀਏ ਵਰਨਾ ਤਾਂ ਇਟਸ ਨਥਿੰਗ ਵਰਨਾ ਤਾਂ ਕੁਛ ਵੀ ਨਹੀਂ ਹੋਣਾ